الحمد لله الحمد لله رب العالمين والعاقبة للمتقين الصلاة والسلام على رسوله الكريم كريمنا وشفينا وحبيبنا وطبيبنا وطبيب قلوبنا وملجانا ومحوانا ما يزنوب والخطا منبع الجود والعطا سيدنا ومولانا محمد وعلى آل محمد صلى الله عليه وسلم أما بعد فأعوذ بالله من الشيطان الرجيم بسم الله الرحمن الرحيم قل يا صدق الله مولانا العظيم درود پاک باواز بلند محبت اور پیار سے بھی اللهم صل علی سیدنا و مولانا محمد و آل سیدنا و مولانا محمد وبارك وسلم الصلاة والسلام عليك يا سيدي يا رسول الله الصلاة والسلام عليك يا سيدي يا حبيب الله گال سنو بھائی پہلی دفعہ میں تھے حاضر ہویا ہر بولن والے بندے دا اپنا اپنا انداز ہوندا ہے تانوں میں دس دینا تقریر کراں ادھا گھنٹہ تقریر کراں گھنٹہ تقریر کراں ڈیڑھ گھنٹہ برحال جتنی دیر بھی میں چاہنا کہ میں اتنا سفر کر تے آیا تساں محبت نال مینو سدا ہے تے میں محبت نال سناواں تے تساں محبت نال سنو تے باقی گل جڑی سبحان اللہ والی اے میری طرف تانوں کھلی چھٹی دل کرے سبحان اللہ کہہ دینا نہ کرے نہ کہنا بشک جانا ہوئے تے چلے جانا بہنا ہوئے تے بیٹھے رہنا بیٹھا بیٹھا بندہ تھک جاندا ہے کوئی تھوڑی دیر کانڈ سدھی کرنی ہوئے نا ایتھے ہی لمے ہو جانا میں تانوں سنا تے ہی جانا ہے اج واہ شاہ جی میں جدوں دی تقریر شروع کیتی ہے نا
ਮਹਿਫਲ ਵਾਲਿਆਂ ਨੂੰ ਮੈਂ ਕਦੀ ਨਹੀਂ ਕਿਹਾ ਵੀ ਉਹ ਬਾਈ ਖੜੀਆਂ ਕਰ ਲਓ, ਆਏ ਆਕੋ ਹੈ ਸੁਬਾਨ ਅੱਲਾ, ਆਏ ਹੁਣ ਇਧਲੇ ਆਕੋ ਹੈ, ਹੁਣ ਇਧਲੇ ਆਕੋ ਹੈ, ਲੈ ਬਈ ਆਏ ਆਕੋ ਹੈ ਸੁਬਾਨ ਅੱਲਾ, ਬਈ ਮੇਰੀ ਤਰਫ ਤੁਹਾਨੂੰ ਛੁੱਟੀ। ਲੇਕਿਨ ਇੱਕ ਗੱਲ ਤਾਂ ਹੈ ਕਿ ਸਰਕਾਰ ਦੀ ਜ਼ਾਤ ਅਤੇ ਮੁਹੱਬਤ ਨਾਲ ਅਤੇ ਪਿਆਰ ਨਾਲ ਦਰੂਦੋ ਸਲਾਮ ਦਾ ਤਾਂ ਨਜ਼ਰਾਨਾ ਪੇਸ਼ ਕਰੋ ਨਾ ਬਈ। ਲੈ ਹੁਣ ਬਲਾ ਪੜ੍ਹੋ ਖਾ, ਮੈਨੂੰ ਪਤਾ ਲੱਗਦਾ ਨਾ ਕਿਵੇਂ ਮੁਹੱਬਤ ਨਾਲ ਪੜ੍ਹਦੇ ਹੋ। ਕਮਲੀ ਵਾਲੇ ਕਮਲੀ ਵਾਲੇ ਦੇਰਾਵਾਂ ਤੂੰ ਕੁਰਬਾਨ ਮੈਂ ਕਮਲੀ ਵਾਲੇ ਦੇਰਾਂ ਉਠਾਉਂਦਾ ਗਿਆ ਕਮਲੀ ਵਾਲੇ
ਚੜਾਉਂਦਾ ਗਿਆ ਸੱਲੱਲਾਹੁ ਤਾਲਾ ਅਲੈਹਿ ਵਾਲੀ ਵਬਾਰਿਕ ਵਸੱਲਮ। ਅੱਲਾਹ ਤਾਲਾ ਜੱਲਾ ਸ਼ਾਨਹੁ ਦੀ ਹਮਦੋ ਸਨਾਤ, ਜੋ ਵਾਹਦਹੁ ਲਾ ਸ਼ਰੀਕ ਹੈ, ਅੱਲਾਹ ਤਾਲਾ ਦਾ ਕੋਈ ਸ਼ਰੀਕ ਨਹੀਂ, ਨਾ ਜ਼ਾਤ ਵਿੱਚ, ਨਾ ਸਫਾਤ ਵਿੱਚ, ਨਾ ਕਮਾਲਾਤ ਵਿੱਚ। ਵਾਹਦਹੁ ਲਾ ਸ਼ਰੀਕ ਹੈ, ਸਾਰੀ ਕਾਇਨਾਤ ਅੱਲਾਹ ਤਾਲਾ ਦੀ ਮੁਹਤਾਜ ਹੈ, ਮਗਰ ਅੱਲਾਹ ਰੱਬੁਲ ਇੱਜ਼ਤ ਕਿਸੇ ਦਾ ਮੁਹਤਾਜ ਨਹੀਂ। ਬੇਸ਼ੁਮਾਰ ਦਰੂਦ, ਅਨਗਿਣਤ ਸਲਾਮ ਸਰਕਾਰੇ ਦੁ ਆਲਮ ਤਾਜਦਾਰੇ ਮਦੀਨਾ ਸਰੂਰ ਕਲਬ ਸੀਨਾ ਸੱਲੱਲਾਹੁ ਤਾਲਾ ਅਲੈਹਿ ਵਾਲੀ ਵਬਾਰਿਕ ਵਸੱਲਮ, ਸਰਕਾਰ ਦੀ ਜ਼ਾਤ ਬਬਰਕਾਤ ਤੇ, ਕਿ ਜਿਨ੍ਹਾਂ ਦੇ ਸਦਕੇ ਅੱਲਾਹ ਤਾਲਾ ਨੇ ਸਾਰੀ ਕਾਇਨਾਤ ਨੂੰ ਬਣਾਇਆ। ਜੋ ਕੁਛ ਬਣਾਇਆ ਅੱਲਾਹ ਤਾਲਾ ਨੇ ਬਣਾਇਆ, ਸਾਡਾ ਈਮਾਨ ਹੈ, ਪਰ ਆਪਣੇ ਮਹਿਬੂਬ ਦੇ ਸਦਕੇ ਬਣਾਇਆ। ਅਖਿਆ ਹੈ ਤੁਸੀਂ ਨਾ ਸਿੱਧਾ ਸਿੱਧਾ ਅੱਖਾਂ ਕਰੋ, ਵਿੱਚ ਆ ਰੋਲਾ ਕਿਆ ਪਾ ਲੈਂਦੇ ਨੇ ਸਦਕੇ ਵਾਲਾ। ਜੋ ਬਣਾਇਆ ਅੱਲਾਹ ਨੇ ਬਣਾਇਆ, ਤੁਸੀਂ ਆਉਂਦੇ ਨੇ ਜੋ ਬਣਾਇਆ ਅੱਲਾਹ ਨੇ ਬਣਾਇਆ, ਪਰ ਆਪਦੇ ਮਹਿਬੂਬ ਦੇ ਸਦਕੇ ਬਣਾਇਆ। ਔਰ ਮਗਾਂ ਅਸਾਂ ਤਾਂ ਕੁਝ ਹੋਰ ਵੀ ਆਖਦੇ ਹਾਂ, ਅਖੇ ਉਹ ਕੀ ਆਉਂਦੇ ਨੇ ਮਗਾਂ। ਇਹ ਨਿਰਾ ਇੱਥੇ ਗੱਲ ਨਹੀਂ ਪਈ ਰੁਕਦੀ, ਅਸੀਂ ਆਉਂਦੇ ਜੋ ਕੁਛ ਬਣਾਇਆ ਅੱਲਾਹ ਤਾਲਾ ਨੇ ਬਣਾਇਆ, ਪਰ ਆਪਣੇ ਮਹਿਬੂਬ ਦੇ ਸਦਕੇ ਬਣਾਇਆ ਹੈ। ਅਤੇ ਅਗਾਂਹ ਕੇ ਕੀ ਆਉਂਦੇ ਨੇ ਮਗਾਂ, ਅਗਾਂਹ ਅਸੀਂ ਐਂ ਵੀ ਆਉਂਦੇ ਹਾਂ, ਸਾਨੂੰ ਤਾਂ ਰੱਬ ਵੀ ਮਿਲਿਆ ਅਤੇ ਮੁਸਤਫਾ ਦੇ ਸਦਕੇ ਮਿਲਿਆ। ਲਉ ਲਾ ਕਾ ਲਮਾਜ਼ ਅਰਥ ਰਬੂਬੀਆ, ਸਾਨੂੰ ਤਾਂ ਰੱਬ ਵੀ ਮਿਲਿਆ ਅਤੇ ਮੁਸਤਫਾ ਦੇ। ਕੋਈ ਸ਼ੱਕ ਨੇ ਖੜਕ ਤਾਂ ਕਿਉਂ ਨਹੀਂ ਬੋਲਦੇ ਨੇ, ਸਾਨੂੰ ਤਾਂ ਰੱਬ ਵੀ ਮਿਲਿਆ ਅਤੇ ਹਜ਼ੂਰ ਦੇ ਸਦਕੇ ਮਿਲਿਆ। ਅੱਲਾਹ ਦੀ ਪਹਿਚਾਣ ਹੋਈਏ ਕਮਲੀ ਵਾਲੇ ਦੇ ਸਦਕੇ। ਅੱਛਾ ਬਈ, ਅੱਲਾਹ ਨੂੰ ਇੱਕ ਮੰਨਦੇ ਹੋ? ਸਾਰੇ ਬੋਲੇ ਨਹੀਂ ਨੇ, ਕੋਈ ਵਿੱਚ ਰੋਲਾ ਤਾਂ ਨਹੀਂ ਪੈ ਗਿਆ? ਇੱਕ ਹੈ ਨਾ, ਖੁਦਾ ਇੱਕ ਹੈ। ਤੇ ਤੁਹਾਡੇ 'ਚ ਕਿਸੇ ਨੇ ਵੇਖਿਆ ਹੈ? ਤੇ ਯਕੀਨ ਹੈ ਨਾ ਵੀ ਇੱਕ ਹੈ? ਵੇਖਿਆ ਨਹੀਂ ਪਰ ਯਕੀਨ ਹੈ, ਮੰਨਣੇ ਆ ਕਿ ਇੱਕ ਹੈ। ਅਗਰ ਕੋਈ ਬੁੱਤਾਂ ਦੀ ਪੂਜਾ ਕਰਨ ਵਾਲਾ ਤੈਨੂੰ ਪੁੱਛ ਲਵੇ ਮੁਸਲਮਾਨਾ ਕਿਤੇ ਖੁਦਾ ਨਹੀਂ, ਤੇ ਤੂੰ ਕੀ ਆਖਸੇ? ਇੱਕ। ਜੇ ਅਗਲੀ ਗੱਲ ਪੁੱਛ ਲਵੇ ਵੀ ਤੂੰ ਵੇਖਾਈ, ਤੇ ਤੂੰ ਕੀ ਆਖਸੇ? ਵੇਖਿਆ ਨਹੀਂ ਪਰ ਮੰਨਣਾ ਹਾਂ ਕਿ ਇੱਕ ਹੈ। ਹੋ ਸਕਦਾ ਮੁੜ ਤੈਨੂੰ ਉਹ ਆਖ ਲਵੇ, ਤੂੰ ਉਹਨੂੰ ਮੰਨੀ ਜਾਂਦਾ ਜਿਹਨੂੰ ਵੇਖਿਆ ਹੀ ਨਹੀਂ ਆਈ, ਤੇ ਛੱਡ ਉਹਨੂੰ ਸਾਡੇ ਵਾਲੇ ਪਾਸੇ ਆ ਜਾ, ਅਸੀਂ ਤਾਂ ਆਪਦੇ ਹੱਥੀਂ ਬਣਾਏ ਹੋਏ ਨੇ, ਆਪਦੇ ਹੱਥੀਂ ਬਣਾਏ ਨੇ। ਆਪਦੇ ਖੁਦਾ ਦਾ ਨੱਕ ਵੀ ਉਹਨਾਂ ਆਪ ਬਣਾਇਆ, ਕੰਨ ਵੀ ਆਪ ਬਣਾਏ, ਚੀਕਣੀ ਮਿੱਟੀ ਲਾਈ ਪੱਕੀ, ਬੁੱਤ ਬਣਾਏ, ਤੇ ਨਾਲੇ ਇੱਕ ਨਹੀਂ, ਦੋਪ ਵਾਲਾ ਖੁਦਾ ਵੱਖਰਾ, ਬਦਲਾਂ ਵਾਲਾ ਵੱਖਰਾ, ਰੋਟੀ ਟੁੱਕਰ ਵਾਲਾ ਖੁਦਾ ਵੱਖਰਾ। ਮਖਾਂ ਬੇੜੀ ਬੁੱਡ ਗਈ ਤੁਹਾਡੀ, ਬਈ ਮਾਨੋ ਇੱਥੇ ਬਣਾਈ ਬੈਠੇ ਨੇ। ਆ ਗਿਆ ਸੀ ਤੁਹਾਡੇ ਮੁਸਲਮਾਨਾਂ 'ਤੇ ਹੈਰਾਨ ਹੈ, ਤੁਸੀਂ ਇੱਕ ਬਣਾਇਆ। ਮਖਾਂ ਚੁੱਪ ਕਰ, ਅਸਾਂ ਨਹੀਂ ਬਣਾਇਆ, ਉਹ ਇੱਕ ਨੇ ਸਾਰੀ ਕਾਇਨਾਤ ਨੂੰ ਬਣਾਇਆ। ਇਹ ਤੁਸੀਂ ਨੇ ਜਿੰਨਾ ਆਪ ਬਣਾਏ ਨੇ, ਸਾਡਾ ਉਹ ਇੱਕ ਹੈ ਜਿਸ ਨੇ ਸਾਰੀ ਕਾਇਨਾਤ ਨੂੰ ਬਣਾਇਆ। ਕਸ਼ਮੀਰ ਦੇ ਸ਼ਾਨ ਸ਼ਾਹ ਮੀਆਂ ਮੁਹੰਮਦ ਬਖਸ਼ ਲਾਰਾਮਾ ਬੋਲੇ, ਆਪ ਫਰਮਾਉਂਦੇ ਨੇ ਰਵੇ ਤੇ ਰੱਖਦਾ ਆਪ ਸੰਭਾਲੀ। ਆਪਣਾ ਤਾਂ ਇੱਕ ਹੈ,
ਵੇਖਿਆ ਨਹੀਂ ਪਰ ਯਕੀਨ ਵੀ ਪੱਕਾ ਹੈ ਕਿ ਇੱਕ ਹੈ। ਜੇ ਤੈਨੂੰ ਪੁੱਛ ਲਵੇ ਵੀ ਕਿਵੇਂ ਮੁੜ ਪੱਕਾ ਕੀਤੀ ਫਿਰਨਾ ਹੈ, ਵੇਖਿਆ ਵੀ ਨਹੀਂ ਤੇ ਯਕੀਨ ਵੀ ਕਾਮਲ ਕਿ ਇੱਕ ਹੈ। ਮੁਸਲਮਾਨ ਕੋਲ ਇੱਕੋ ਜਵਾਬ ਹੈ ਕਿ ਮੈਂ ਨਹੀਂ ਵੇਖਿਆ ਪਰ ਮੈਨੂੰ ਉਸਨੇ ਦੱਸਿਆ ਹੈ ਜਿਹੜਾ ਵੇਖ ਕੇ ਆਇਆ ਹੈ। ਸਾਡੇ ਨਬੀ ਜੀ ਸਾਨੂੰ ਦੱਸਿਆ ਕਿ ਖੁਦਾ ਇੱਕ ਹੈ। ਅੱਛਾ ਇੱਕ ਹੋਰ ਵੀ ਦੱਸੋ, ਨਮਾਜ਼ ਪੜ੍ਹਦੇ ਹੁੰਦੇ ਨੇ ਹੁਣ ਹੋਰਵੇਂ ਵੇਖਣ ਲੱਗ ਪਏ ਯਾਰ ਨਮਾਜ਼ ਦਾ ਨਾਮ ਆਇਆ ਨਾ, ਕਈਆਂ ਦੀਆਂ ਬੈਂਟਰੀਆਂ ਬਹਿ ਜਾਂਦੀਆਂ ਨਮਾਜ਼ ਦਾ ਨਾਮ ਆਵੇ ਨਾ ਅਸੀਂ ਅੰਦਰੋਂ ਨਾ ਵੈਰੰਗ ਜਿਹੜੀ ਹੈ ਨਾ ਅਸੀਂ ਚਿੰਗਾਰੀਆਂ ਛੱਡਣ ਲੱਗ ਪੈਂਦੀ ਕਈਆਂ ਬੰਦਿਆਂ ਦੀ। ਨਮਾਜ਼ ਪੜ੍ਹਦੇ ਹੁੰਦੇ ਨੇ, ਅੱਛਾ ਨਮਾਜ਼ ਜਦੋਂ ਅਸੀਂ ਸ਼ੁਰੂ ਕਰਨੇ ਹੈ ਅਲਹਮਦ ਸ਼ਰੀਫ ਤੋਂ ਬਾਅਦ ਕੋਈ ਸੂਰਤ ਵੀ ਪੜ੍ਹਨੇ ਆ, ਕਸਰਤ ਨਾਲ ਸੂਰਤ ਕਿਹੜੀ ਪੜ੍ਹੀ ਜਾਂਦੀ ਜ਼ਿਆਦਾ? ਹਾਂ ਕੁੱਲ ਸ਼ਰੀਫ ਆਉਂਦੇ ਨੇ, ਕੁੱਲ ਆਉਂਦੇ ਨੇ, ਕੁੱਲ ਪੜ੍ਹਦੇ ਹੁੰਦੇ ਨੇ, ਕੁੱਲ ਪੜ੍ਹਦੇ ਹੁੰਦੇ ਨੇ। ਹਾਂ ਇਹ ਭਲਾ ਮੈਂ ਕਿਹੜੇ ਕੁੱਲਾਂ ਦੀ ਗੱਲ ਪਿਆ ਕਰਨਾ, ਆ ਜਿਹੜੇ ਫੌਤਗੀ ਵਾਲੇ ਨਹੀਂ ਉਹ ਤਾਂ ਤੁਹਾਨੂੰ ਮੁੜ ਪੱਕੇ ਜੂ ਨੇ ਨਾ, ਉਹ ਤਾਂ ਥੁੜਕਣੀ ਜੂ ਨਹੀਂ ਦੇਣਾ। ਸੂਰਾ ਇਖਲਾਸ ਕੁੱਲ ਹੁਵੱਲਾਹੁ ਅਹਦ ਕਹਿ ਦਿਓ, ਅੱਲਾਹ ਅੱਲਾਹ ਐ ਮਹਬੂਬ ਤੁਸਾਂ ਦੱਸ ਦਿਓ ਇਹਨਾਂ ਨੂੰ, ਸੋਹਣਿਆ ਦੱਸ ਦੇ ਅੱਲਾਹ, ਸੋਹਣਿਆ ਦੱਸ ਦੇ ਅੱਲਾਹ। ਅੱਲਾਹ ਤਾਲਾ ਫਰਮਾ ਰਹੀ ਆ ਆਪਣੇ ਮਹਬੂਬ ਨੂੰ, ਮਹਬੂਬਾ ਦੱਸ ਇਹਨਾਂ ਨੂੰ ਅੱਲਾਹ ਸੋਹਣਿਆ ਤੂੰ ਆਖ ਅੱਲਾਹ ਇੱਕ ਹੈ, ਸੋਹਣਿਆ ਤੂੰ ਆਖ ਅੱਲਾਹ ਇੱਕ ਹੈ। ਯਾ ਅੱਲਾਹ ਬੜਾ ਬੇਨਿਆਜ਼ ਹੈ, ਤੂੰ ਡਾਇਰੈਕਟ ਆਪ ਹੀ ਫਰਮਾ ਦੇਖਾ ਮੈਂ ਇੱਕ ਹਾਂ। ਜਿੰਨਾ ਮੰਨਣਾ ਉਹਨਾਂ ਮੰਨ ਲੈਣਾ, ਜਿੰਨਾ ਨਹੀਂ ਮੰਨਣਾ। ਆ ਮੇਰੇ ਭਾਈ ਜ਼ਰਾ ਤਵੱਜੋ ਕਰਨਾ, ਅੱਲਾਹ ਰੱਬੁਲ ਇੱਜ਼ਤ ਨੇ ਫਰਮਾਇਆ ਮਹਬੂਬ ਕਹਿ ਦੇ ਅੱਲਾਹ ਇੱਕ ਹੈ। ਮੌਲਾ ਬੜਾ ਬੇਨਿਆਜ਼ੀ ਖੁਦ ਐਲਾਨ ਫਰਮਾ ਦਿੰਦਾ, ਯਾ ਅਯੁਹੰ ਨਾਸ ਐ ਲੋਗੋ ਮੈਂ ਇੱਕ ਹਾਂ। ਜਿੰਨਾ ਇੱਕ ਮੰਨਣਾ ਮੰਨ ਲੈਣਾ ਸੀ, ਜਿੰਨਾ ਨਹੀਂ ਮੰਨਣਾ ਨਹੀਂ ਮੰਨਣਾ। ਅੱਲਾ ਤਾਲਾ ਅਜ਼ਲੀ ਤੇ ਅਬਦੀ ਜਾਣਦਾ ਹੈ, ਇੰਜ ਨਹੀਂ ਫਰਮਾਇਆ, ਫਰਮਾਇਆ ਮਹਬੂਬ ਤੁਸਾਂ ਕਹਿ ਦੋ ਅੱਲਾ ਇੱਕ ਹੈ। ਇਹਦੇ ਵਿੱਚ ਵੀ ਰਾਜ਼ ਹੈ, ਉਹ ਰਾਜ਼ ਕੀ ਹੈ? ਅੱਲਾ ਤਾਲਾ ਨੂੰ ਪਤਾ ਵੀ ਕਈਆਂ ਨਾ ਡਾਇਰੈਕਟ ਕੁੰਡੀਆਂ ਲਾਵਣੀਆਂ ਮੀਟਰੋਂ ਬਗੈਰ, ਡਾਇਰੈਕਟ ਕੁੰਡੀਆਂ ਲਾਵਣੀਆਂ ਨੇ ਕਈਆਂ ਤੇ ਵੱਡੀ ਲੈਣ ਨਾਲ ਜਿੰਨੇ ਡਾਇਰੈਕਟ ਕੁੰਡੀਆਂ ਲਾਈਆਂ ਉਹਦੇ ਬਲਬ ਬਲਦੇ ਨਹੀਂ, ਪਟਾਕੇ ਪੈ ਜਾਂਦੇ ਸੜ ਜਾਂਦੀ ਯਾਰ ਬਲਾ। ਇਹ ਸ਼ਾਬਸ਼ ਹੈ ਟਰਾਂਸਫਾਰਮਰ ਦੇ ਜਿਹੜਾ ਸਾਰੀ ਪਾਵਰ ਨੂੰ ਠੱਲਦਾ ਹੈ ਤੇ ਅਗਾਂ ਜਿਹੜੀਆਂ ਲੈਣਾਂ ਨਿਕਲਣ ਉਹਨਾਂ ਨਾਲ ਕੁੰਡੀਆਂ ਲਾਈਏ ਤੇ ਬਲਬ ਬਲ ਪੈਂਦੇ ਨੇ। ਅੱਲਾ ਤਾਲਾ ਨੂੰ ਇਲਮ ਸੀ ਕਿ ਕਈਆਂ ਨੇ ਮੇਰੇ ਨਾਲ ਡਾਇਰੈਕਟ ਕੁੰਡੀਆਂ ਲਾਉਣੀਆਂ, ਜਿਵੇਂ ਯਹੂਦੋ ਨਸਾਰਾ ਨੇ ਕਿਹਾ ਸਾਨੂੰ ਮੁਹੰਮਦ ਦੀ ਜ਼ਰੂਰਤ ਨਹੀਂ, ਅਸੀਂ ਆਪ ਰੱਬ ਦੇ ਬੜੇ ਨੇੜੇ ਹਾਂ। ਅੱਲਾ ਤਾਲਾ ਨੇ ਫਰਮਾਇਆ ਸੋਹਣਿਆ ਇਹਨਾਂ ਨੂੰ ਐਲਾਨ ਕਰ ਦੇ ਕੁਲ ਇਨ ਕੁੰਤੁਮ ਤੁਹਿਬੂਨ ਅੱਲਾਹ ਫਤਬਿਊਨੀ ਯੁਹਿਬਕੁਮ ਅੱਲਾਹ, ਅਗਰ ਮੇਰਾ ਕੁਰਬ ਚਾਹੁੰਦੇ ਹੋ, ਮੇਰੇ ਨਾਲ ਮੁਹੱਬਤ ਚਾਹੁੰਦੇ ਹੋ, ਮੇਰਾ ਕੁਰਬ ਚਾਹੁੰਦੇ ਹੋ, ਉਹਦਾ ਤਰੀਕਾ ਇਹ ਵੇ ਸੋਹਣਿਆ ਇਹ ਤੇਰੇ ਗੁਲਾਮ ਬਣ ਜਾਣ, ਜਦੋਂ ਤੇਰੀ ਤਾਬਿਆਦਾਰੀ ਵਿੱਚ ਆ ਜਾਣਗੇ ਉਦੋਂ ਮੈਂ ਰੱਬ ਆਪ ਇਹਨਾਂ ਨਾਲ ਪਿਆਰ ਕਰਾਂਗਾ। ਇੱਥੇ ਵੀ ਫਰਮਾਇਆ ਮਹਬੂਬ ਤੁਸਾਂ ਕਹਿ ਦੋ ਅੱਲਾ ਇੱਕ ਹੈ, ਤਾਂ ਕਿ ਜਿੰਨੇ ਮੈਨੂੰ ਹਿਕ ਮੰਨਣਾ ਏ ਸੋਹਣਿਆ ਮੈਨੂੰ ਮੰਨਣ ਤੂੰ ਪਹਿਲੇ
ਤੈਨੂੰ ਮੱਲੇ ਤੇਰੇ ਤੇ ਯਕੀਨ ਕਰੇ ਤੇ ਮੁੜ ਮੈਨੂੰ ਇੱਕ ਮੰਨੇ ਤੇ ਉਹਦਾ ਮੰਨਣਾ ਕਬੂਲ ਹੋ ਸੀ ਤੇ ਜਿਹੜਾ ਤੈਨੂੰ ਛੱਡ ਤੇ ਮੈਨੂੰ ਇੱਕ ਮੰਨੇ ਉਹਦਾ ਮੰਨਣਾ ਵੀ ਕਬੂਲ ਉਹਦਾ ਮੰਨਣਾ ਵੀ ਕਬੂਲ ਨਹੀਂ ਹੋਣਾ ਅੱਲਾ ਤਾਲਾ ਨੇ ਏਡੀ ਅਜ਼ਮਤ ਔਰ ਸ਼ਾਨ ਵਾਲਾ ਰਸੂਲ ਅਤਾ ਫਰਮਾਇਆ ਜਿਹਦੀ ਆਮਦ ਤੇ ਖਾਲਕੇ ਕੈਨਾਤ ਨੇ ਫਰਮਾਇਆ ਕਦ ਜਾਅਕੁਮ ਮਿਨੱਲਾਹਿ ਨੂਰੁ ਵਾ ਕਿਤਾਬੁਨ ਮੁਬੀਨ ਸੁਭਾਨ ਅੱਲਾ ਮਾਸ਼ਾ ਅੱਲਾ ਵੱਲੋਂ ਨੂਰ ਆਇਆ ਅੱਲਾ ਵੱਲੋਂ ਨੂਰ ਆਇਆ ਗੱਲਣ ਵਾਲਾ ਆਉਂਦਾ ਨੂਰ ਗੱਲਾ ਭੇਜਣ ਵਾਲਾ ਆਉਂਦਾ ਨੂਰ ਭੇਜਿਆ ਹੈ ਤੇ ਮੌਲਾਨਾ ਅਸ਼ਰਫ ਅਲੀ ਥਾਨਵੀ ਵੀ ਨਸ਼ਰਤੀਬ ਦੇ ਅੰਦਰ ਪਹਿਲਾ ਬਾਬ ਲਿਖਿਆ ਨੂਰ ਮੁਹੰਮਦੀ ਕੇ ਬਿਆਨ ਮੇ ਔਰ ਪਹਿਲੀ ਹਦੀਸ ਹਜ਼ਰਤ ਜਾਬਰ ਵਾਲੀ ਨਕਲ ਕੀਤੀ ਕਿ ਅੱਲਾ ਤਾਲਾ ਨੇ ਹਰ ਸ਼ੈਦ ਬਣਾਉਣ ਤੋਂ ਪਹਿਲਾਂ ਕਿਸ ਚੀਜ਼ ਨੂੰ ਬਣਾਇਆ ਫਰਮਾਇਆ ਜਾਬਰ ਸੁਣ ਲੈ ਯਾ ਜਾਬਿਰ ਇਨ ਅੱਲਾਹ ਤਾਲਾ ਕਦ ਖਲਕਾ ਕਬਲ ਲਸ਼ਿਆ ਨੂਰ ਨਬੀ ਕਾ ਜਾਬਰ ਅੱਲਾ ਨੇ ਹਰ ਸ਼ੈ ਦੇ ਬਣਾਉਣ ਤੋਂ ਪਹਿਲੇ ਤੇਰੇ ਨਬੀ ਦੇ ਨੂਰ ਨੂੰ ਬਣਾਇਆ ਹੈ ਕੁਰਾਨ ਤਾਂ ਤੁਸੀਂ ਪੜ੍ਹਦੇ ਰਹਿੰਦੇ ਹੋ ਕਿਤੇ ਸਿਪਾਰੇ ਨੇ ਕੁਰਾਨ ਪਾਕ ਦੇ ਸੁਭਾਨ ਅੱਲਾ ਵਾਹ ਬਈ ਵਾਹ ਬੜੀ ਗੱਲ ਹੈ ਬਈ ਤਲਾਵਤ ਕਰਦੇ ਨੇ ਕਿਤੇ ਸਿਪਾਰੇ ਨੇ ਬਾਬੂਤੀ ਤੁਸੀਂ ਗਾਬਰ ਕਿਉਂ ਗਏ ਨੇ ਜਿਹੜੇ ਪਹਿਲੇ ਬੋਲਿਆ ਨਾ ਉਹ ਮੁੜ ਪਿੱਛੇ ਚੁੱਪ ਕਰ ਗਏ ਤਸੱਲੀ ਜੋ ਕੋ ਨਹੀਂ ਆਈ ਨਾ ਕਿਤੇ ਸਿਪਾਰੇ ਤੀਹ ਸਿਪਾਰੇ ਅੱਲਾ ਤਾਲਾ ਨੇ ਏਡੀ ਅਜ਼ਮਤ ਵਾਲੀ ਸ਼ਾਨ ਵਾਲੀ ਕਿਤਾਬ ਅਤਾ ਫਰਮਾਈ ਇਹ ਕਲਾਮ ਪਾਕ ਭੇਜਣ ਵਾਲਾ ਵੀ ਪਾਕ ਕਲਾਮ ਵੀ ਪਾਕ ਲਿਆਉਣ ਵਾਲਾ ਜਿਬਰੀਲ ਵੀ ਪਾਕ ਤੇ ਜਿਸ ਨਬੀ ਤੇ ਕੁਰਾਨ ਨਾਜ਼ਲ ਹੋਏ ਉਹ ਨਬੀ ਵੀ ਪਾਕ ਅੱਗੇ ਵਾਰੀ ਆ ਗਈ ਆਪਣੀ ਤੇ ਜਿਹੜਾ ਹਜ਼ੂਰ ਦਾ ਉਮਤੀ ਪੜ ਤੇ ਅਮਲ ਕਰੇਗਾ ਉਹ ਗੁਨਾਹਾਂ ਤੋਂ ਵੀ ਪਾਕ ਜਿਹੜਾ ਪੜ ਤੇ ਅਮਲ ਕਰ ਸੀ ਉਹ ਗੁਨਾਹਾਂ ਤੋਂ ਵੀ ਪਾਕ ਅੱਛਾ ਇੱਦਾਂ ਤਾਂ ਤੁਹਾਨੂੰ ਇਹ ਵੀ ਯਾਦ ਹੋ ਸੀ ਵੀ ਜਿੱਥੇ ਕੁਰਾਨ ਪੜ੍ਹਾ ਜਾਵੇ ਰੱਬ ਦੀ ਰਹਿਮਤ ਦਾ ਨਜ਼ੂਲ ਹੁੰਦਾ ਹੈ ਕਿਬਲਾ ਪੀਰੇ ਤਰੀਕਤ ਰਾਬਰ ਸ਼ਰੀਅਤ ਕਿਬਲਾ ਅਮਜਦ ਅਲੀ ਸਾਹਿਬ ਆਪਨੇ ਬੜਾ ਸੋਹਣਾ ਅੰਦਾਜ਼ 'ਚ ਵਾਜ਼ ਫਰਮਾਇਆ ਕਿਬਲਾ ਅਸਦ ਸਾਹਿਬ ਵੀ ਤਸ਼ਰੀਫ ਫਰਮਾ ਇਹ ਤੁਹਾਨੂੰ ਵੀ ਪਤਾ ਹੈ ਕੁਰਾਨ ਪੜ੍ਹਾ ਜਾਏ ਤੇ ਰੱਬ ਦੀ ਰਹਿਮਤ ਦਾ ਮੀਂਹ ਵਸਦਾ ਨਜ਼ੂਲ ਹੁੰਦਾ ਹੈ ਤੇ ਕੁਰਾਨ ਕਿਹਦੇ ਤੇ ਨਾਜ਼ਲ ਹੋਇਆ ਹੈ ਆਪਣੇ ਲਜਪਾਲ ਨਬੀ ਤੇ ਨਾਜ਼ਲ ਹੋਇਆ ਅੱਲਾ ਤਾਲਾ ਨੇ ਕੁਰਾਨ ਕੁਛ ਆਪਣੀ ਮਰਜ਼ੀ ਤੇ ਕੁਛ ਆਪਣੇ ਮਹਿਬੂਬ ਦੀ ਮਰਜ਼ੀ ਤੇ ਕੁਛ ਆਪਣੇ ਮਹਿਬੂਬ ਦੇ ਯਾਰਾਂ ਦੀ ਮਰਜ਼ੀ ਤੇ ਕੁਰਾਨ ਨਾਜ਼ਲ ਕੀਤਾ ਹੈ ਇਹ ਕੁਰਾਨ ਐਸੀ ਸ਼ਾਨ ਵਾਲੀ ਕਿਤਾਬ ਹੈ ਜਿੱਥੇ ਪੜ੍ਹੀ ਜਾਵੇ ਰੱਬ ਦੀ ਰਹਿਮਤ ਦਾ ਨਜ਼ੂਲ ਹੁੰਦਾ ਤੇ ਕੁਰਾਨ ਕਮਲੀ ਵਾਲੇ ਦੀਆਂ ਅਦਾਵਾਂ ਦਾ ਨਾਮ ਵੀ ਹੈ ਆ ਹੁਣ ਕੁਰਾਨ ਕੋਲ ਪੁੱਛ ਲੈਂਦੇ ਹਾਂ ਐ ਕੁਰਾਨ ਜਿਸ ਨਬੀ ਤੇ ਨਾਜ਼ਲ ਹੋਇਆ ਹੈ ਉਹਦੇ ਬਾਰੇ ਸਵਾਲ ਕਰਾਂ ਤੇ ਤੂੰ ਜਵਾਬ ਦੇਵੇਗਾ ਕੁਰਾਨ ਆਂਦਾ ਪੁੱਛ ਕੀ ਪੁੱਛਣਾ ਚਾਹਨਾ ਹੈ ਮੈਂ ਕਹਾਂ ਕੁਰਾਨ ਮੈਨੂੰ ਪਹਿਲੇ ਇਹ ਗੱਲ ਦੱਸ ਦੇ ਸੋਹਣਾ ਨਬੀ ਕਿਸ ਸ਼ਹਿਰ ਵਿੱਚ ਆਇਆ ਕੁਰਾਨ ਬੋਲਿਆ ਲਾ ਉਕਸਿਮੁ ਬਿਹਾਜ਼ਲ ਵਲਦਿ ਵਅੰਤਾ ਕੁਰਾਨ ਇਲਾਨ ਕਰਦੇ ਅੱਲਾ ਤਾਲਾ ਨੇ ਫਰਮਾਇਆ ਮਹਬੂਬ ਮੈਨੂੰ ਮੱਕੇ ਦੀ ਕਸਮ ਏ ਮੌਲਾ ਕਸਮ ਕਿਉਂ ਉਠਾਈ ਫਰਮਾਇਆ ਸੋਹਣਿਆ ਇੱਥੇ ਤੂੰ ਜੁਰੈਨਾ ਏ ਤੂੰ ਜੁਰੈਨਾ
ਸੋਹਣਿਆ ਤੇਰੀ ਵਜ੍ਹਾ ਨਾਲ ਕਸਮ ਉਠਾਈ। ਅੱਛਾ ਮੈਂ ਕਿਹਾ ਕੁਰਾਨ ਇੱਕ ਹੋਰ ਵੀ ਦੱਸ, ਕੁਰਾਨ ਦਾ ਪੁੱਛ ਸਰਕਾਰ ਦੇ ਬਾਰੇ ਕੀ ਪੁੱਛਣਾ ਈ। ਮੈਂ ਕਿਹਾ ਕੁਰਾਨ ਤੂੰ ਮੇਰੇ ਨਬੀ ਦੇ ਜ਼ਮਾਨੇ ਦਾ ਜ਼ਿਕਰ ਵੀ ਕਰਨਾ ਹੈ, ਕੁਰਾਨ ਦਾ ਸੁਣ ਲੈ। ਵਲ ਅਸਰ ਵਾਹ ਕਸਮੀਆਂ ਅੱਲਾ ਨੇ ਕਸਮ ਉਠਾਈ, ਫਰਮਾਇਆ ਮੈਨੂੰ ਕਸਮ ਜ਼ਮਾਨੇ ਦੀ, ਮੌਲਾ ਕਿਹੜੇ ਜ਼ਮਾਨੇ ਦੀ ਕਸਮ ਹੈ, ਫਰਮਾਇਆ ਮੈਨੂੰ ਜ਼ਮਾਨਾ ਹੈ ਮਹਿਬੂਬ ਦੀ ਕਸਮ ਹੈ, ਜ਼ਮਾਨਾ ਹੈ ਮਹਿਬੂਬ ਦੀ ਕਸਮ। ਠੀਕ ਹੈ, ਮੈਂ ਕਿਹਾ ਕੁਰਾਨ ਤੂੰ ਸਰਕਾਰ ਦੇ ਚਿਹਰੇ ਦਾ ਜ਼ਿਕਰ ਵੀ ਕਰਨਾ ਹੈ, ਕੁਰਾਨ ਦਾ ਸੁਣ ਲੈ ਮੈਂ ਚਿਹਰਾ ਵੀ ਦੱਸ ਦੇਣਾ ਨਾਲ ਜ਼ੁਲਫਾਂ ਵੀ ਦੱਸ ਦੇਣਾ। ਵਦੁਹਾ ਵੱਲੈਲੀ ਜ਼ਾ ਸਜਾ ਚਿਹਰੇ ਦੀ ਵੀ ਕਸਮ ਹੈ ਤੇ ਜ਼ੁਲਫਾਂ ਦੀ ਵੀ ਕਸਮ ਹੈ, ਚਿਹਰਾ ਕਿਹੜਾ ਸੋਹਣਾ ਜਿਹਨੂੰ ਵੇਖ ਕੇ ਚੰਨ ਵੀ ਸ਼ਰਮਾਵੇ ਤੇ ਚੰਨ ਵੀ ਮੇਰੇ ਨਬੀ ਦੇ ਹੁਸਨ ਦੀ ਖੈਰਾਤ ਮੰਗਦਾ ਹੈ, ਚੰਨ ਵੀ ਹਜ਼ੂਰ ਦੇ ਹੁਸਨ ਦੀ ਖੈਰਾਤ ਮੰਗਦਾ ਹੈ। ਸਾਰੀ ਕਾਇਨਾਤ ਬਣੀ ਜੋ ਹਜ਼ੂਰ ਦੇ ਨੂਰ ਵਿੱਚੋਂ ਹੈ, ਤੇ ਪਿਛਾ ਮੁੜ ਰਹਿ ਕੀ ਗਿਆ ਬਈ? ਇਹ ਪੁੱਛ ਲਓ ਮੌਲਾਨਾ ਅਸ਼ਰਫ ਅਲੀ ਥਾਨਵੀ ਕੋਲੋਂ। ਇਹ ਲਿਖ ਤੇ ਲੋਹ ਬਣੀ, ਕਲਮ ਬਣੀ, ਕੁਰਸੀ ਬਣੀ, ਤਿੰਨ ਹਿੱਸਿਆਂ ਨਾਲੇ ਬਣਾ ਤੇ, ਅਤੇ ਚੌਥੇ ਹਿੱਸੇ ਦੇ ਫਿਰ ਚਾਰ ਹਿੱਸੇ ਕੀਤੇ, ਅਤੇ ਫਿਰ ਉਹਦੇ ਤੋਂ ਅਗਾਂਹ ਆਸਮਾਨ ਅਤੇ ਜੰਨਤ ਅਤੇ ਹੂਰਾਂ ਅਤੇ ਮੁੜ ਅਗਾਂਹ ਚੌਥੇ ਦੇ ਮੁੜ ਚਾਰ ਹਿੱਸੇ, ਅਤੇ ਅਗਾਂਹ ਲਿਖਦਾ ਪਿਆ ਹਦੀਸ ਬੜੀ ਤਵੀਲ ਹੈ। ਮਤਲਬ ਇਹ ਹੋਏ ਸਾਰੀ ਕਾਇਨਾਤ ਹਜ਼ੂਰ ਦੇ ਸਦਕੇ ਬਣੀਏ ਔਰ ਸਰਕਾਰ ਦੇ ਨੂਰ ਵਿੱਚੋਂ ਬਣੀਏ। ਅੱਲਾ ਤਾਲਾ ਨੇ ਏਡੀ ਅਜ਼ਮਤ ਵਾਲਾ ਰਸੂਲ ਅਤਾ ਫਰਮਾਇਆ ਜਿਹਦੇ ਸਦਕੇ ਸਾਰੀ ਕਾਇਨਾਤ ਨੂੰ ਬਣਾਇਆ, ਜ਼ਮੀਨ ਬਣਾਈ ਮੇਰੇ ਨਬੀ ਦਾ ਸਦਕਾ, ਸਮਾਂ ਬਣਾਇਆ ਮੇਰੇ ਨਬੀ ਦਾ ਸਦਕਾ, ਸਾਰੀ ਕਾਇਨਾਤ ਜਿੱਥੋਂ ਤੱਕ ਖੁਦਾ ਦੀ ਖੁਦਾਈ ਹੈ ਉੱਥੋਂ ਤੱਕ ਮੁਸਤਫਾ ਦੀ ਮੁਸਤਫਾਈ ਹੈ। ਤੇ ਕਿਸੇ ਆਸ਼ਕ ਨੇ ਤਰਜਮਾ ਕੀਤਾ ਜਾ ਇਸੇ ਬਾਤ ਦਾ ਆਧੇ ਅੰਦਾਜ਼ ਵਿੱਚ ਕਿ ਅੱਲਾ ਤਾਲਾ ਕੀ ਫਰਮਾ ਰਹੀ ਹੈ, ਕੀ ਫਰਮਾ ਰਹੀ ਹੈ ਰੱਬ ਸੋਹਣਾ? ਫਰਮਾਇਆ ਮੇਰੇ ਮੇਰੇ ਯਾਰ ਦੀਏ ਸਾਰੀ ਖੁਦਾਈ ਤੇ ਕੋਈ ਇਤਰਾਜ਼ ਨਾ ਕਰੇ, ਕਿ ਮੇਰੇ ਮਹਿਬੂਬ ਦੀ ਏ ਸਾਰੀ ਖੁਦਾਈ ਮੇਰੇ ਮਹਿਬੂਬ ਦੀ ਏ, ਮੇਰੇ ਯਾਰ ਦੀ ਏ ਸਾਰੀ ਖੁਦਾਈ ਤੇ ਕੋਈ ਇਤਰਾਜ਼ ਨਾ ਕਰੇ, ਇਹਦੇ ਲਈ ਏ ਦੁਨੀਆ ਬਣਾਈ ਤੇ ਕੋਈ ਇਤਰਾਜ਼ ਨਾ ਕਰੇ, ਇਹਦੇ ਲਈ ਏ ਦੁਨੀਆ ਬਣਾਈ ਤੇ ਕੋਈ ਇਤਰਾਜ਼ ਨਾ ਕਰੇ, ਇਹਦੇ ਲਈ ਏ ਦੁਨੀਆ ਬਣਾਈ ਤੇ ਕੋਈ ਇਤਰਾਜ਼ ਨਾ ਕਰੇ। ਸਾਰਾ ਕੁਛ ਹੀ ਆਪਣੇ ਮਹਿਬੂਬ ਦੇ ਸਦਕੇ ਬਣਾਇਆ ਹੈ, ਤੇ ਕਿਸ ਸ਼ਾਨ ਨਾਲ ਭੇਜਿਆ ਹੈ ਕੁਰਾਨ? ਜਗ੍ਹਾ ਜਗ੍ਹਾ ਤੇ ਆਪਣੇ ਮਹਿਬੂਬ ਦੀ ਅਜ਼ਮਤ ਔਰ ਸ਼ਾਨ ਬਿਆਨ ਕਰਦਾ ਹੈ, ਮੁਖਤਲਿਫ ਅੰਦਾਜ਼ ਵਿੱਚ ਬਿਆਨ ਕਰਦਾ ਹੈ। ਸੀਨੇ ਦਾ ਜ਼ਿਕਰ ਕੁਰਾਨ ਵਿੱਚ ਹੈ, ਮੇਰੇ ਨਬੀ ਦੀਆਂ ਜ਼ੁਲਫਾਂ ਦਾ ਜ਼ਿਕਰ ਕੁਰਾਨ ਵਿੱਚ ਹੈ, ਸਰਕਾਰ ਦੇ ਦੰਦਾਂ ਮੁਬਾਰਕਾਂ ਦਾ ਜ਼ਿਕਰ ਕੁਰਾਨ ਵਿੱਚ ਹੈ, ਦਸਤੇ ਮੁਬਾਰਕ ਦਾ ਜ਼ਿਕਰ ਕੁਰਾਨ ਵਿੱਚ ਹੈ, ਮੇਰਾ ਨਬੀ ਜ਼ੁਲਫਾਂ 'ਤੇ ਤੇਲ ਲਾਵੇ ਤੇ ਤਾਂ ਵੀ ਜ਼ਿਕਰ ਕੁਰਾਨ ਵਿੱਚ ਹੈ, ਮੇਰਾ ਨਬੀ ਅਰਸ਼ਾਂ 'ਤੇ ਜਾਵੇ ਤੇ ਤਾਂ ਵੀ ਜ਼ਿਕਰ ਕੁਰਾਨ ਵਿੱਚ ਹੈ। ਅੱਛਾ ਏਡੀ ਅਜ਼ਮਤ ਔਰ ਸ਼ਾਨ ਵਾਲਾ ਤੇ ਮੁੜ ਕਿਸ ਸ਼ਾਨ ਨਾਲ ਦੁਨੀਆ 'ਤੇ ਆਇਆ? ਸੁਣੋ ਹਜ਼ੂਰ ਦਾ ਮਿਲਾਦ। ਸਰਕਾਰ ਦੇ ਦਾਦਾ ਜਾਨ ਦਾ ਨਾਮੇ ਨਾਮੀ ਇਸਮੇ ਗ੍ਰਾਮੀ ਕੀ ਹੈ? ਹਜ਼ਰਤ ਅਬਦੁਲ ਮੁਤਲਬ। ਇਹਨ ਸਰਕਾਰ ਦੇ ਦਾਦਾ ਜਾਨ ਦਾ ਨਾਮੇ ਨਾਮੀ
نبی پاک دا نور جدو پشت در پشت آیا نا تے جنہ جنہ کول ہو کے آیا سارے پاک لوگ آئے، انہاں وچ مشرک نہیں آ کوئی بھی، حضور دے ماں باپ وچ کوئی مشرک ہے؟ مشرک پلیت ہے، قرآن دا فیصلہ ہے، اللہ نے اپنے محبوب دا نور پلیتاں وچ نہیں رکھا، سارے پاک لوگ آئے۔ کئیاں تلے کے چھڈا نا، حضور دے ماں باپ جہنمی ہیں، مشرک آئے، ساڈا یہ عقیدہ نہیں۔ دس جانور ایسے ہیں جنہ جنت وچ جانا ہے، جانور ایسے ہیں، دس جانور ایسے ہیں جنہ جنت وچ جانا ہے۔ تساں بھی جانا ہے؟ جانا نے جنت جانا نے، جنت جانا نے، نماز ایک نہیں پڑھنی تو جانا کدے، کدے چلنا نے، نماز ایک بھی نہیں پڑھنی تو جانا کدے، جنت جانا۔ جھوٹ جھوٹ چگل خوری تو نہ چھوڑے تے جانا جنت چین، روزی حرام کھاویں تے جانا جنت چین، ظلم تے زیادتی کریں تے جانا جنت چین۔ آ قرآن لال کر دے جے جنت چ جانا تے طریقہ کی ہے، قرآن فرما رہی ہے لقد کان لکم فی رسول اللہ اسوۃ حسنا۔ نبی پاک دی زندگی بہترین نمونہ ہے، سرکار دی غلامی وچ آخے جی کیویں، میں کہا لاجپال نبی دا فرمان، نماز میری اکھاں دی ٹھنڈک ہے، نماز دین دا ستون ہے تے نماز مومن دی معراج ہے۔ اپنے کول حالی ٹائم ہی کونی، نماز پڑھن دا ٹائم کونی، ٹائم کئی بندے پری پچائتی چ بڑے بیٹھے گلاں دے، بڑے ماشاءاللہ بڑے منے تنے ہوئے تے آن دی جنازے دی دعا بھی نہیں، ہاں نیت تو گل علی۔ او میں پچھلے دنوں ایک جگہ جنازہ پڑھاون لگا نا، مگر لو بھائی صفا شروع کرو جی ہن، تے میں ہی سیدھا ہویا تو ایک مینوں آندا، پیر جی، پیر اظہر شاہ مکھان جی، آخر نیت تو دس لے تے عمر انہاں دی واہ واہ ہوے۔ مکھا میں صدقے جاواں، 80 سال دے نیڑے ہو گیا بزرگا، یا 60 سال دے، کیتے پڑھے نہیں آدھی زندگی اچھا بڑے، تے مکھا جنوں 60 سالاں چ نیت نہیں آلی یاد ہوئی، دعائیں خبرے کدھا یاد ہو سن، اسی آلی نیت ہی پوچھ دے پھرنے جنازے دی، بس نیت پوچھ لئی تے اگاں پیچھا اللہ بخش سی یار، ہاتھ بن تے کڑا کہانیاں کر تے کدے ایویں دا کدے بے دوے کی پہ کر دے، آندھی نہیں کوئی شے۔ نانا مسلمانان جنت جانا ہے، جنت جانا ہے، جنت اللہ تعالیٰ نے اپنے محبوب دے غلاماں لئی تیار فرمائی ہے، پر غلام بن کملی والے دا تیرا چلنا پھرنا میرے نبی دی سنت دے مطابق ہوئے، تو گلی وچ گزرے تے لوگ ویکھ کے کہن سونے مصطفیٰ دا غلام پیا جاندے، آج اس بندے نے دنیا دی زندگی میرے نبی دے نامیں لا دیتی، اونو قبر وچ گیا بھاویں صدیاں گزر جال، مینو اللہ تعالی دے جلال دی قسم اون دا جسم دا گلنا سڑنا ایک پاسے، اس بندے دا کفن بھی میلا نہیں ہوئے گا، کفن بھی میلا نہیں ہونا۔ پر کندا جو ماہی محمد تو جو محمد تو
حضور تو قربان ہویا او تر گیا ہی جو ماہی محمد تو ماری گئیاں او تر گئیاں گئیاں دعا جہان تو گئیاں دعا جہان تو جو مرنے تو ڈر گئیاں دعا جہان تو میں استدلال پیش کرن لگا سا دس جانوار ہیں جنہیں جنت وچ جانا ہے انہیں کیوں جانا ہے نسبت دی وجہ نال جانا ہے نسبت دی وجہ نال جانا ہے جنہاں وچ ایک مچھلی بھی جنت وچ جائے گی مچھلی جنت وچ جائے گی کتا جنت وچ جائے گا ہد ہد جنت وچ جائے گا چونٹی جنت وچ جائے گی اکیڑی سمجھتے ہیں نا کدھر بولی کا تو نہیں اپنا فرق پیا میری گل کی سمجھ آتی پی جتوں نہ سمجھ آئے مینو دس دے آپ پٹھان والی کار مڑ مڈو شروع ہو چل سا آتی پی نا تو یہ سوکھا ہی کام نے جی نہ بھی آئے تو تھی آخ آئی ہے تا جلدی ختم ہو سی محفل توجہ ہے بھائی دس جانوار ہیں جنہ جنت وچ جانا ہے اور جانا کیوں ہے نسبت دی وجہ نال جنت جانا مچھلی جنت وچ جائے گی مچھلی جنت وچ جائے گی کیڑی مچھلی جندے پیٹ وچ اللہ دے نبی یونس علیہ السلام دے قدم لگے نے تین دن یا چالی دن مچھلی دے پیٹ وچ یونس علیہ السلام دے قدم لگ گئے اللہ تعالیٰ نے فرمایا اے مچھلی تیرے پیٹ وچ میرے نبی یونس علیہ السلام دے قدم لگ گئے میں رب تینو جنت وچ بھیجاں گا یارا مچھلی دے پیٹ وچ اگر یونس نبی دے قدم لگ جان تو مچھلی جنت وچ جاوے تے جس اما آمینہ دے پیٹ وچ 9 مہینے سارے نبیاں دے سردار دے قدم لگے نے او ماں کیوں نہ جنت وچ جاوے گی ماں کیوں نہ جنت وچ جاسی اچھا ایک اور بھی سنو تسی نا سارے کو سنتے رہتے علماء کرام کو سارے فرقے والے کو کہ بچہ قرآن پاک میں سارے درس داخل کرو کی ہو سی جی پڑھ گیا نا بچے نے قرآن یاد کیتا نا تو قیامت والے دے بچے دے ماں باپ دے سر تے نورانی ماں باپ دے سر تے نورانی تیرا پتر قرآن یاد کرے تو قیامت والے دے تیرے سر تے بھی نورانی تاج نال بیگم دے سر تے بھی رکھا کھڑا دوویں میاں بیوی بی بیٹھے نی پاپ تے قیامت والے دے انداز میرا سادہ تے بزرگاں کول پوچھ لو گل ایویں ہی ہے کیوں جی بابا جی ایویں ہی تخت بیٹھے نے تاج سر تے رکھے ہوئے نورانی تاج پوچھا جائے گا کون لوگ اتنی شان و شوکت نال بیٹھے آواز آئے گی اے او ماں باپ نے جنہ دے پتران نے قرآن یاد کیتا ہے حافظ قرآن دے ماں باپ اچھا اے آدھی واری تے تیری آوے تے بڑا سپیکر کھول تے آنکھیں
بھائی میرے پتر قرآن پڑھے تے میرے سر تے نورانی تاج رکھا جائے گا اے تو آدی واری آوے تے تاج ہیٹھ سر کیتی کھڑا ہے تے کدے غور نہیں کیتا ہی جس نبی تے قرآن نازل ہویا ہے اس نبی دے ماں باپ دا شان کتنا بلند ہوئے گا کیا بات کیا بات آج تو پڑھے تیرا پتر آج پڑھے تے پیو سارا دے پٹھے وٹ دے تے گویا سٹ دے تے مال منی دا تے قیامت والے تے تاج لئی بیٹھا نال کو کیا ہاں دوویں بیٹھن جوڑی تاج لئی بیٹھے ایویں نا کیا تے نبی پاک دے ماں باپ نو آکھے جہنمی ہے کچھ عقل نو ہاتھ مار قرآن تے حضور دیاں اداواں دا نام ہے بے شک سبحان اللہ سرکار دا نور سرکار دا نور پشت در پشت جدو حضرت عبد المطلب کول آیا پیشانی وچوں کملی والے دا نور چمکا مارے حضرت عبد المطلب دی شادی ہوئی جدو فاطمہ بی بی نال ذہن چ رکھ دے جاوے نام حضرت عبد المطلب دی شادی فاطمہ بی بی نال ہوئی اے نور فاطمہ بی بی کول آ گیا اللہ تعالی نے فاطمہ نو بیٹا عطا کیتا جدا نام عبداللہ ہے نور کملی والے دا حضرت عبداللہ دی پیشانی وچ چمکا مارے نبی پاک دے والد ماجد دا نام نامی اسم گرامی کیے سبحان اللہ چمکا آپ بڑے خوبصورت ہے بڑے خوبصورت ہے جدو جوان ہوئے نا تو اولاد جدو بھی جوان ہو جائے نا تو ماں باپ نو فکر ہوندی کہ میں دی شادی کراں جی اس دا فرض ادا کراں آپ دا گزر ہویا نا ایک گلی وچوں عورت ایک بڑی نیک پہلیاں کتاباں دا علم رکھن والی اس دی نظر پئی نا حضرت عبداللہ دی پہشانی تے سمجھ گئی آواز دیتی ہے عبداللہ ذرا میری بات سنو فرمایا کی گل ہے کہن لگی عبداللہ میری گل ذرا قریب ہوتے سن کی کہنا چاہنی ہے کہن لگی عبداللہ ویکھ میں او عورتاں جنوں بڑے بڑے بادشاہاں شادی دا پیغام دیتا میں سب نوں ٹھکرا دیتا پر عبداللہ میں خود تینوں روک کے کہنیاں تو میرے نال شادی کر لے بس ان دا نام لین تے آپ تا بڑے پریشان ہو گئے فرمایا ان دی یہ جرت کہ میرے نال اے گل کرے آپ نے فرمایا نانا میرا فیصلہ میں نہیں کرنا میرا فیصلہ میرے باپ نے کرنا ہے جتھے میرا باپ راضی میں عبداللہ بھی اوتھے ہی راضی اس نے کہا میری بات سن اگر شادی کریں نکاح کریں تو سامان بھی دے ساں اٹھ بھی دے ساں بڑا کچھ دے سمال مل سی آپ بڑے شرم و حیا والے سن واپس آ گئے دوبارہ اس گلی وچوں نہیں لنگے بھی اس عورت نے مینوں یہ گل کیتی کیوں ہے ادھر حضرت عبد المطلب ایک دن حرم شریف وچ آرام پہ فرماند سو گئے خواب دے اندر اشارہ ہویا اے عبد المطلب عبداللہ دی شادی کرنی ہے تے اس عورت نال کری جندا نام آمنہ ہوئے جندا نام آمنہ ہوئے وہ دینا شادی کرنی اے خواب وچ اشارہ ہویا آنکھ کھل گئی رشتے دی تلاش وچ نکلے چل دے چلا دے نا حضرت واب کول آ گئے انہاں نال سلام دعا تے بہن اٹھنا آپ نے آ کے فرمایا اے واب
ਯਾਰ ਤੇਰਾ ਭਤੀਜਾ ਬਦੁੱਲਾ ਜਵਾਨ ਹੋ ਗਿਆ ਹੈ, ਆਪਾਂ ਉਹਦੀ ਸ਼ਾਦੀ ਕਰਨੀ ਹੈ। ਮੇਰਾ ਬੇਟਾ ਬੜਾ ਨੇਕ ਹੈ ਤੇ ਮੈਂ ਚਾਹਨਾ ਔਰਤ ਵੀ ਨੇਕ ਹੋਵੇ ਜਿਵੇਂ ਮੇਰਾ ਪੁੱਤਰ ਨੇਕ ਹੈ। ਹਜ਼ਰਤ ਵਾਬ ਬੋਲੇ, ਕਹਿਣ ਲੱਗਿਆ ਅਬਦੁਲ ਮੁਤਲਬ, ਅਗਰ ਤੇਰਾ ਬੇਟਾ ਨੇਕ ਹੈ ਤੇ ਸੁਣ ਲੈ, ਮੇਰੀ ਬੇਟੀ ਵੀ ਬੜੀ ਨੇਕ ਹੈ, ਤੈਨੂੰ ਤੇਰੇ ਪੁੱਤਰ ਵਰਗਾ ਕਿਸੇ ਦਾ ਪੁੱਤਰ ਨਜ਼ਰ ਨਹੀਂ ਆਉਂਦਾ ਤੇ ਮੈਨੂੰ ਮੇਰੀ ਬੇਟੀ ਵਰਗੀ ਨੇਕ ਬੇਟੀ ਕਿਸੇ ਦੀ ਨਜ਼ਰ ਨਹੀਂ ਆਉਂਦੀ। ਆ ਜਾਓ ਆਪਾਂ ਹੱਥ ਜੋੜੀ ਕਰ ਲਈਏ। ਹਜ਼ਰਤ ਅਬਦੁਲ ਮੁਤਲਬ ਤਾਂ ਪਰੇਸ਼ਾਨ ਜਿਹੇ ਹੋ ਗਏ ਵੀ ਇਸਨੇ ਤਾਂ ਮੈਨੂੰ ਰਿਸ਼ਤਾ ਕਹਿ ਵੀ ਦਿੱਤਾ ਹੈ, ਬੇਟੀ ਵੀ ਨੇਕ ਹੈ ਇਸ ਦੀ, ਅਤੇ ਮੈਨੂੰ ਤਾਂ ਹੁਕਮ ਜੋ ਹੋਇਆ ਵੀ ਉਹਦੇ ਨਾਲ ਸ਼ਾਦੀ ਕਰਨੀ ਜਿਹਦਾ ਨਾਮ ਆਮਨਾ ਹੋਵੇ, ਅਤੇ ਜੇ ਹੁਣ ਇਹਦੀ ਬੇਟੀ ਦਾ ਨਾਮ ਆਮਨਾ ਨਹੀਂ ਤਾਂ ਮੈਂ ਇਹਨੂੰ ਜਵਾਬ ਕਿਵੇਂ ਦੇ ਸਾਂ, ਤਲਕ ਵੀ ਹੈ ਅਤੇ ਇਹਨੇ ਮੈਨੂੰ ਰਿਸ਼ਤਾ ਪਹਿਲੇ ਤੋਂ ਹੀ ਆਖ ਦਿੱਤਾ ਹੈ, ਹੁਣ ਪੁੱਛਾਂ ਕਿਵੇਂ। ਸੋਚ ਸੋਚ ਕੇ ਸੋਚ ਸੋਚ ਕੇ ਪੁੱਛਣਾ ਪੈ ਗਿਆ। ਆਪ ਨੇ ਫਰਮਾਇਆ, ਐ ਬਾਬ ਮੰਨਿਆ ਤੇਰੀ ਬੇਟੀ ਨੇਕ, ਪਰ ਪਹਿਲੇ ਮੈਨੂੰ ਦੱਸ ਤੇਰੀ ਬੇਟੀ ਦਾ ਨਾਮ ਕੀ ਹੈ। ਤੋ ਹਜ਼ਰਤ ਬਾਬ ਬੋਲੇ, ਮੇਰੀ ਬੇਟੀ ਦਾ ਨਾਮ ਆਮਨਾ ਹੈ, ਮੇਰੀ ਬੇਟੀ ਦਾ ਨਾਮ ਆਮਨਾ ਹੈ। ਹਜ਼ਰਤ ਅਬਦੁਲ ਮੁਤਲਬ ਸਮਝ ਗਏ ਕਿ ਅੱਲਾਹ ਤਾਲਾ ਨੇ ਮੈਨੂੰ ਆਪ ਹੀ ਇੱਥੇ ਗੱਲ ਦਿੱਤੇ, ਹੱਥ ਜੋੜੀ ਹੋ ਗਈ। ਹਜ਼ਰਤ ਅਬਦੁੱਲਾ ਦੀ ਸ਼ਾਦੀ ਬੀਬੀ ਆਮਨਾ ਨਾਲ। ਵਾ ਆਮਿਨਾ, ਤੇਰੀ ਕਿਸਮਤ ਤੂੰ ਕੁਰਬਾਨ ਹੋਵਾ, ਤੇਰੇ ਮੁਕਦਰਾਂ ਤੂੰ ਕੁਰਬਾਨ। ਕਿਸੇ ਮਾਂ ਦੀ ਗੋਦ ਵਿੱਚ ਨੂਹ ਅਲੈ ਸਲਾਮ ਆਏ, ਕਿਸੇ ਮਾਂ ਦੀ ਗੋਦ ਵਿੱਚ ਇਬਰਾਹੀਮ ਅਲੈ ਸਲਾਮ ਆਏ, ਕਿਸੇ ਮਾਂ ਦੀ ਗੋਦ ਵਿੱਚ ਇਸਮਾਈਲ ਅਲੈ ਸਲਾਮ ਆਏ, ਕਿਸੇ ਦੀ ਗੋਦ ਵਿੱਚ ਯੂਸਫ ਅਲੈ ਸਲਾਮ, ਯਕੂਬ ਅਲੈ ਸਲਾਮ, ਜ਼ਕਰੀਆ ਅਲੈ ਸਲਾਮ, ਯਾਹਯਾ ਅਲੈ ਸਲਾਮ, ਦਾਊਦ ਅਲੈ ਸਲਾਮ, ਸੁਲੇਮਾਨ ਅਲੈ ਸਲਾਮ, ਇਲਿਆਸ ਅਲੈ ਸਲਾਮ, ਅਯੂਬ ਅਲੈ ਸਲਾਮ ਆਏ, ਮੂਸਾ ਕਲੀਮੁੱਲਾ ਆਏ, ਕਿਸੇ ਦੀ ਗੋਦ ਵਿੱਚ ਈਸਾ ਰੂਹੁੱਲਾ ਆਏ। ਪਰ ਆਮੀਨਾ, ਤੇਰੀ ਕਿਸਮਤ ਤੂੰ ਕੁਰਬਾਨ ਹੋਵਾ, ਤੇਰੀ ਗੋਦ ਵਿੱਚ ਅੱਲਾ ਦਾ ਮਹਿਬੂਬ ਆਇਆ ਏ ਸੱਲੱਲਾਹੁ ਅਲੈਹਿ ਵਾਲਿਹ ਵਸੱਲਮ। ਨੂਰ ਆ ਗਿਆ ਬੀਬੀ ਆਮਨਾ ਕੋਲ। ਮੁੜ ਸ਼ਾਦੀ ਤੋਂ ਬਾਅਦ ਇੱਕ ਦਿਨ ਲੰਘੇ ਉਸ ਗਲੀ ਵਿੱਚੋਂ ਜਿਸ ਗਲੀ ਵਿੱਚ ਉਹ ਔਰਤ ਰਹਿੰਦੀ ਆਈ, ਉਸਦੀ ਨਜ਼ਰ ਪਈ ਨਾ, ਉਸ ਔਰਤ ਨੇ ਮੂੰਹ ਐਂ ਮੋੜ ਲਿਆ ਅਤੇ ਆਪਦੇ ਘਰ ਨੂੰ ਦਾਖਲ ਹੋਈ, ਦਰਵਾਜ਼ਾ ਬੰਦ ਪਈ ਕਰਦੀ। ਆਪਨੇ ਫਰਮਾਇਆ, ਪਹਿਲੇ ਮੈਨੂੰ ਸ਼ਾਦੀ ਦੀ ਦਾਵਤ ਦਿੰਦੀ ਆਈ ਅਤੇ ਅੱਜ ਮੈਂ ਅਚਾਨਕ ਗਲੀ 'ਚ ਆ ਗਈਆਂ ਅਤੇ ਇਸਨੇ ਵੇਖਣਾ ਵੀ ਗਵਾਰਾ ਨਹੀਂ ਕੀਤਾ, ਇੱਧਰ ਮੂੰਹ ਕਰ ਲਿਆ। ਫਰਮਾਇਆ, ਬੀਬੀ ਗੱਲ ਕੀ ਏ? ਕਹਿਣ ਲੱਗੀ ਹੈ, ਅਬਦੁੱਲਾ ਪਤਾ ਨਹੀਂ ਤੈਨੂੰ ਕੀ ਖਿਆਲ ਆਇਆ, ਬਾਤ ਅਸਲ ਮੈਂ ਕਿ ਮੈਂ ਪਹਿਲੀਆਂ ਕਿਤਾਬਾਂ ਦਾ ਇਲਮ ਰੱਖਣ ਵਾਲੀ, ਮੈਂ ਜਦੋਂ ਤੁਹਾਨੂੰ ਸ਼ਾਦੀ ਦੀ ਦਾਵਤ ਦਿੱਤੀ ਆਈ, ਮੈਂ ਤੇਰੀ ਦੀਵਾਨੀ ਨਹੀਂ ਆਈ, ਮੈਂ ਉਸ ਨੂਰ ਦੀ ਦੀਵਾਨੀ ਆਈ ਜਿਹੜਾ ਤੇਰੀ ਪਛਾਣੀ ਵਿੱਚ ਚਮਕਾ ਮਾਰਦਾ ਸੀ। ਵੋ ਜਿਸ ਕੇ ਨੂਰ ਸੇ ਤੇਰੀ ਚਮਕਤੀ ਥੀ ਪਛਾਣੀ, ਵੋ ਜਿਸਕੇ ਨੂਰ ਸੇ ਤੇਰੀ ਚਮਕਤੀ ਥੀ ਪਛਾਣੀ, ਉਸੀ ਕੀ ਥੀ ਮੈਂ ਤਾਲਿਬੀ, ਉਸੀ ਕੀ ਥੀ ਮੈਂ ਦੀ
دیوانی عبداللہ میں تے اس نور دی دیوانی آئی اسی کی تھی میں طالب اسی کی تھی میں دیوانی مگر رہ گئی محروم قسمت میری پھوٹی ہے سنا ہے کہ بولے متین آمینہ نے لوٹی ہے کہن لگی عبداللہ میں نے پوچھ پہ گئی ہے کہ جیڑی نعمت دی میں طلب گھار آئی وہ نعمت بی بی آمنہ نے لوٹ لئی ہے ہن نور سرکار دا بی بی آمنہ پاک کول حال تک سرکار دا دنیا تے ظہور نہیں ہویا توجہ ہے بھی تواڈی نبی پاک دی ولادت با سعادت تو 52 دن پہلا حالی 52 دن باقی آئے سرکار دی دنیا تے تشریف آوری وچوں اور جدو واقعہ پیش آیا ابرے بادشاہ آڑا ابرا بادشاہ آیا نا کعبہ ٹھان واسطے بیت اللہ نو گران واسطے آیا تے پتہ ہے کیوں آیا ہا ایک کعبہ ڈھان کیوں آیا اینا بیت اللہ دے مقابلے وچ اتھے بنایا بھئی لوگ آئے میں ادھے جان دین جا طواف کر دین آپ ان دن سونا کمرہ اتھے بنا دین بیت اللہ دے مقابلے وچ جس نے چنگے پیسے لاتے نہ بنا لیا نا آدھے ملک کے چھے صبح ہونا ہا افتتاح اوندہ شہر وچ ایک مکے چو بندہ آیا ہویا مہمان کسے دے گھر انہیں سنیا بھئی یہ رب دے گھر دے مقابلے چھے تھے بنائی بیٹھے تے صبح افتتاح ہونا ہے انہیں راتی سکیم لائی موڑے افتتاح تے اندہ میں ہی کرسا موڑا انہوں نے افتتاح کیویں کیتا ادھی رات اٹھی جا انہیں جا تے کنڈا چا کھولا تے ویچ بہ تے انہیں پیشاب چا کیتا تسلی نال تے چھٹے قدہ نال ماردا تے راتو رات نکل گیا مکہ شریف نو آ گیا ہن صبح ہونا ہا افتتاح اے بادشاہ تے بڑے ساز و سامان تے بڑی دھوم دھام نال بس یا بوا کھولا بس اگا منہ کیتا تے بس نسا بند کرنیاں پی گئی انہاں آخا بھائی آ کی حشر نشر ہویا پیا وچ اے کہ کیتا بندہ بھالو انہیں حد نہیں لا دیتی کسے آقا فلانے گھر مکے چو بندہ ایک آیا ہویا اے مڑ کام وہ کر گئی ہوئے اے افتتاح تا وہ کر گئی ہوئے اے رب دے گھر دے مقابلے چ بنائی بیٹھے ہیں نا مڑے جان والے ایویں ہی ہونا نا جس لوں دی پکڑ ہوے نا اس نے لنگڑے مچھر کول بھی کام لے لیندا ناک دے ذریعے دماغ چ جاؤ مڑ خدائی دعویٰ کرن والے دے جا دماغ نو ہلاوے اون دے مڑ سیرے تے لتر مارے جاندے ڈیوٹی انہیں لائی ائیں کردا تے او مڑ وچ سہم جاندا لنگڑا مچھر مڑ جٹے بچو ہاتھ مارنا انہیں مڑ ایک بندے دی ڈیوٹی لائی بھی تو نا جس نے تینو اشارہ کرا نا تو لتراں نال کاٹ جڑی بادشاہ نو ٹھکنیاں آئیاں مڑ لتر بھی چنگا کوئی تلے دا کام کیتا ہویا سی نا بڑا مہنگا لتر ہونا ਅਹੀਂ ਕੁਟਾ ਕੁਟ ਜਿਸ ਵੇਲੇ ਉਹਦੀ ਪਕੜ ਹੋ ਜਾਵੇ ਅਹੀਂ ਕਰਤੇ ਪਕੜਦੇ ਹੀ ਉਹਦੀ ਪਕੜ ਰਹੀਮ ਵੀ ਹੈ ਕਰੀਮ ਵੀ ਹੈ ਲੇਕਿਨ ਜੱਬਾਰ ਔਰ ਕਹਾਰ ਵੀ ਹੈ ਉਸਦੀ ਪਕੜ ਵੀ ਬੜੀ ਸਖਤ ਹੈ ਪਕੜ ਵੀ ਬੜੀ ਸਖਤ ਹੈ ਕਿਹੜੀ ਗੱਲ ਕਰਦੇ ਪੈਸੇ ਭਲਾ ਇਫਤਤਾਹ ਵਾਲੀ ਉਹਨੂੰ ਤਾਂ ਗੁੱਸਾ ਆਇਆ ਉਹਨੇ ਕਿਤਾ ਮੈਂ ਹੁਣ ਇਹਨਾਂ ਦਾ ਜਿਹੜਾ ਬੈਤੁੱਲਾ ਇਹਨਾਂ ਬਣਾਇਆ ਹੋਇਆ ਨਾ ਮੈਂ ਇਹਨੂੰ ਢਾਹ ਤੇ ਆਸ ਹਾਂ ਇਹ ਢਾਹ ਬਣਾਇਆ ਬੈਤੁੱਲਾ ਸ਼ਰੀਫ ਨੂੰ ਇਸ ਗੱਲੋਂ
مکے شریف دے قریب آیا، پڑاؤ کیتا، ٹھہرا، حضرت عبد المطلب نبی پاک دے دادا جان دا غلام اٹھ چران دا پھر دے، بادشاہ تے للکر ماری، پھاڑ لو اے نہ اٹھا نو پکڑو، سارے اٹھو نہ پکڑ لے، تے نوکر تا بھاج پیا پیچھا، انہیں آتے سرکار نو عرض کیتی، بابا جی تو کوئی بادشاہ آیا بیٹھا ہے، ہاتھی بھی نال تے گھوڑے بھی تے لشکر نال، انہیں اپنے اٹھ پکڑ لے۔ سرکار دے دادا جان نے فرمایا انہیں اٹھ پکڑ لے اپنے، چل پھر میں چلنا۔ سرکار دے دادا جان تشریف لے آئے، ابرا بادشاہ بیٹھا ہے، ان دا ہاتھی بھی کھڑا ہے، جو ہی نبی پاک دے دادا جان قریب آئے، اس ہاتھی دی نظر پئی حضرت عبد المطلب دے چہرے تے، انہیں سجدے وچ سر رکھ دیتا، تے ابرا بادشاہ آپ دا جلال ویکھ کے جمال ویکھ تے کھڑا ہو گیا، استقبال لئی بٹھایا، کون ہو اور کیویں آئے ہو؟ فرمایا گل سن، میرا نام ہے عبد المطلب، میں کعبے دا متولی ہاں، بیت اللہ دا، تو میرے اٹھ پکڑ لین، میں اٹھ لین آیا۔ اس نے کہا تے تانو پتہ ہے میں کیوں آیا؟ فرمایا کیویں آیا؟ انہیں تو میں تہاڈا کعبہ ٹھان واسطے آیا، اے بیت اللہ نو گران واسطے آیا۔ آپ نے فرمایا بادشاہ میں اٹھ لین آیا، میرے اٹھ مینو دے۔ انہیں آکھا عجیب بات ہے، تو کعبے دا متولی ہے، سارا کنٹرول تیرے ہاتھ وچ ہے، تو کعبے دی میرے نال گل ہی نہیں کرنا ہے، بھائی نہ ڈھا یا کوئی ہوندا ہی بندہ گل کردا ہے، تو اٹھ ہی منگنا ہے، مینو اٹھ دے چا، اور بیت اللہ دی گل نہیں کرنا ہے۔ آپ نے فرمایا برا اٹھ میرے مینو دے دے، کعبہ جانے تے کعبے دا والی جانے، اٹھ میرے دے دے میں اٹھ لینا آیا، کعبہ جانے تے کعبے دا والی جانے۔ آپ اتھو واپس گھر آئے تو بی بی آمینہ تشریف فرما، سرکار دی ولادت چ 52 دن پہلا دی یہ گل ہے، آپ نے نا ویکھا تے عرض کیتی، بابا جی اج پریشان جے معلوم ہوندے نے، خیر تو ہے؟ آپ نے فرمایا بیٹی ایک بادشاہ آیا بیٹھا ہے، کعبہ ڈھان واسطے آیا ہے، لشکر نال لے تے فوجاں تے ہاتھی تے گھوڑے تے سامان، بیت اللہ نو گران آیا ہے، اس لئی پریشان ہاں۔ پر بیٹی گل یہ ہے، اے آمینہ جی اج تو میرا ساتھ دےوے نا تے گل بن سکدی ہے۔ آپ نے عرض کی تھی بابا جی کی حکم ہے من دسو؟ فرمایا بیٹی آمینہ میرا دل آندا ہے آپا دونوں چلیے بیت اللہ شریف وچ، اوتھے چل تے دعا منگنے آں، میں دعا منگا گا تو آمین آکھ دیوی، دل مندا ہے رب دعا نو قبول فرما لوے گا۔ بابا جی چلو، حضرت عبد المطلب آ گئے، نبی پاک دی امی جان آ گئیاں، بیت اللہ دا غلاف پکڑ کے حضرت عبد المطلب نے دعا منگی، مولا اے بادشاہ تیرا گھر ڈھان واسطے آیا ہے، تو آپ حفاظت کرن والا ہے، مولا تینوں اس نور دا واسطہ ہے جیڑا نور میری بیٹی آمینہ دے پیٹ وچ موجود ہے، مولا کعبے دی حفاظت فرما لے۔ مگر نبی پاک دی امی جان نے کہا آمین۔ اللہ تعالیٰ نے فرمایا جبریل
ਜੀ ਰੱਬੇ ਜਲੀਲ ਫਰਮਾਇਆ ਵੇਖ ਕਾਬੇ ਵਿੱਚ ਕੌਣ ਕੌਣ ਖੜਾ ਏ ਯਾ ਅੱਲਾਹ ਇੱਕ ਤੇਰੇ ਮਹਿਬੂਬ ਦਾ ਦਾਦਾ ਜਾਨ ਇੱਕ ਤੇਰੇ ਮਹਿਬੂਬ ਦੀ ਅੰਮੀ ਜਾਨ ਏ ਫਰਮਾਇਆ ਇਹਨਾਂ ਦੀ ਦੁਆ ਅਗਰ ਕਬੂਲ ਨਾ ਹੋਈ ਤੇ ਕੋਈ ਬੰਦਾ ਮੇਰੇ ਯਾਰ ਨੂੰ ਤਾਨਾ ਨਾ ਮਾਰ ਲਵੇ ਕਿ ਦਾਦੇ ਵੀ ਦੁਆ ਮੰਗੀ ਤੇ ਅੰਮੀ ਵੀ ਦੁਆ ਮੰਗੀ ਤੇ ਕਬੂਲ ਨਾ ਹੋਈ ਯਾ ਅੱਲਾਹ ਫਿਰ ਕੀ ਹੁਕਮ ਏ ਫਰਮਾਇਆ ਜਲਦੀ ਨਾਲ ਅਬਾਬੀਲਾਂ ਦਾ ਲਸ਼ਕਰ ਲੈ ਜਾ ਅਬਾਬੀਲ ਵੇਖੇ ਹੋਏ ਨੇ ਅਬਾਬੀਲ ਤੁਹਾਡੇ 'ਚ ਕੋਈ ਹਾਜੀ ਬੈਠੇ ਨਾ ਉਹਨਾਂ ਵੇਖਿਓ ਸਨ ਹਰਮ ਸ਼ਰੀਫ 'ਚ ਨਾ ਹੁਣ ਵੀ ਉੱਡਿਆ ਛੋਟਾ ਜਿਹਾ ਪਰਿੰਦਾ ਹੈ ਅਲਹਮਦੁਲਿਲਾ ਸਰਕਾਰ ਦੇ ਜ਼ਿਕਰ ਦਾ ਸਦਕਾ ਮੈਨੂੰ 20 ਮਰਤਬਾ ਹਾਜ਼ਰੀ ਨਸੀਬ ਹੋਈ ਮਦੀਨਾ ਸ਼ਰੀਫ ਦੀ ਸਾਲ 'ਚ ਦੋ ਵਾਰੀ ਜਾਂ ਅੱਲਾ ਸਭ ਨੂੰ ਲੈ ਜਾਏ ਜਾਣਾ ਮਦੀਨੇ ਤਾਂਗ ਹੈ ਨਾ ਕਿਹਨੂੰ ਨਹੀਂ ਤਾਂਗ ਯਾਰ ਈਮਾਨ ਵਾਲੇ ਬੰਦੇ ਨੂੰ ਅੱਲਾ ਸਾਨੂੰ ਮਰਨ ਤੋਂ ਪਹਿਲੇ ਹਜ਼ੂਰ ਦਾ ਗਰੀਬ ਬੰਦੇ ਵੀ ਮੈਂ ਵੇਖੇ ਨਹੀਂ ਜਿਹਨਾਂ ਦੇ ਚੁੱਲ੍ਹੇ ਵਿੱਚ ਅੱਗ ਵੀ ਨਹੀਂ ਨਾ ਬਲਦੀ ਉਹ ਵੀ ਬੈਠੇ ਦੁਆ ਮੰਗ ਯਾ ਅੱਲਾ ਕਦੇ ਤਾਂ ਸਾਨੂੰ ਵੀ ਯਾਰ ਦਾ ਰੋਜ਼ਾ ਵਿਖਾਵੇ ਆ ਇਸ ਲਈ ਤੇ ਅਸੀਂ ਆਨੇ ਆਏ ਮਿੱਟੀ ਪਾ ਕੇ ਮਦੀਨੇ ਦੀ ਮਿੱਟੀ ਪਾ ਕੇ ਮਦੀਨੇ ਦੀ ਸੁਰਮਾਂ ਅੱਖੀਆਂ ਦਾ ਸਾਨੂੰ ਖਾਕ ਮਦੀਨੇ ਦੀ ਸੁਰਮਾਂ ਅੱਖੀਆਂ ਦਾ ਸਾਨੂੰ ਖਾਕ ਮਦੀਨੇ ਦੀਏ ਦੱਸਾਂ ਗੱਲ ਕੀ ਖਜ਼ੀਨੇ ਦੀ ਦੱਸਾਂ ਗੱਲ ਕੀ ਖਜ਼ੀਨੇ ਦੀ ਸਾਰਾ ਜੱਗ ਖਾਂਦਾ ਏ ਖੈਰਾਤ ਮਦੀਨੇ ਦੀ ਸਾਰਾ ਜੱਗ ਖਾਂਦਾ ਏ ਖੈਰਾਤ ਮਦੀਨੇ ਪਾਣੀ ਕੌਸਰ ਦਾ ਪੀਂਦੇ ਓ ਤੁਸਾਂ ਨਾਲ ਤਾਲਾਂ ਲਾਜਵਾਲ ਸਦੀਨੇ ਓ ਤੁਸਾਂ ਨਾਲ ਤਾਲਾਂ ਲਾਜਵਾਲ ਸਦੀਨੇ ਓ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਅੱਲਾ ਮਦੀਨੇ ਦੀ ਜ਼ਿਆਰਤ ਨਸੀਬ ਫਰਮਾਏ ਫਰਮਾਇਆ ਅਬਾਬੀਲਾਂ ਦਾ ਲਸ਼ਕਰ ਲੈ ਜਾ ਅਬਾਬੀਲ ਛੋਟਾ ਜਿਹਾ ਪਰਿੰਦਾ ਹੈ ਛੋਟਾ ਜਿਹਾ ਪਰਿੰਦਾ ਇਹ ਹੁਣ ਆਪਣੇ ਬਾਦਸ਼ਾਹ ਨਾਲ ਮੁਕਾਬਲੇ 'ਚ ਫੌਜ ਆਈ ਖੜੀ ਅਬਾਬੀਲਾਂ ਦੀ ਫਰਮਾਇਆ ਜਿਬਰੀਲ ਇੱਕ ਇੱਕ ਕੰਕਰੀ ਇਹਨਾਂ ਦੇ ਪੰਜੇ ਵਿੱਚ ਹੋਵੇ ਇੱਕ ਕੰਕਰੀ ਇਹਨਾਂ ਦੀ ਚੁੰਝ ਵਿੱਚ ਦੇ ਦੇ ਮੌਲਾ ਛੋਟਾ ਜਿਹਾ ਪਰਿੰਦਾ ਏ ਕੰਕਰੀ ਵੀ ਚਣੇ ਦੇ ਬਰਾਬਰ ਕਹਿ ਲਓ ਜਾਂ ਥੋੜ੍ਹੀ ਜਿਹੀ ਬੜੀ ਅੱਗੇ ਮੁਕਾਬਲੇ ਵਿੱਚ ਹਾਥੀ ਲਸ਼ਕਰ ਫਰਮਾਇਆ ਜਿਬਰੀਲ ਇਹ ਕੰਕਰੀ ਸੁੱਟਣਾ ਏ ਅਬਾਬੀਲਾਂ ਦਾ ਕੰਮ ਏ ਇਸ ਕੰਕਰੀ ਨੂੰ ਬੰਬ ਬਣਾਵਣਾ ਮੈਂ ਰੱਬੁਲ ਆਲਮੀਨ ਦਾ ਕੰਮ ਏ ਬਸ ਕੋਈ ਨਹੀਂ ਬੇਟਾ ਮੁੜ ਕੀਤਾ ਕਿਵੇਂ ਉਹਨਾਂ ਦੇ ਹਸ਼ਰ ਨਸ਼ਰ ਕਿਵੇਂ ਹੋਏ ਅਲਾਮ ਤਾਰਾ ਕੈਫਾ ਸੂਰਤ ਪਹਾੜ 'ਤੇ ਵੇਖੋ ਨਾ ਪਤਾ ਲੱਗੇ ਅਸੀਂ ਕਰ ਦਿੱਤਾ ਜਿਵੇਂ ਬੂਹ ਹੁੰਦਾ ਹੈ ਅਬਾਬੀਲਾ ਤੂੰ ਹਾਥੀ ਮਰਵਾ ਦਿਲਦਾ ਏ ਕਿਉਂ ਨਾ ਕਵਾਂ ਬੈਤੁੱਲਾ ਦੀ ਹਿਫਾਜ਼ਤ ਹੋਈ ਏ ਮੇਰੇ ਨਬੀ ਦੇ ਨੂਰ ਦਾ ਸਦਕਾ ਨੂਹ ਅਲੈ ਸਲਾਮ ਦੀ ਕਸ਼ਤੀ ਜੂਦੀ ਪਹਾੜ ਨਾਲ ਲੱਗੀ ਮੇਰੇ ਨਬੀ ਦੇ ਨੂਰ ਦਾ ਸਦਕਾ
ابراہیم علیہ السلام تے آگ گلزار ہوئی میرے نبی دے نور دا صدقہ ہے اسماعیل علیہ السلام دے گلے تے چھری نہیں چلی اے بھی میرے نبی دے نور دا صدقہ ہے ساریاں برکتاں ساریاں رحمتاں تے ساریاں کرم نوازیاں تے سرکار دے دم نال نا شیطان نو جان دے نے شیطان نو جان دے نے بول دے نہیں پے صحیح گل ہے بھی سجنا دا نام بھری محفل چ نہیں لینا چاہیے جنہ دی کھٹ میں ٹوئی کھڑی وہ تا بول پوے جان دے نے شیطان نو ازلی دشمن ہے انسان دا شروع تو ہی دشمن ہے آدم علیہ السلام نے اللہ تعالیٰ نے بنایا نا بت بنایا پیٹ بنایا اے ناف نہیں بنائی آدم علیہ السلام نے بس پیٹ گول مول پیٹ ہی بنایا بت بنایا آدم علیہ السلام دا فرشتیاں نے فرمایا آؤ ویکھو یہ شیطان اس ویلے فرشتیاں دا ہیڈ ماسٹر لگا ہویا 7 لاکھ سال بیت المامور دے مسلے تے درس دیتا فرشتیاں نو سبق دینا جنت چران دا اینو بھی آکھ اے دا نام سی عزازیل تو بھی آ اے آیا نا ان آدم علیہ السلام نو ویکھا ویکھ تے نا نفرت نال نے تھوک سٹ دیتی تھوک سٹی تے تھوک آئی جتھے آئے دنی نہیں اپنی ناف بنی ہوئی ایتھے اللہ تعالیٰ نے فرمایا جبریل جتھے انہیں تھوک سٹی ہے نا اتنی مٹی وچوں کاٹ دے اے مٹی وچوں کاٹ دے وہ مٹی جدو نکلی تے پیٹ دی خوبصورتی بھی بن گئی اے ناف ناڑو جیڑی مٹی کڈی یا اللہ انہیں دا کی کراں فرمایا جبریل اس مٹی دا کتا بناؤ کتا کتا میں ذمہ داری نہ عرض پیا کرنا کتا بنا دے ہونے جڑا کتا ہے اے بندے نال انس اس لئی کردا ہے کہ پیٹ دی مٹی وچوں کڈی ہوئی ہے پلیت اس لئی ہے کہ شیطان دی تھوک شامل ہے تے جاگدا اس لئی ہے اینو ہاتھ جبریل دے لگے نے اے تفسیر نعیمی وچ بھی یہ بات نقل کیتی گئی اے شیطان اللہ تعالی نے لانتاں دا توغ پا تے جنت چو باہر کڑ دیتا نال ایک فرشتے دی ڈیوٹی لا دیتی کہ ہر روز نا ان دے بوتھ اتے چاٹ مارنی فرشتے دی ڈیوٹی ہر روز چنگی ٹکا تے مار دا فرشتہ شیطان نو اگلے دن تک اس دا اثر رہندا اینو تے جدو ایت نازل ہوئی نا اللہ نے اعلان کیتا وما ارسلناک الا رحمت للعالمین کہ میرا محبوب سارے جہاناں لئی رحمت ہے ادھوں شیطان نے کہا مولا تیرا محبوب جہاناں لئی رحمت ہے تے پھر میں بھی جہاناں وچ شامل ہاں مولا تینو تیرے یار دی رحمت دا واسطہ ہے اے تھپڑ تو جان چھڑا دے اللہ تعالیٰ نے فرمایا اے فرشتے آج تو بعد تھپڑ نہ ماری مالا کیوں فرمایا آج اینے میرے یار دی رحمت دا واسطہ دیتا ہے ہن اے دے ولے ویکھا یا آدے یار دی رحمت ولے ویکھا یار دی رحمت دا صدقہ آج تو بعد اینوں تھپڑ نہیں بجے گا بھی ایڈیاں کریمیاں رب دیاں اوے بابو اگر شیطان حضور دی رحمت دا واسطے تے بھول گیا کئیاں بزرگاں وی لکھا ہے اگر ساری معافی مانگ لیندا تے اینو اج ساری معافی مل جانی ہے پکی پکی انہاں کا تھپڑ تو جان چھٹ جاوے فرمایا اج تو بعد تھپڑ نہیں مارنا فرشتے بس کر بڑیاں ٹھوک گئیاں اینو
ਇਹਨੇ ਯਾਰ ਦੀ ਰਹਿਮਤ ਦਾ ਵਾਸਤਾ ਦਿੱਤਾ, ਹੁਣ ਇਹਦੇ ਵੱਲੇ ਵੇਖਾਂ ਜਾਂ ਇਹਦੇ ਯਾਰ ਵੱਲੇ ਵੇਖਾਂ। ਅਸੀਂ ਤਾਂ ਉਮਤੀ ਆ ਹਜ਼ੂਰ ਦੇ, ਸਾਡਾ ਨਬੀ ਤੇ ਉਹ ਨਬੀ ਏ ਜਿਹਨੇ ਪੱਥਰ ਮਾਰਨ ਵਾਲਿਆਂ ਨੂੰ ਵੀ ਦੁਆ ਦਿੱਤੀ ਏ, ਜਿਹੜਾ ਨਬੀ ਪੱਥਰ ਮਾਰਨ ਵਾਲਿਆਂ ਨੂੰ ਦੁਆ ਦੇਵੇ ਦੱਸ ਤੇ ਸਹੀ, ਉਹ ਮਿਲਾਦ ਕਰਨ ਵਾਲਿਆਂ ਨੂੰ ਕਿਤਨੀਆਂ ਦੁਆਈ ਦੇਵੇਗਾ। ਮਿਲਾਦ, ਹਜ਼ੂਰ ਦੀ ਆਮਦ ਦਾ ਜ਼ਿਕਰ ਕਰਨਾ, ਮੇਰੇ ਨਬੀ ਦੀ ਸੀਰਤ ਬਿਆਨ ਕਰਨਾ, ਹਜ਼ੂਰ ਦੀ ਸੂਰਤ ਬਿਆਨ ਕਰਨਾ, ਇਹਦਾ ਨਾਮ ਮਿਲਾਦ ਏ। ਅਤੇ ਸਿਰਫ ਅਸਾਂ ਹੀ ਨਹੀਂ ਕਰਦੇ, ਹਰ ਆਉਣ ਵਾਲੇ ਨਬੀ ਨੇ ਕੀਤਾ ਹੈ, ਔਰ ਆਪਣੇ ਕਲਮਾ ਪੜ੍ਹਨ ਵਾਲਿਆਂ ਨੂੰ ਦੱਸਦੇ ਆਏ ਨੇ ਕਿ ਲੋਗੋ ਸੋਹਣਾ ਆਉਣ ਵਾਲਾ ਹੈ, ਲੋਗੋ ਸੋਹਣਾ ਆਉਣ ਵਾਲਾ ਹੈ। ਅਤੇ 12 ਰਬੀਉਲ ਅੱਵਲ ਦਾ ਦਿਹਾੜਾ ਆਇਆ ਅਤੇ ਹੁਣ ਅੱਜ ਅਸੀਂ ਐਲਾਨ ਪੇ ਕਰਨੇ, ਲੋਗੋ ਸਰਕਾਰ ਆ ਗਏ ਨੇ, ਹਜ਼ੂਰ ਆ ਗਏ ਨੇ, ਅਤੇ ਸਾਰੀ ਬਹਾਰ ਸਰਕਾਰ ਦੇ ਦਮ ਨਾਲ। ਲੋਕ ਤਾਂ ਦੀਆਂ ਨੂੰ ਜੀਂਦੀਆਂ ਨੂੰ ਟੋਏ ਖੱਟ 'ਤੇ ਪੂਰੀ ਜਾਂਦੇ, ਬੁੱਤਾਂ ਦੀ ਪੂਜਾ, ਚੰਨ ਦੀ ਪੂਜਾ, ਸੂਰਜ ਦੀ ਪੂਜਾ, ਹਰ ਕੰਮ ਦਾ ਵੱਖਰਾ ਵੱਖਰਾ ਖੁਦਾ ਬਣਾ ਹੋਇਆ ਸੀ। ਜਦੋਂ ਹਜ਼ੂਰ ਆਏ ਨੇ ਤਾਂ ਬਹਾਰ ਆਈ ਨਾ, ਹਰ ਬੁਰਾਈ ਕੋ ਦੀਆ ਦੇਸ ਨਿਕਾਲਾ ਜਿਸਨੇ, ਹਰ ਬੁਰਾਈ ਕੋ ਦੀਆ ਦੇਸ ਨਿਕਾਲਾ ਜਿਸਨੇ, ਡਗਮਗਾਤੇ ਹੋਏ ਇਨਸਾਨ ਕੋ ਸੰਭਾਲਾ ਜਿਸਨੇ, ਕਰ ਦੀਆ ਮਸ਼ਰਿਕੋ ਮਗਰਿਬ ਮੇ ਉਜਾਲਾ ਜਿਸਨੇ, ਉਸੀ ਇਨਸਾਨ ਕੋ ਮਹਬੂਬੇ ਖੁਦਾ ਕਹਤੇ ਹੈ, ਨਾਮ ਸੁਣਤੇ ਹੈ ਤੋ ਸਭ ਸੱਲੇ ਆਲਾ ਕਹਤੇ ਹੈ। ਏਡੀ ਅਜ਼ਮਤ ਵਾਲਾ ਨਬੀ ਅੱਲਾ ਨੇ ਅਤਾ ਕੀਤਾ ਹੈ, ਏਡੀਆਂ ਸ਼ਾਨਾਂ ਵਾਲਾ ਅਤਾ ਕੀਤਾ ਹੈ ਕਿ ਜਿਹਦੇ ਲੁਆਬ ਵਿੱਚ ਵੀ ਸ਼ਫਾਵਾਂ। ਅਸਾਂ ਤਾਂ ਸਾਡੇ ਵਾਸਤੇ ਤਾਂ ਕੰਪਨੀਆਂ ਨੇ ਸਪੈਸ਼ਲ ਸਟੀਕਰ ਬਣਵਾਏ ਨੇ, ਦੁਕਾਨਾਂ ਵਾਲੇ ਪੈਸੇ ਭਰ ਤੇ ਲੈ ਜਾਂਦੇ, ਦੁਕਾਨ ਦੇ ਸ਼ੀਸ਼ੇ ਨਾਲ ਲਾਈ ਬੈਠੇ ਨੇ, ਯਹਾਂ ਥੂਕ ਨਾ ਮਨਾ, ਇਹ ਆਪਣੇ ਭਰੂ ਲੱਗਣ, ਇਹ ਥੁੱਕ ਨਾ ਸੱਟਣ, ਕਿਉਂਕਿ ਆਪਣੀ ਥੁੱਕ ਚਾਹੁੰਦੇ ਨੇ, ਬਿਮਾਰੀ ਹੈ, ਜਰਾਸੀਮ ਹਨ। ਤੇਰੀ ਤੇ ਮੇਰੀ ਥੁੱਕ ਵਿੱਚ ਬਿਮਾਰੀ, ਪਰ ਮੇਰਾ ਨਬੀ ਲੁਆਬ ਸ਼ਰੀਫ ਪਾਵੇ ਕੌੜਾ ਖੂਹ ਮਿੱਠਾ ਹੋ ਜਾਵੇ, ਹਜ਼ਰਤ ਕਤਾਦਾ ਦੀ ਅੱਖ ਵਿੱਚ ਲੱਗ ਜਾਵੇ, ਅੱਖ ਵਿੱਚ ਨੂਰ ਆ ਜਾਂਦਾ, ਕੱਟਿਆ ਬਾਜ਼ੂ ਨਾਲ ਲੱਗ ਜਾਵੇ ਬਾਜ਼ੂ ਜੁੜ ਜਾਂਦਾ, ਹਜ਼ਰਤ ਜਾਬਰ ਦੇ ਸਾਲਣ ਵਿੱਚ ਪੈ ਜਾਵੇ ਤੇ 1500 ਬੰਦਾ ਖਾ ਜਾਵੇ, ਤੇ ਬਾਅਦ ਚ ਵੇਖਣ ਤੇ ਪਹਿਲੇ ਨਾਲੋਂ ਵੀ ਜ਼ਿਆਦਾ ਪਿਆ ਲੱਗਦਾ ਹੈ, ਪਹਿਲੇ ਨਾਲੋਂ ਵੀ ਜ਼ਿਆਦਾ। ਮੇਰੇ ਨਬੀ ਦੇ ਜਿਸਮ ਤੇ ਮੱਖੀ ਨਹੀਂ ਬੈਠੀ, ਹਜ਼ੂਰ ਦੇ ਜਿਸਮ ਦਾ ਸਾਇਆ ਵੀ ਨਹੀਂ, ਰੱਬ ਨੇ ਸਾਇਆ ਵੀ ਨਹੀਂ ਬਣਾਇਆ ਆਪਦੇ ਯਾਰ ਦੇ ਜਿਸਮ ਦਾ, ਵੀ ਮਤ ਕਿਸੇ ਦਾ ਪੈਰ ਨਾ ਉੱਤੇ ਆ ਜਾਵੇ, ਬੇਅਦਬੀ ਹੋ ਜਾਏਗੀ। ਅੱਲਾ ਨੇ ਇਤਨਾ ਖਿਆਲ ਰੱਖਿਆ ਆਪਣੇ ਮਹਿਬੂਬ ਦਾ। ਸਰਕਾਰ ਇਹ ਆਪਦੇ ਅਕਲ ਨਾਲ ਖੁਦ ਫੈਸਲਾ ਕਰ ਲਵੀ, ਇਹ ਬਾਤ ਜ਼ਰਾ ਗੌਰ ਨਾਲ ਸੁਣਨਾ। ਸਰਕਾਰ ਫਰਮਾਉਂਦੇ ਨੇ, ਇੱਕ ਦਿਨ ਮੈਂ ਵਾਦੀ ਬਤਹਾ ਵਿੱਚ ਆਰਾਮ ਪਿਆ ਫਰਮਾਉਣਾ, ਮਦੀਨਾ ਸ਼ਰੀਫ ਇੱਕ ਵਾਦੀ ਹੈ, ਫਰਮਾਇਆ ਮੈਂ ਆਰਾਮ ਫਰਮਾ ਰਹੀ ਹਾਂ, ਵਾਦੀ ਬਤਹਾ ਵਿੱਚ ਆਰਾਮ ਫਰਮਾ ਰਹੀ, ਸੁੱਤੇ ਪਏ, ਸਾਡਾ ਸੌਣਾ ਹੋ ਰਿਹਾ ਅਤੇ ਨਬੀ ਪਾਕ ਦਾ ਸੌਣਾ। ਅਸੀਂ ਜਿਸ ਵੇਲੇ ਸੌਂਦੇ ਹਾਂ ਤਾਂ ਮੁੜ ਮਾਸ਼ਾਅੱਲਾ ਸੌਂ ਹੀ ਜਾਂਦੇ ਹਾਂ, ਕਈਆਂ ਬੰਦਿਆਂ ਦੇ ਸਿਰਾਣੇ ਡੋਲ ਕੁੱਟੀ ਰੱਖੋ, ਕਰਮ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਦਾ, ਐਡੀ ਸੋਹਣੀ ਨੀਂਦਰ। ਸਾਡਾ ਸੌਣਾ ਹੋਰ ਅਤੇ ਨਬੀ ਪਾਕ ਦਾ ਸੌਣਾ, ਉਹ ਕੀ ਫਰਕ ਹੈ? ਸਾਡੀ ਨੀਂਦ ਵਜ਼ੂ ਤੋੜ ਦਿੰਦੀ, ਜੇ ਵਜ਼ੂ ਕੀਤਾ ਹੋਵੇ ਨਾ, ਸਰਦੀਆਂ ਹੋਵਣ ਨਾ, ਸਰਦੀਆਂ ਦੀ ਲੰਬੀ ਰਾਤ
ਤੇ ਠੰਡੇ ਪਾਣੀ ਨਾਲ ਵਜ਼ੂ ਕਰ ਤੇ ਬੰਦਾ ਸੋਤੇ ਦੀ ਨਮਾਜ਼ ਪੜ੍ਹਨ ਆਇਆ ਮਸੀਤੇ, ਸੁਨਤਾਂ ਪਾੜ ਤੇ ਬੈਠਾ, ਮੁੜ ਜਮਾਤ ਕੋ 15 ਮਿੰਟ ਲੇਟ, ਪਿੱਲਰ ਨਾਲ ਟੇਕ ਲਾ ਤੇ ਬੈਠਾ, ਬੈਠੇ ਬੈਠੇ ਦੀ ਅੱਖ ਲੱਗ ਗਈ, ਮੁੜ ਅੱਖ ਖੁੱਲ, ਮੁੜ ਸੁਣ, ਉਹਦਾ ਵਜ਼ੂ ਟੁੱਟ ਗਿਆ। ਜਿਹੜਾ ਟੇਕ ਲਾ ਤੇ ਸੁੱਤਾ ਪਿਆ ਨਾ, ਨੀਂਦ ਵਜ਼ੂ ਤੋੜ ਦਿੰਦੀ। ਇਹ ਵੱਖਰੀ ਗੱਲ ਹੈ ਦੱਬਾ ਮਾਰ ਜਾਵੇ ਵੀ ਜਿਸ ਜਮਾਤ ਖੜੇ ਰਲਾ ਖੜਾ ਨਾਲ, ਬਈ ਹੁਣ ਕਿਹੜਾ ਠੰਡੇ ਪਾਣੀ 'ਚ ਹੱਥ ਗੱਤੇ, ਅੱਲਾ ਕਬੂਲ ਕਰ ਸੀ, ਪਿੱਛੇ ਸੀ ਇਮਾਮ ਦੇ ਅੱਲਾ ਅਕਬਰ, ਨੀਤੀ ਖੜਾਈ ਬਗੈਰ ਵਜ਼ੂ ਤੋਂ, ਬਈ ਹੁਣ ਕਿਹਾ ਠੰਡੇ ਪਾਣੀ ਨੂੰ ਮੁੜ ਹੱਥ ਗਾਂਦਾ ਫਿਰਾਂ। ਬਈ ਕਈ ਬੰਦੇ ਅਈ ਵੀ ਕਰ ਲੈਂਦੇ। ਸਰਕਾਰ ਫਰਮਾਉਂਦੇ ਨੇ ਮੈਂ ਆਰਾਮ ਪਿਆ ਕਰਨਾ ਵਾਦੀਏ ਬਤਹਾ ਵਿੱਚ, ਆਰਾਮ ਮੇਰੇ ਨਬੀ ਦਾ ਕੈਸਾ, ਉਮਲ ਮੋਮਿਨੀਨ ਸਯਿਦਾ ਆਇਸ਼ਾ ਸਦੀਕਾ ਰਜ਼ੀ ਅੱਲਾ ਤਾਲਾ ਅਨਹਾ ਨੇ ਇੱਕ ਦਿਨ ਅਰਜ਼ ਕੀਤੀ, ਯਾ ਰਸੂਲ ਅੱਲਾ, ਆਕਾ ਮੈਂ ਹੈਰਾਨ ਹੋਨੀ ਹਾਂ, ਤੁਸੀਂ ਕਈ ਦਫ਼ਾ ਨੀਂਦ 'ਚ ਬੇਦਾਰ ਹੁੰਦੇ ਹੋ, ਵਜ਼ੂ ਨਹੀਂ ਕਰਦੇ, ਨਮਾਜ਼ ਪੜ੍ਹਨਾ ਸ਼ੁਰੂ ਕਰ ਦਿੰਦੇ ਹੋ, ਇਹਦੀ ਕੀ ਵਜ੍ਹਾ? ਸਰਕਾਰ ਨੇ ਫਰਮਾਇਆ ਐਸ਼ਾ ਸੁਣ ਲੈ, ਮੈਂ ਮੁਹੰਮਦ ਜਦੋਂ ਆਰਾਮ ਕਰਨਾ, ਮੇਰੀਆਂ ਅੱਖਾਂ ਸੌਂਦੀਆਂ ਨੇ ਪਰ ਮੇਰਾ ਦਿਲ ਜਾਗਦਾ ਰਹਿੰਦਾ, ਮੇਰੇ ਨਬੀ ਦੀ ਨੀਂਦ ਵਜ਼ੂ ਤੋੜਦੀ ਨਹੀਂ ਤੇ ਸਾਡੀ ਬਚਣ ਨਹੀਂ ਦਿੰਦੀ। ਸਰਕਾਰ ਫਰਮਾਉਂਦੇ ਮੈਂ ਆਰਾਮ ਪਿਆ, ਫਿਰ ਹੋਇਆ ਕੀ? ਫਿਰ ਮੈਂ ਇੱਕ ਫਰਿਸ਼ਤਾ ਆਇਆ ਮੇਰੇ ਕੋਲ, ਖੜਾ ਹੋਤੇ ਨਾ, ਉਹਨੇ ਦੂਸਰੇ ਨੂੰ ਸੱਦ ਮਾਰਾ, ਤਾਲ, ਫਰਿਸ਼ਤੇ ਨੇ ਫਰਿਸ਼ਤੇ ਨੂੰ ਸੱਦ ਮਾਰਾ, ਤਾਲ, ਹਾਜ਼ਾ ਮਕਸੂਦੋਨਾ, ਉਰਾ ਆ ਜਾ, ਗੱਲ ਇੱਥੇ ਬਣ ਗਈ ਏ। ਸਰਕਾਰ ਫਰਮਾਉਂਦੇ ਮੈਂ ਆਰਾਮ ਪਿਆ, ਫਿਰ ਦੂਸਰਾ ਵੀ ਆ ਗਿਆ, ਦੋਨੋਂ ਫਰਿਸ਼ਤੇ ਸਰਕਾਰ ਦੇ ਕੋਲ ਖੜੇ ਨ, ਆਪਸ ਮੈਂ ਬਾਤ ਕੀਤੀ, ਇੱਕ ਨੇ ਕਿਹਾ ਯਾਰ ਆਪਾਂ ਨਬੀ ਪਾਕ ਦਾ ਵਜ਼ਨ ਕਰੀਏ ਕਿ ਸਰਕਾਰ ਦਾ ਵਜ਼ਨ ਕਿਤਨਾ ਏ, ਦੂਸਰੇ ਨੇ ਕਿਹਾ ਬਿਲਕੁਲ ਠੀਕ ਹੈ, ਤੋਲ ਲੈਂਦੇ ਹੋ, ਇਹ ਤੁਹਾਨੂੰ ਬੜਾ ਪਤਾ ਹੈ ਜਿਹੋ ਜਿਹੀ ਜਿਨਸ ਹੋਵੇ ਨਾ ਉਹੋ ਜਿਹਾ ਤਰਾਜ਼ੂ ਹੁੰਦਾ ਹੈ, ਤਕੜੀ ਤਰਾਜ਼ੂ। ਆ ਇੱਕ ਤਰਾਜ਼ੂ ਹੁੰਦਾ ਹੈ ਕਰਿਆਨੇ ਵਾਲੀ ਦੁਕਾਨ 'ਤੇ, ਇੱਕ ਤਕੜੀ ਹੁੰਦੀ ਹੈ ਸੁਨਾਰੇ ਕੋਲ, ਉਹ ਤਕੜੀ ਦਾ ਬੱਚਾ ਹੁੰਦਾ ਹੁੰਦਾ ਬੇਟਾ, ਸੁਨਾਰੇ ਵਾਲੀ ਜਿਹੜੀ ਤਕੜੀ ਹੁੰਦੀ ਨਾ ਤਰਾਜ਼ੂ ਛੋਟਾ ਜਿਹਾ, ਅਤੇ ਇੱਕ ਸਬਜ਼ ਮੰਡੀ ਵਿੱਚ, ਉਹ ਤਕੜੀ ਨਹੀਂ ਉਹ ਵੱਡਾ ਸਾਰਾ ਤਕੜਾ ਹੁੰਦਾ। ਕਿਉਂ ਜੀ? ਉਹ ਜਿਹੀ ਜਿਨਸ ਹੈ ਉਹੋ ਜਿਹਾ ਤਰਾਜ਼ੂ, ਜਿਹੜੀ ਤਕੜੀ ਤਰਾਜ਼ੂ ਸੁਨਾਰੇ ਕੋਲ, ਇਹਦੇ 'ਤੇ ਕਿਸੇ ਬੰਦੇ ਨੇ ਕਦੀ ਪੱਠੇ ਤੁਲਦੇ ਨਹੀਂ ਵੇਖੇ ਆਉਣੇ, ਅਤੇ ਜਿਹੜਾ ਤਰਾਜ਼ੂ ਸਬਜ਼ ਮੰਡੀ ਵਿੱਚ ਹੈ ਉਹਦੇ 'ਤੇ ਕਦੇ ਕਿਸੇ ਨੇ ਸੋਨਾ ਤੁਲਦਾ ਨਹੀਂ ਵੇਖਿਆ। ਕਿਉਂ? ਜਿਹੋ ਜਿਹੀ ਜਿਨਸ ਹੋਵੇ ਉਹੋ ਜਿਹਾ ਤਰਾਜ਼ੂ ਹੁੰਦਾ ਹੈ। ਅਤੇ ਫਿਰ ਕਿਉਂ ਨਾ ਕਵਾਂ, ਅਗਰ ਜਿਨਸ ਨੂਰ ਦੀ ਹੋਵੇ ਤਾਂ ਤਰਾਜ਼ੂ ਵੀ ਨੂਰ ਦਾ ਹੀ ਹੁੰਦਾ ਹੈ। ਯਾ ਰਸੂਲ, ਤਰਾਜ਼ੂ, ਤਰਾਜ਼ੂ ਆਇਆ, ਤਰਾਜ਼ੂ ਆਇਆ, ਸਰਕਾਰ ਨੂੰ ਇੱਕ ਪੱਲੜੇ ਵਿੱਚ ਬਿਠਾਇਆ, ਦੱਸ ਇੱਕ ਪੱਲੜੇ ਵਿੱਚ ਵਜ਼ਨ ਕੀਤਾ ਮੇਰੇ ਨਬੀ ਦਾ ਪੱਲੜਾ ਫਿਰ ਵੀ ਵਜ਼ਨੀ ਏ, 100 ਇੱਕ ਪੱਲੜੇ ਵਿੱਚ ਤੇ ਕੱਲੇ ਸਰਕਾਰ ਇੱਕ ਪੱਲੜੇ ਵਿੱਚ ਮੇਰੇ ਨਬੀ ਦਾ ਪੱਲੜਾ ਫਿਰ ਵੀ ਵਜ਼ਨੀ ਹੋ ਗਿਆ, 1000 ਇੱਕ ਪੱਲੜੇ ਵਿੱਚ ਤੇ ਆਮੀਨਾ ਦਾ ਲਾਲ ਕੱਲਾ ਇੱਕ ਪੱਲੜੇ ਵਿੱਚ ਵਜ਼ਨ ਕੀਤਾ ਮੇਰੇ ਨਬੀ ਦਾ ਪੱਲੜਾ ਫਿਰ ਵੀ ਵਜ਼ਨੀ ਹੋ ਗਿਆ। ਫਰਿਸ਼ਤਾ ਬੋਲਾ, ਕਹਿਣ ਲੱਗਾ ਯਾਰ ਛੋੜ,
ਆਪਾਂ ਕਿਹੜੇ ਚੱਕਰਾਂ ਨੂੰ ਪੈ ਗਏ ਆ। ਮੈਨੂੰ ਤੇ ਇੰਜ ਲੱਗਦਾ ਜਿਵੇਂ ਸਾਰੀ ਕਾਇਨਾਤ ਇੱਕ ਪੱਲੜੇ ਵਿੱਚ ਹੋਵੇ ਤੇ ਆਮੀਨਾ ਦਾ ਲਾਲ ਕੱਲਾ ਇੱਕ ਪੱਲੜੇ ਵਿੱਚ ਹੋਵੇ, ਫਿਰ ਵੀ ਨਬੀ ਪਾਕ ਦਾ ਪੱਲੜਾ ਵਜ਼ਨੀ ਹੋਵੇਗਾ। ਫਿਰ ਵੀ ਹਜ਼ੂਰ ਦਾ ਪੱਲੜਾ ਵਜ਼ਨੀ ਸੀ। ਕਿੰਦੀ ਮਜਾਲ ਹੈ ਉਹਦੇ ਰੁੱਤ ਬਿਨਾਂ ਕੋਈ ਤੋਲੇ, ਉਹਦੇ ਰੁੱਤ ਬਿਨਾਂ ਕੋਈ ਤੋਲੇ, ਆ ਕਿਹੜਾ ਉਹਦੀ ਰੀਸ ਕਰੇ ਨਸੀਬ ਨੇ ਬਾਈ। ਅੱਲਾ ਨੇ ਆਪਣਾ ਐਡੀਆਂ ਅਜ਼ਮਤਾਂ ਤੇ ਸ਼ਾਨਾਂ ਵਾਲਾ ਨਬੀ ਸਾਨੂੰ ਅਤਾ ਕੀਤਾ ਹੈ। ਲਕਦ ਮਨ ਅੱਲਾਹੁ ਅਲਲ ਮੂਮਿਨੀਨਾ ਇਜ਼ਬਾ ਸਫੀਹਿਮ ਰਸੂਲਾ। ਇਮਾਨ ਵਾਲਿਓ, ਤੁਹਾਡੇ ਤੇ ਅਹਿਸਾਨ ਕੀਤਾ ਹੈ, ਤੁਹਾਨੂੰ ਆਪਣਾ ਮਹਬੂਬ ਰਸੂਲ ਅਤਾ ਫਰਮਾਇਆ। ਸੁਣੀਓ, ਖੁਸ਼ ਨਸੀਬ ਨੇ ਹਜ਼ੂਰ ਦੀ ਆਮਦ ਤੇ ਖੁਸ਼ੀ ਪੈ ਕਰਨੇ। ਇਹ ਮਸਜਿਦ ਦੀ ਇੰਤਜ਼ਾਮੀਆਂ ਮਹੱਲੇ ਵਾਲਿਆਂ ਨੇ ਇਹ ਤਮਾਮ ਕੀਤਾ। ਜਿਸ ਤਰ੍ਹਾਂ ਜਿਸ ਕਿਸੇ ਨੇ ਵੀ ਹਿੱਸਾ ਮਿਲਾਇਆ, ਇਹ ਆਪਣੇ ਨਬੀ ਨਾਲ ਮੁਹੱਬਤ ਦਾ ਇਜ਼ਹਾਰ ਹੈ। ਕੋਈ ਫਜ਼ੂਲ ਖਰਚੀ ਨਹੀਂ। ਕਈ ਪਿਆਸ ਨੇ ਕਿਹੜੀ ਲੋੜ ਆਈ ਤੁਹਾਨੂੰ ਇੱਦਾਂ ਕੁਝ ਕਰਨ ਦੀ, ਮਿਲਾਦ ਕੀਤਿਆਂ ਹੁੰਦਾ ਕੀ ਹੈ, ਮਿਲਾਦ ਕੀਤਿਆਂ ਕੀ ਹੁੰਦਾ ਹੈ। ਮੈਂ ਕਿਹਾ ਕੀਤਾ ਅਸਾਂ ਤਾਂ ਜਨਾਬ ਨੂੰ ਕੀ ਹੁੰਦਾ ਹੈ। ਨਹੀਂ ਜੀ, ਕੀ ਹੋਣਾ ਕੀਤਾ। ਸੁਣੋ ਬਾਈ, ਸਰਕਾਰ ਦੀ ਆਮਦ, ਸਰਕਾਰ ਦੀ ਸੂਰਤ, ਸਰਕਾਰ ਦੀ ਸੀਰਤ ਜਦੋਂ ਬਿਆਨ ਹੋਵੇ, ਸੁਣਨ ਵਾਲਿਆਂ ਦਾ ਈਮਾਨ ਵੱਧਦਾ, ਮੁਹੱਬਤ ਵੱਧਦੀ, ਪਿਆਰ ਆਉਂਦਾ। ਹਜ਼ੂਰ ਨਾਲ ਮੁਹੱਬਤ ਦਾ ਇਜ਼ਹਾਰ ਹੈ। ਅੱਲਾ ਦੀ ਇਸ ਨਿਮਤ ਦਾ ਸ਼ੁਕਰ ਅਦਾ ਪੈ ਕਰਨੇ ਆ। ਯਾ ਅੱਲਾ, ਤੇਰਾ ਲੱਖ ਲੱਖ ਸ਼ੁਕਰ ਹੈ, ਸਾਨੂੰ ਦੋਜ਼ਖ ਤੋਂ ਬਚਾਉਣ ਵਾਲਾ ਨਬੀ ਅਤਾ ਫਰਮਾਇਆ। ਉਹ ਨਬੀ ਅਤਾ ਫਰਮਾਇਆ ਜਿਹਨੇ ਕਬਰ ਵਿੱਚ ਵੀ ਕੰਮ ਆਉਣਾ ਹੈ ਅਤੇ ਹਸ਼ਰ ਵਿੱਚ ਵੀ ਕੰਮ ਆਉਣਾ। ਜਦੋਂ ਕਿਸੇ ਨਹੀਂ ਉਹ ਕੰਮ ਆਉਣਾ ਨਾ, ਸ਼ਬੀਰ ਅਹਿਮਦ ਉਸਮਾਨੀ ਤਫਸੀਰ ਉਸਮਾਨੀ ਵਿੱਚ ਲਿਖਦਾ ਹੈ ਕਿ ਕਿਆਮਤ ਦਾ ਦਿਨ ਉਹ ਸੀ ਨਾ, ਸਾਰੇ ਬੰਦਿਆਂ ਦੀ ਜ਼ਬਾਨ 'ਤੇ ਹਜ਼ੂਰ ਦੀ ਹਮਦ ਉਹ ਸੀ, ਯਾਨੀ ਕਿ ਤਾਰੀਫ ਹੋ ਸੀ। ਅੱਗੇ ਲਿਖਦਾ ਹੈ ਤਫਸੀਰ ਉਸਮਾਨੀ ਵਿੱਚ ਕਿ ਬਲਕਿ ਖੁਦ ਖੁਦਾ ਵੀ ਆਪਣੇ ਮਹਿਬੂਬ ਦੀ ਹਮਦ ਬਿਆਨ ਕਰੇਗਾ। ਕਿਆਮਤ ਵਾਲੇ ਦਿਨ ਰੱਬ ਵੀ ਆਪਦੇ ਮਹਿਬੂਬ ਦੀ ਸ਼ਾਨ ਬਿਆਨ ਕਰ ਸੀ। ਅਤੇ ਕਿਆ ਉਸ ਸੋਹਣੇ ਦੀ ਆਮਦ 'ਤੇ ਖੁਸ਼ ਨਾ ਹੋਵੀਏ। ਕਿਸੇ ਨੂੰ ਚੂਰ ਡੀ ਪਵੇ ਨਾ, ਉਹ ਵੀ ਲੱਡੂ ਵੰਡਦਾ ਹੈ। ਪੁੱਤਰ ਡੀਵੇ ਤਾਂ ਖੁਸ਼ ਹੁੰਦੇ ਨੇ ਕਿ ਨਹੀਂ, ਅਤੇ ਮਿਠਾਈ ਵੀ ਵੰਡਣੇ ਆਏ ਅਤੇ ਮੁੜ ਕਈ ਤਾਂ ਮੁੜ ਸਾਲ ਬਾਅਦ ਉਹਦੀ ਸਾਲਗਿਰਾ ਵੀ ਕਰਦੇ ਨੇ, ਕੇਕ ਵੀ ਕੱਟਦੇ ਨੇ, ਛੁਰੀਆਂ ਲੈ ਤੇ ਬੈਠੇ ਨੇ, ਇਵੇਂ ਹੀ ਹੈ। ਪਰ ਮੈਂ ਕੁਰਬਾਨ ਹੋਵਾਂ ਸਾਨੂੰ ਅੱਲਾ ਦਾ ਮਹਿਬੂਬ ਮਿਲੇ। ਆਖੇ ਮੁੜ ਸਰਕਾਰ ਤਾਂ ਇੱਕ ਵਾਰੀ ਆਇਆ ਅਤੇ ਤੁਸੀਂ ਸਾਲ ਬਾਅਦ ਮਿਲਾਦ ਕੀਤੀ ਖੜੇ ਨੇ। ਮੈਂ ਕਿਹਾ ਸਾਲ ਬੜੀ ਦੂਰ ਹੈ, ਅਸੀਂ ਤਾਂ ਹਰ ਰੋਜ਼ ਕਰਨੇ ਹੈ, ਹਰ ਰੋਜ਼ ਕਰਨੇ ਹੈ। ਇਹ ਬਨੀ ਇਸਰਾਇਲ ਦੀ ਇੱਕ ਕੌਮ ਆਈ ਮੂਸਾ ਅਲੈਹਿ ਸਲਾਮ ਦੀ। ਅੱਲਾ ਦੇ ਨਬੀ ਨੇ ਫਰਮਾਇਆ ਚੱਲੋ ਜੰਗ 'ਤੇ, ਚੱਲੋ ਜੰਗ 'ਤੇ ਚੱਲੀਏ। ਕੌਮ ਆਖਾ ਸਰਕਾਰ ਤਿਆਰ ਹੈ, ਪਰ ਗੱਲ ਹੈ ਵੀ ਭੁੱਖਿਆਂ ਤੋਂ ਜੰਗ ਨਹੀਂ ਲੜੀਂਦੀ, ਪਹਿਲੇ ਸਾਨੂੰ ਰਜਾ ਖਾਣਾ ਖਵਾ। ਅਰਜ਼ ਕੀਤੀ ਮੌਲਾ ਕੌਮ ਏ ਸਵਾਲ ਕਰਦੀ ਏ, ਹੁਣ ਇਤਨੇ ਲੋਕ ਇਹ ਸਾਰੇ ਆਉਂਦੇ ਨੇ, ਸਾਨੂੰ ਖਾਣਾ ਖਵਾਓ। ਅੱਲਾ ਤਾਲਾ ਨੇ ਫਰਮਾਇਆ ਮੇਰੇ ਨਬੀ ਫਿਕਰ ਕਿਉਂ ਕਰਨਾ ਏ, ਅਸੀਂ ਆਸਮਾਨਾਂ ਤੂੰ ਨਾਦਲ ਕਰ ਦਿੰਦੇ ਹਾਂ।
ਮੰਨੋ ਸਲਵਾ ਰੱਬ ਨੇ ਨਾਜ਼ਲ ਕੀਤਾ, ਪੱਕਾ ਪਕਾਇਆ, ਉੱਤੂ ਖਾਣਾ ਆਇਆ, ਖਾ ਲਿਆ ਅਤੇ ਰਾਜ ਗਏ। ਅੱਲਾ ਦੇ ਨਬੀ ਫਰਮਾਇਆ ਉੱਠੀਓ ਹੁਣ ਚੱਲੀਏ ਜੰਗ 'ਤੇ। ਅਗੇ ਸਰਕਾਰ ਹੁਣ ਖਾਧਾ ਹੈ, ਕੋਈ ਜੱਟ ਆਰਾਮ ਵੀ ਕਰਨ ਦੇ। ਅਤੇ ਨਾਲੇ ਹੋਰ ਗੱਲ ਵੀ ਹੈ ਕਿ ਅਗਰ ਧੁੱਪ ਲੱਗੀ ਖੜੀ ਹੈ ਕੋਈ ਛਾਂ ਦਾ ਵੀ ਇੰਤਜ਼ਾਮ, ਇਹ ਹੁਣ ਜੰਗ ਲੜਨ ਪੈ ਜਾਂਦੇ, ਕੋਈ ਛਾਂ ਦਾ ਇੰਤਜ਼ਾਮ ਪਹਿਲੇ ਕਰ। ਅਰਜ਼ ਕੀਤੀ ਮੌਲਾ ਕੌਮੇ ਸਵਾਲ ਕਰਦੀ ਏ ਕਿ ਛਾਂ ਹੋਵੇ, ਫਰਮਾਇਆ ਮੇਰੇ ਨਬੀ ਫਿਕਰ ਨਾ ਕਰ, ਅਸੀਂ ਬਦਲਾ ਨਾ ਲੈਣਾ ਤੇ ਛਾਂ ਵੀ ਕਰ ਦਿੰਦੇ ਹਾਂ। ਬਾਦਲ ਆ ਕੇ ਛਾਂ ਹੋ ਗਈ, ਪਏ ਜੀ ਖਾ ਤੇ। ਅੱਲਾ ਦੇ ਨਬੀ ਮੂਸਾ ਅਲੈਹਿ ਸਲਾਮ ਨੇ ਫਰਮਾਇਆ ਹੁਣ ਉਠੀ ਚ ਖੜੋਵੋ ਚੱਲੀਏ ਜੰਗ 'ਤੇ। ਪਤਾ ਜਵਾਬ ਕੀ ਦਿੱਤਾ? ਅਖੇ ਸਰਕਾਰ ਅਸੀਂ ਤਾਂ ਹੁਣ ਇਹ ਗੱਲ ਆਨੇ ਆਏ ਬਈ ਜੰਗ ਤੁਸੀਂ ਲੜੋ ਤੇ ਰੱਬ ਲੜੇ, ਆਪ ਲੜੋ ਤੇ ਰੱਬ ਲੜੇ, ਤਲੀਆਂ ਲਾ ਗਏ ਖਾ ਤੇ। ਪਰ ਕੌਮ ਮੂਸਾ ਅਲੈਹਿ ਸਲਾਮ ਦੀ ਏ, ਆ ਮੈਂ ਤੈਨੂੰ ਸੁਣਾਵਾਂ ਮਦਨੀ ਕਰੀਮ ਦੇ ਗੁਲਾਮਾਂ ਦੀ ਬਾਤ ਵੀ ਸੁਣਾਵਾਂ। ਮਦੀਨੇ ਸ਼ਰੀਫ ਵਿੱਚ ਐਲਾਨ ਹੋਇਆ, ਲੋਗੋਂ ਓ ਜਲਦੀ ਨਾਲ ਆ ਜਾਓ, ਸੋਹਣੇ ਨਬੀ ਨੇ ਯਾਦ ਫਰਮਾਇਆ ਆ ਜੰਗ ਤੇ ਜਾਣਾ, ਸਰਕਾਰ ਬੁਲਾ ਰਹੇ। ਉਹ ਤਾਂ ਜਿਸ ਹਾਲ 'ਚ ਕੋਈ ਖੜਾ, ਸਾਬਾ ਕਰਾਮ ਨੇ ਦੌੜਾ ਲਾ ਦਿੱਤੀ, ਚੱਲ ਪਏ ਜੰਗ ਤੇ ਜਾ ਰਹੇ। ਖਾਲੀ ਹੱਥ ਪੈ ਜਾਂਦੇ ਨੇ 300 ਤੇ 13 ਮੇਰੇ ਨਬੀ ਦੇ ਗੁਲਾਮ, ਚੰਦ ਤਲਵਾਰਾਂ, ਸਵਾਰੀਆਂ ਨਹੀਂ, 2-4 ਸਵਾਰੀਆਂ। ਜੰਗ ਤੇ ਮੈਂ ਕਿਹਾ ਜੰਗ ਲੜੀ ਜਾਂਦੀ ਹਥਿਆਰਾਂ ਨਾਲ, ਖਾਲੀ ਹੱਥ ਪੈ ਜਾਂਦੇ ਹੋ? ਕਹਿਣ ਲੱਗੇ ਹਥਿਆਰਾਂ ਤੇ ਭਰੋਸਾ ਨਹੀਂ ਏ, ਸਾਨੂੰ ਭਰੋਸਾ ਹੈ ਤੇ ਆਮਿਨਾ ਦੇ ਲਾਲ ਦੀ ਜ਼ਾਤ ਤੇ ਭਰੋਸਾ ਹੈ। ਜਾ ਖੜੋਤੇ ਬਦਰ ਦੇ ਮੈਦਾਨ 'ਚ 313। ਸਰਕਾਰ ਨੇ ਦੁਆ ਮੰਗੀ, ਯਾ ਅੱਲਾ ਇਹ ਮੁੱਠੀ ਭਰ ਮੇਰੇ ਗੁਲਾਮ ਆਏ ਨਾ, ਜੇ ਅਗਰ ਅੱਜ ਇਹਨਾਂ ਨੂੰ ਸ਼ਿਕਸ਼ਤ ਹੋ ਗਈ ਨਾ ਮੌਲਾ, ਫਿਰ ਕਿਆਮਤ ਤੱਕ ਤੇਰਾ ਨਾਂ ਲੈਣ ਵਾਲਾ ਕੋ ਨਹੀਂ ਹੋਣਾ। ਤੇ ਹੋਇਆ ਕਿ ਰੱਬ ਦੇ ਫਰਿਸ਼ਤੇ ਨਾਜ਼ਲ ਹੋਏ ਬਦਰ ਵਿੱਚ, ਅੱਜ ਵੀ ਉਹ ਪਹਾੜ ਜਿਹਦਾ ਨਾਮ ਜਬਲੇ ਮਲਾਇਕਾ, ਜਬਲੇ ਮਲਾਇਕਾ ਜਿੱਥੇ ਫਰਿਸ਼ਤੇ ਉਤਰੇ ਪਹਾੜ 'ਤੇ, ਯਾ ਅੱਲਾ ਤੇ ਇਤਿਆਂ ਨੂੰ ਗੱਲਣ ਦੀ ਕਿਹੜੀ ਲੋੜ ਆਈ? ਇੱਕ ਇਜ਼ਰਾਈਲ ਹੀ ਨਹੀਂ ਮੁੱਕਦਾ, ਹਾਂ ਇੱਕ ਮਲਕਲ ਮੌਤ ਨੂੰ ਚਾਖਿਆ ਤੇ ਸਫ਼ਾ ਵਲੇਟ ਤੇ ਰੱਖ ਦਿੰਦਾ ਇੱਕੇ ਟਾਈਮ, ਖਰੇ ਕੇਤੀ ਜਗ੍ਹਾ ਤੂੰ ਫੇਰਾ ਮਾਰ ਲੈਂਦਾ। ਇੱਥੇ ਕਦੇ ਆਇਆ ਹੈ? ਤੁਹਾਡੇ ਪਿੰਡ ਕਦੇ ਆਇਆ ਹੈ? ਆਉਂਦਾ ਰਹਿੰਦਾ ਨਾ, ਜਾਣਦੇ ਨੇ ਨਾ ਮਲਕਲ ਮੌਤ ਨੂੰ ਵੀ, ਉਹ ਹੈ ਜਿਹੜਾ ਮਾਂ ਦੀ ਗੋਦ 'ਚ ਪੁੱਤਰ ਨੂੰ ਲੈ ਜਾਂਦਾ ਹੀ, ਜਿਹੜਾ ਭਾਈ ਨੂੰ ਭਾਈ ਕੋਲ ਜੁਦਾ ਕਰ ਦਿੰਦਾ, ਬਾਪ ਨੂੰ ਬੇਟੇ ਕੋਲ ਜੁਦਾ ਕਰ ਦਿੰਦਾ, ਨਹੀਂ ਵੇਖਦਾ। ਯਾ ਅੱਲਾ ਇਤਨੇ ਫਰਿਸ਼ਤੇ ਬਦਰ ਦੇ ਮੈਦਾਨ 'ਚ, ਫਰਮਾਇਆ ਇਸ ਲਈ ਭੇਜਿਆ ਏ, ਇਹਨਾਂ ਫਰਿਸ਼ਤਿਆਂ ਦੀ ਤਮੰਨਾ ਸੀ ਮੌਲਾ ਸਾਨੂੰ ਵੀ ਆਪਣੇ ਮਹਿਬੂਬ ਦੇ ਸਿਪਾਹੀਆਂ ਵਿੱਚ ਨਾਮ ਲਿਖਾ ਲੈਣ ਦੇ, ਅਸੀਂ ਵੀ ਚਾਹੁੰਦੇ ਹਾਂ ਹਜ਼ੂਰ ਦੀ ਫੌਜ ਵਿੱਚ ਸਾਡਾ ਨਾਮ ਵੀ ਆ ਜਾਵੇ। ਬਦਰ ਦੇ ਮੈਦਾਨ 'ਚ ਫਰਿਸ਼ਤੇ ਨਾਜ਼ਲ ਹੋਏ ਜਿਹੜੇ ਜੰਗ ਲੜਦੇ ਰਹੇ, ਫਰਿਸ਼ਤੇ ਇਹ ਹਜ਼ੂਰ ਦੇ ਗੁਲਾਮ ਹਨ। ਅਤੇ ਮੁੜ ਰਮਜ਼ਾਨ ਸ਼ਰੀਫ ਦੇ ਮਹੀਨੇ ਵਿੱਚ ਜੰਗ ਹੋਈ, 17ਵਾਂ ਰੋਜ਼ਾ ਹਾ, ਅਤੇ ਰੋਜ਼ਾ ਰੱਖ ਤੇ ਇਹ ਖਾ ਤੇ ਤਲੀਆਂ ਲਾਈ ਬੈਠੇ ਨੇ ਮੇਰੇ ਨਬੀ ਦੇ ਗੁਲਾਮ, ਰੋਜ਼ਾ ਰੱਖ ਤੇ ਜੰਗ ਪੈ ਲੜਦੇ ਅਤੇ ਖਾਲੀ ਹੱਥ ਪੈ ਲੜਦੇ, ਇਹ ਹਜ਼ੂਰ ਦੇ ਗੁਲਾਮ ਹਨ ਜਿਨ੍ਹਾਂ ਨੇ ਆਪਦਾ ਤਨ ਮਨ ਧਨ ਸਭ ਕੁਛ ਹਜ਼ੂਰ ਤੋਂ ਕੁਰਬਾਨ ਕੀਤਾ ਹੈ। ਔਰ ਮੁਸਲਮਾਨ ਕਿਉਂ ਨਾ ਅਸੀਂ ਸਰਕਾਰ ਦੀ ਗੁਲਾਮੀ ਇਖਤਿਆਰ ਕਰੀਏ, ਕਿਉਂ ਨਾ ਅਸੀਂ 5 ਵਕਤ ਦੇ ਨਮਾਜ਼ੀ ਬਣੀਏ? ਨਮਾਜ਼ ਪੜ੍ਹਸੋ, ਨੀਤ ਲਵੋ, ਹੁਣ ਨੀਤ ਲਓ, ਹੁਣ ਜਾਂਦੀ ਚ ਕਰੋ,
پکے نمازی ہو جاؤ جنہ مسجد نو آباد کیتا اللہ ان دے گھر نو آباد کر سکے، اللہ ان دے گھر نو آباد کر سکے. نماز میرے نبی دی اکھاں دی ٹھنڈک ہے، نماز دین دا ستون ہے، نماز مومن دی معراج ہے. زندگی دا تو پتہ نہیں کس موڑ تے ختم ہو جائے، کوئی ہے پتہ کسے نو؟ کوئی پتہ نہیں کس موڑ تے زندگی ختم ہو جائے. سادہ کی وسا ہے، آیا 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 آیا، نہ آیا نہ آیا. اے بیگانہ ہے جو سا چلتا پیا نا، بیگانہ ہے، تیرے میرے واسطے چ نہیں ہے. تے بیگانی چیز تے مان، بیگانی چیز تے مان کی مان، بیگانی چیز اتے کی مان، بیگانی چیز اتے ہر قدم سنبھل کے چاں سجنا، تیرا دوجا سان، تیرا دوجا سان مت نایا وین، نہ رب دی یاد بلا سجنا. اس دی یاد نہ بلا، پتہ نہیں کس موڑ تے زندگی ختم ہو جائے. ہر گناہ تو توبہ کر. پیر جی 60 سال دا، ہن توبہ کراں تے توبہ قبول ہو جاسی؟ مگر توبہ دا دروازہ بند نہیں ہویا، تو کر تا سہی، توبہ کر تا سہی. اے ختم شریف پڑھنا نے ایویں ایویں پڑھنا نے کیوں بھائی؟ میں کہہ رہی ہاں جی اگر کوئی انتظام ہے تو لے آؤ تسی، میں تو گل ختم کیتی بیٹھا، نہیں تو ورنہ میں دعا منگنے انشاءاللہ. لو جی سبحان اللہ، سنو مڑ، سنو بھائی سنو، توجہ ہے پیر جی. میری 60 سال دی زندگی، 80 سال دی زندگی، تے ہن توبہ کراں تے میرے گناہ معاف ہو سن؟ مگر توبہ تا کر، توبہ دا دروازہ بند نہیں ہویا. موسیٰ علیہ السلام دا زمانہ ہے، اللہ دے نبی نے ایک دن عرض کیتی، مولا مینو وہ بندہ وکھا دنیا تے ہی جن دے اوپر تیرا غضب ہونا ہے، تو ناراض ہے، مینو وہ بندہ وکھا. فرمایا میرے کلیم اگر وہ بندہ ویکھنا ہے، توجہ کرو بھائی میرے والے، فرمایا جی اگر وہ بندہ ویکھنا ہے نا جن دے اوپر میرا غضب ہونا ہے، تو چلے جاؤ فلاں بستی اچ نا، فلاں دکان دے اگے بیٹھا ہے، اے ان دی شکل و صورت ہے، جاؤ ویکھ لو میں رب دے تے ناراض ہاں، ان دے اوپر میرا غضب ہونا ہے. آپ گئے ویکھیا بندہ بیٹھا ہے، ویخ لیا بھی این دے تے رب ناراض ہے، اللہ دا غضب ہونا ہے اس بندے تے، واپس آئے. چاند دن گزرے، عرض کیتی مولا مینو ہن او بندہ بھی وکھا جن دی بخشش تیری رحمت دے سبب ہونی ہے، ہن بخش ہویا وکھا. آواز آئی میرے کلیم شہر دے چوک وچ اس ٹائمو کھڑا ہے، جندی بخشش میری رحمت دے سبب ہونی ہے، جاؤ ویکھ لو. موسیٰ علیہ السلام آ گئے، ویکھیا تہران، عرض کیتی مولا اے بندہ تے اوہی ہے جنوں میں پہلے ویکھ کے آیا جندے تے تیرا غضب ہونا سی، میرا سوال ہے مینو وہ وکھا جندی بخشش تیری رحمت دے سبب ہونی ہے. آواز آئی میرے کلیم بخشیا ہویا بھی ہوئی ہے، یا اللہ بڑا بے نیاز ہے، اندے اتے تے تیرا غضب ہونا ہا، تو ہن فرمانا ہے میری رحمت دے سبب بخشش بھی اندی. یا اللہ بے نیاز ہے بندہ کلا ہی ہے،
ਕਦੀ ਇਹਦੇ ਤੇ ਨਾਰਾਜ਼ ਹੋ ਲੈ ਕਦੀ ਰਾਜ਼ੀ ਹੋ ਲੈ ਬਾਤ ਸਮਝ ਵਿੱਚ ਨਹੀਂ ਆਈ ਫਰਮਾਇਆ ਕਲੀਮ ਸੁਣ ਲੈ ਮੈਂ ਇਸ ਦੀ ਬਖਸ਼ਿਸ਼ ਕਿਵੇਂ ਕੀਤੀ ਏ ਇੱਕ ਦਿਲ ਨੇ ਬਾਪ ਬੇਟਾ ਮਾਸੂਮ ਬੇਟਾ ਇਸ ਦੇ ਨਾਲ ਦੋਨੋਂ ਬਾਪ ਬੇਟਾ ਜੰਗਲ ਵਿੱਚ ਜਾ ਰਹੇ ਲੱਕੜੀਆਂ ਕੱਟਣੇ ਲਈ ਰਸਤੇ ਵਿੱਚ ਖਾਲ ਆਇਆ ਤੁਸੀਂ ਖਾਲਾ ਸੱਦੇ ਨੇ ਆ ਪਾਲੀ ਪਾਣੀ ਜਿਹਦੇ ਵਿੱਚ ਚੱਲਦਾ ਖਾਲਾ ਅੱਲਾ ਤਾਲਾ ਨੇ ਫਰਮਾਇਆ ਖਾਲਾ ਆਇਆ ਰਸਤੇ ਵਿੱਚ ਬਾਪ ਬੇਟੇ ਨੇ ਕਰਾਸ ਕੀਤਾ ਏ ਬੇਟੇ ਨੇ ਪੁੱਛ ਲਿਆ ਅੱਬੂ ਜੀ ਇਹਦੇ ਨਾਲੋਂ ਵੀ ਕੋਈ ਵੱਡੀ ਚੀਜ਼ ਹੈ ਉਹਨੇ ਪਹਿਲੀ ਦਫ਼ਾ ਵੇਖਿਆ ਨਾ ਉਸ ਬੱਚੇ ਨੇ ਖਾਲਾ ਉਹਨੇ ਕਿਹਾ ਅੱਬੂ ਇਹਦੇ ਨਾਲੋਂ ਵੀ ਕੋਈ ਵੱਡੀ ਚੀਜ਼ ਹੁੰਦੀ ਬਾਪ ਨੇ ਕਿਹਾ ਬੇਟਾ ਇਹਦੇ ਨਾਲੋਂ ਬੜੀ ਨਹਿਰ ਪੁੱਤਰ ਆਉਂਦਾ ਅੱਬੂ ਜੀ ਤੇ ਨਹਿਰ ਨਾਲੋਂ ਵੱਡੀ ਕਿਹੜੀ ਚੀਜ਼ ਹੈ ਬਾਪ ਆਉਂਦਾ ਬੇਟਾ ਨਹਿਰ ਨਾਲੋਂ ਵੱਡਾ ਦਰਿਆ ਹੈ ਅੱਬੂ ਜੀ ਦਰਿਆ ਨਾਲੋਂ ਵੱਡੀ ਕਿਹੜੀ ਚੀਜ਼ ਹੈ ਬਾਪ ਆਉਂਦਾ ਬੇਟਾ ਦਰਿਆ ਤੋਂ ਵੱਡਾ ਸਮੁੰਦਰ ਹੈ ਅੱਬੂ ਜੀ ਸਮੁੰਦਰ ਤੋਂ ਵੱਡੀ ਕਿਹੜੀ ਚੀਜ਼ ਹੈ ਬਾਪ ਆਉਂਦਾ ਬੇਟਾ ਸਮੁੰਦਰ ਤੋਂ ਵੱਡੀ ਜ਼ਮੀਨ ਹੈ ਅਖੇ ਅੱਬੂ ਜੀ ਤੇ ਜ਼ਮੀਨ ਤੋਂ ਵੱਡੀ ਕਿਹੜੀ ਚੀਜ਼ ਹੈ ਬਾਪ ਆਉਂਦਾ ਬੇਟਾ ਜ਼ਮੀਨ ਤੋਂ ਵੱਡਾ ਆਸਮਾਨ ਹੈ ਪੁੱਤਰ ਵੀ ਉਵੇਂ ਪੁੱਛਦਾ ਗਿਆ ਅੱਬੂ ਜੀ ਆਸਮਾਨ ਨਾਲੋਂ ਵੱਡੀ ਕਿਹੜੀ ਚੀਜ਼ ਹੈ ਬਾਪ ਆਉਂਦਾ ਬੇਟਾ ਆਸਮਾਨ ਨਾਲੋਂ ਵੱਡਾ ਅੱਲਾ ਦਾ ਅਰਸ਼ ਹੈ ਤੇ ਪੁੱਤਰ ਆਉਂਦਾ ਅੱਬੂ ਜੀ ਰੱਬ ਦੇ ਅਰਸ਼ ਨਾਲੋਂ ਵੱਡੀ ਕਿਹੜੀ ਚੀਜ਼ ਹੈ ਉਸ ਵਕਤ ਬਾਪ ਦੀਆਂ ਅੱਖਾਂ ਵਿੱਚ ਆਂਸੂ ਆ ਗਏ ਰੋ ਕੇ ਕਹਿਣ ਲੱਗਾ ਬੇਟਾ ਅੱਲਾ ਦੇ ਅਰਸ਼ ਨਾਲੋਂ ਵੱਡੇ ਮੇਰੇ ਗੁਨਾਹ ਹਨ ਮੈਂ ਪਾਪੀ ਇਨਸਾਨ ਹਾਂ ਮੈਂ ਮੁਜਰਮ ਇਨਸਾਨ ਹਾਂ ਮੇਰੀ ਸੋਚ ਗੁਨਾਹਾਂ ਵਿੱਚ ਰਹਿੰਦੀ ਹੈ ਮੇਰੀ ਫਿਕਰ ਵਿੱਚ ਗੁਨਾਹ ਸ਼ਾਮਲ ਮੈਂ ਮੁਜਰਮ ਇਨਸਾਨ ਹਾਂ ਅੱਲਾ ਦੇ ਅਰਸ਼ ਨਾਲੋਂ ਵੱਡੇ ਮੇਰੇ ਗੁਨਾਹ ਹਨ ਤੇ ਬੇਟਾ ਕਹਿੰਦਾ ਅੱਬੂ ਜੀ ਤੇਰੇ ਗੁਨਾਹਾਂ ਨਾਲੋਂ ਵੱਡੀ ਕਿਹੜੀ ਚੀਜ਼ ਹੈ ਫਿਰ ਬਾਪ ਰੋ ਪਿਆ ਕਹਿਣ ਲੱਗਾ ਬੇਟਾ ਮੇਰੇ ਗੁਨਾਹਾਂ ਨਾਲੋਂ ਵੱਡੀ ਰੱਬ ਦੀ ਰਹਿਮਤ ਹੈ ਅੱਲਾ ਤਾਲਾ ਨੇ ਫਰਮਾਇਆ ਐ ਮੇਰੇ ਕਲੀਮ ਮੈਂ ਰੱਬ ਇਸ ਬੰਦੇ ਤੇ ਨਾਰਾਜ਼ ਆ ਪਰ ਜਦੋਂ ਇਹਨੇ ਰੋ ਤੇ ਆਦੇ ਗੁਨਾਹਾਂ ਤੂੰ ਮੇਰੀ ਰਹਿਮਤ ਨੂੰ ਵੱਡਾ ਸਮਝਿਆ ਮੇਰੀ ਰਹਿਮਤ ਨੂੰ ਜੋਸ਼ ਆਇਆ ਮੈਂ ਰਹਿਮਤ ਦੇ ਸਬਬ ਇਸ ਨੂੰ ਬਖਸ਼ ਦਿੱਤਾ ਹੈ ਉਹ ਬੰਦਾ ਖੁਦਾ ਤੌਬਾ ਤਾਂ ਕਰ ਉਹ ਮਿਲਾਦ ਦੀ ਮਹਿਫਲ ਚਾਹਣ ਵਾਲਿਓ ਇਹ ਪੈਗਾਮ ਲੈ ਤੇ ਜਾਓ ਤਬਦੀਲੀ ਲਿਆਓ ਆਦੇ ਵਿੱਚ ਤਬਦੀਲੀ ਤੋਂ ਕੀ ਮੁਰਾਦ ਹਜ਼ੂਰ ਦੇ ਗੁਲਾਮ ਬਣੋ ਹਰ ਗੁਨਾਹ ਤੋਂ ਤੌਬਾ ਕਰੋ ਮਰ ਜਾਣਾ ਹਜ਼ਾਰਾਂ ਮਨ ਮੱਟੀ ਦੇ ਥੱਲੇ ਰੱਖ ਤੇ ਆ ਜਾਣਗਾ ਕਿਸੇ ਨਹੀਂ ਨਾਲ ਜਾਣਾ ਤੇ ਮੁੜ ਕਬਰ ਵਿੱਚ ਕਿੰਨੇ ਕੰਮ ਆਉਣਾ ਮਦੀਨੇ ਦੇ ਸ਼ਹਿਨਸ਼ਾਹ ਨੇ ਕੰਮ ਆਉਣਾ ਤੇ ਹਸ਼ਰ ਵਾਲੇ ਦਿਨ ਵੀ ਜਿਵੇਂ ਹਜ਼ਰਤ ਅੱਗੇ ਫਰਮਾਉਂਦੇ ਨਹੀਂ ਪਏ ਵੀ ਸਾਰਿਆਂ ਕੋਲੋਂ ਜਵਾਬ ਲੈ ਤੇ ਆਸ ਹੋ ਤੇ ਸਰਕਾਰ ਫਰਮਾ ਸਨ ਆਨੰਦ ਹਾਂ ਮੈਂ ਜੂ ਹਾਂ ਰੱਬ ਨਾਲ ਮੈਂ ਗੱਲ ਕਰਨਾ ਤੇ ਮੁੜ ਸਰਕਾਰ ਨੇ ਜਿਸ ਵੇਲੇ ਗੱਲ ਕਰਨੀ ਨਾ ਸਜਦੇ ਵਿੱਚ ਸਰ ਰੱਖ ਦੇਣਾ ਤੇ ਜ਼ੁਲਫਾਂ ਖੁੱਲ ਜਾਣੀਆਂ ਨਬੀ ਪਾਕ ਦੀ ਆਵਾਜ਼ ਆਏਗੀ ਇਰਫਾ ਰਾਸਕ ਯਾ ਮੁਹੰਮਦ ਸੋਹਣਿਆ ਸਰ ਚੁੱਕ ਲੈ ਮੰਗ ਤਾਂ ਸਹੀ ਸੋਹਣਿਆ ਮੰਗ ਤਾਂ ਸਹੀ ਕਿਆ ਸ਼ਾਨ ਮਹਿਬੂਬੀਅਤ ਹੈ ਅੱਲਾ ਨੂੰ ਆਪਣੇ ਮਹਿਬੂਬ ਨਾਲ ਕਿਤਨਾ ਪਿਆਰ ਹੈ
اور اس پیار دا صدقہ اللہ نے اس امت نو باقی نبیاں دی امت نالوں اعلیٰ بنایا ہے. تے قیامت دا دن ہوئے گا اسی عرض کرنی ہے سرکار دی بارگاہ وچ تے کس طرح نال عرض کرنی ہے, اسی عرض کرنی ہے غین غور حضور ضرور کرنا غین غور حضور ضرور کرنا ساڈے تر لیتے ہتھاں جوڑیاں دی ڈگیاں بیمار ہاں در تیرے ماری ہوئیاں دھکیاں دھوڑیاں دی ساڈے واسطے تاج سکندریے مٹی پاک جو تیرے جوڑے آدھی تے جدو مشکل حل ہو جانی ہے شہراں دا اسی شکریہ کیویں ادا کرنا ہے سرکار دا. ساڈا بھی طریقہ ہے نا کوئی بندہ وڈیرا کسی دے کام آ جائے تو اسی مڑا دا شکریہ ادا کریں, بڑی جی مہربانی تہاڈا شکریہ ادا کرنا. تو قیامت والے دن مشکل حل ہونی تو مڑا اساں بھی شکریہ ادا کرنا ہے. شہر آندا کیویں کرنا ہے, اسی پھر عرض کرنی ہے مہربانا سلطانا تین زیشانا وڈے کرم کمائے نی بھلا ہووی مہربانا سلطانا تین زیشانا وڈے کرم کمائے نی بھلا ہووی بنجر شور زمین سانگ مہربانا بوٹے کرم دلائے نی بھلا ہووی ککھاں وچ سن رل دے بخت میرے ککھاں وچ سن رل دے بخت میرے تے ککھوں لکھ بنایا بلا ہووی. تہاڈے سامنے میں بیٹھا نا عزت نال, کوئی میرا کمال نہیں سرکار دا کمال ہے, یہ حضور دے ذکر دی برکت ہے. اگر ایسا صاحب دی عزت ہے تو انہاں دا کمال نہیں ہے, سرکار دی نسبت دی وجہ نال سرکار دے ذکر دی برکت ہے. خدا دی قسم میں تو آپ سوچ ہی نہیں سکدا کو جو عزت اللہ نے عطا کیتی کو ساڈا آدھا کمال نہیں ہے. باہرلے ملک بھی شارجہ الین راس الخیمہ دبئی ابو ظہبی حضور دے میلاد دیاں محفلاں کرتے میں آیا, کوئی میرا کمال نہیں ہے, مدینے دے شہنشاہ دا کمال ہے سارا, اے حضور دے ذکر دی برکت ہے. رمضان شریف نا یقین کرو, رمضان شریف دے آخری دس دن مدینہ شریف, رمضان شریف دے آخری دس دن مدینہ شریف 5 بجے تو لے تے 6 بجے تک 1 گھنٹہ محفل میلاد تے میری تقریر ہوندی ہوتے. ایتھے مدینے دا ذکر کریے تے لطف آوے, یقین کرو جے سبز گنبد سامنے ہوئے تے پھر بندہ ذکر کرے تے کتنی لذت آسی. اللہ سب نو زیارت نصیب فرمائے, بار بار لے جائے. ککھاں وچ سن رل دے بخت میرے ککھاں وچ سن رل دے بخت میرے تے ککھوں لکھ بنائے
ਸਰਦਾਰ ਸਰਦਾਰ ਨੂੰ ਆਪਣੀਆਂ ਕੀਤੀਆਂ ਦਾ ਤੇ ਪਰਦੇ ਐਬਾਂ ਤੇ ਪਾਏ ਨੀ ਭਲਾ ਹੋਵੀ। ਸਭ ਇੱਜ਼ਤ ਹਜ਼ੂਰ ਨਾਲ ਹੈ, ਸਭ ਬਹਾਰ ਸਰਕਾਰ ਨਾਲ ਹੈ। ਗੁਲਾਮੀ ਇਖਤਿਆਰ ਕਰੋ ਆਮਿਨਾ ਦੇ ਲਾਲ ਦੀ, ਪੱਕੇ ਸੱਚੇ ਗੁਲਾਮ ਬਣੋ ਔਰ ਨਮਾਜ਼ ਨਾ ਛੋੜੋ। ਨਮਾਜ਼ ਨਾ ਕਿਸੇ ਸੱਯਦ ਨੂੰ ਮਾਫ਼, ਨਾ ਵੱਟੂ ਨੂੰ ਮਾਫ਼, ਨਾ ਜੋਈਆਂ ਨੂੰ, ਨਾ ਚੌਧਰੀਆਂ ਨੂੰ, ਨਾ ਗਰੀਬਾਂ ਨੂੰ, ਨਾ ਅਮੀਰਾਂ ਨੂੰ। ਨਮਾਜ਼ ਕਿਸੇ ਨੂੰ ਮਾਫ਼, ਨਮਾਜ਼ ਕਿਸੇ ਨੂੰ ਮਾਫ਼। ਇਹ ਨਾ ਖਿਆਲ ਕਰਿਆ ਜਿਨ੍ਹਾਂ ਕੌਮਾਂ ਦਾ ਨਾਂ ਨਹੀਂ ਲਿਆ ਖਰੇ ਉਹਨਾਂ ਨੂੰ ਮਾਫ਼ ਹੋ ਗਈ ਹੈ। ਕਿਸੇ ਨੂੰ ਨਮਾਜ਼ ਮਾਫ਼ ਨਹੀਂ। ਬਾਲਗ ਮੁਸਲਮਾਨ 'ਤੇ ਨਮਾਜ਼ 5 ਵਕਤ ਦੀ ਫਰਜ਼ ਹੈ ਔਰ ਫਰਜ਼ ਐਨ ਹੈ। ਬੰਦਾ ਨਾ ਇੱਥੇ ਦੁਨੀਆਂ 'ਤੇ ਸੋਹਣਾ ਬਣਨ ਵਾਸਤੇ ਨਾ ਕਰੀਮਾਂ ਲਾ, ਪਤਾ ਨਹੀਂ ਕੀ ਕੀ ਲਾਉਂਦੇ ਨੂੰ। ਕਈ ਤਾਂ ਇੱਕ ਜਗ੍ਹਾ ਮੈਂ ਕਿਸੇ ਸ਼ਹਿਰ 'ਚ ਗੁਜ਼ਰਨ ਲੱਗੇ ਨਾ ਅਤੇ ਉੱਥੇ ਹਮਾਮ 'ਤੇ ਗਏ ਨਾ ਅਤੇ ਇੱਕ ਬੰਦਾ ਨਾ ਨੌਜਵਾਨ ਕੁਰਸੀ 'ਤੇ ਬੈਠਾ ਅਤੇ ਉਹਦੇ ਮੂੰਹ 'ਤੇ ਕੋਈ ਬੱਗੀ ਜਿਹੀ ਸ਼ੈ ਮਾਰੀ ਬੈਠੇ, ਉਹਦੀਆਂ ਅੱਖੀ 'ਚ ਪਾਣੀ ਚੱਲਾ ਖੜਾ। ਮੈਂ ਵੀ ਐਵੇਂ ਜਾਣਦਾ ਤਾਂ ਨਾ ਮੈਂ ਉਹਨੂੰ ਆ ਅਤੇ ਨਾ ਉਹ ਮੈਨੂੰ, ਐਵੇਂ ਸ਼ੁਗਲਨ ਮੈਨੂੰ ਵੀ। ਮੈਂ ਕੀਤਾ ਯਾਰ ਇਹਨੂੰ ਕੀ ਹੈ, ਮੈਂ ਕਿਹਾ ਭਾਈ ਤੈਨੂੰ ਕੀ ਹੈ। ਮੈਂ ਵੀ ਜਾਣ 'ਤੇ ਕਿਹਾ ਤੈਨੂੰ ਕੀ ਹੈ, ਇਹਦੇ ਮੂੰਹ 'ਤੇ ਮੈਂ ਕਿਹਾ ਕੀ ਲਾਈ ਬੈਠੇ ਨੇ ਅਤੇ ਪਾਣੀ ਅੱਖਾਂ ਵੀਰੂ। ਮੈਂ ਕਿਹਾ ਕਿਉਂ ਰੋਣਾ? ਉਹਨਾਂ ਕਿਹਾ ਸੂਫੀ ਸਾਹਿਬ ਆ ਥੋੜ੍ਹੀ ਦੇਰ ਬਾਅਦ ਇਹਦੀ ਜਾਂਚ ਚੜ੍ਹਨੀ ਹੈ। ਅੱਛਾ, ਅਤੇ ਮੈਂ ਕਿਹਾ ਹਾਲੀ ਚੜ੍ਹਨੀ ਹੈ ਜੀ? ਮੈਂ ਕਿਹਾ ਹਾਂ। ਅਤੇ ਮੈਂ ਕਿਹਾ ਮੁੜ ਹੁਣੇ ਨਾ ਰੋਣਾ ਹੈ। ਉਹਨੇ ਮੇਰੇ ਵੇਖਾ ਵੀ ਇਹ ਮੌਲਵੀ ਕੀ ਆ। ਮੈਂ ਕਿਹਾ ਹੁਣੇ ਨਾ ਰੋਣਾ, ਹਾਲੀ ਤਾਂ ਚੜ੍ਹਨੀ ਹੈ ਤੇਰੀ। ਅਤੇ ਮੈਂ ਕਿਹਾ ਇਹਦੇ ਮੂੰਹ 'ਤੇ ਕੀ ਮਾਰ? ਉਹਨੇ ਕਿਹਾ ਮੈਂ ਉਹ ਨਹੀਂ ਰੋਣਾ। ਮੈਂ ਕਿਹਾ ਹੋਰ ਕੀ ਹੈ? ਆਖੇ ਆਹ ਮੈਨੂੰ ਚੁਣੀ ਜਾਂਦੀ ਜਿਹੜਾ ਮੇਰੇ ਮੂੰਹ 'ਤੇ ਲਾਇਆ। ਤਾਂ ਮੈਂ ਕਿਹਾ ਇਹ ਕਿਉਂ ਮਾੜਾ ਨੇ? ਆਖੇ ਇਹਦੀ ਡੈਂਟਿੰਗ ਪੇਂਟਿੰਗ ਕਰਦੇ ਪਏ ਆ, ਵੀ ਕੋਈ ਜੱਟ ਵਾਹ ਵਾਹ ਹੋ ਜਾਵੇ, ਕੋਈ ਮੈਲ ਮੂਲ ਇਹਦੀ ਲੈ ਜਾਵੇ। ਕਈ ਤਾਂ ਮੂੰਹ ਐਂ ਜਿਵੇਂ ਰੱਤਾ ਟਮਾਟਰ ਨਹੀਂ ਹੁੰਦਾ ਐਂ। ਦੋ ਦੇ ਅਤੇ ਤਰੀਏ ਦੇ ਅਡਾਨ ਟੱਗੇ ਨਾਲ ਗਣੇ ਨਿਕਲੇ ਖੜੇ ਹੁੰਦੇ। ਨਹੀਂ ਨਹੀਂ ਨਹੀਂ, ਸੋਹਣਾ ਬਣਨ ਦੀ ਕੋਸ਼ਿਸ਼ ਕਰਦਾ, ਕਰੀਮ ਲਾਈ ਆ ਤੇ ਪਾਊਡਰ ਲਾਈ ਆ। ਆ ਮੈਂ ਤੈਨੂੰ ਇੱਕ ਕਰੀਮ ਦੱਸ ਦੇਣਾ, ਉਹ ਕਰੀਮ ਲਾ ਲੈ ਤੇਰਾ ਚਿਹਰਾ 14ਵੀਂ ਦੇ ਚੰਨ ਵਾਂਗੂ ਚਮਕੇਗਾ। ਅਖੇ ਪੀਰ ਅਜ਼ਰ ਸ਼ਾਹ ਉਹ ਕਿਹੜੀ ਕਰੀਮ ਏ, ਕਿੱਥੋਂ ਲੱਭਦੀ ਏ? ਮਗਾ ਹਰ ਪਿੰਡ ਚੁੱਲ੍ਹਾ ਬਜਾਂਦੀ ਏ, ਹਰ ਘਰ ਚੁੱਲ੍ਹਾ ਬਜਾਂਦੀ। ਅਖੇ ਕੀ ਮੈਂ ਕਿਹਾ ਮੇਰੇ ਮਦਨੀ ਕਰੀਮ ਦਾ ਫਰਮਾਨ ਏ, ਜਿਹੜਾ ਬੰਦਾ ਨਮਾਜ਼ ਪੜ੍ਹਦਾ ਹੈ ਨਮਾਜ਼ ਤੋਂ ਪਹਿਲੇ ਵਜ਼ੂ ਕਰਨਾ ਪੈਂਦਾ ਹੈ, ਉਸ ਬੰਦੇ ਦਾ ਨਮਾਜ਼ੀ ਦਾ ਕਿਆਮਤ ਵਾਲੇ ਦਿਨ ਚਿਹਰਾ ਇੰਜ ਚਮਕੇਗਾ ਜਿਵੇਂ 14ਵੀਂ ਰਾਤ ਦਾ ਚੰਨ ਚਮਕਦਾ ਹੈ। ਜਿੱਥੇ ਜਿੱਥੇ ਵਜ਼ੂ ਦਾ ਪਾਣੀ ਲੱਗ ਸੀ, ਜਿੱਥੇ ਵਜ਼ੂ ਦਾ ਪਾਣੀ ਲੱਗ ਸੀ 14ਵੀਂ ਦੇ ਚੰਨ ਤਰ੍ਹਾਂ। ਬਾਬਾ ਬੁੱਢਾ, ਇੱਕ ਬਾਬਾ ਬੁੱਢਾ ਜ਼ਈਫ ਅਲ ਉਮਰ, ਨਮਾਜ਼ੀ ਪੱਕਾ ਹਾ, ਸੋਤੇ ਦੀ ਨਮਾਜ਼, ਸੋਤੇ ਦੀ ਨਮਾਜ਼ ਦੀਆਂ ਰਕਾਤਾਂ ਕਹਿਤੀਆਂ ਨੇ ਸੁਭਾਨ ਅੱਲਾ ਸੁਭਾਨ ਅੱਲਾ। ਵਾਹ ਬਈ ਵਾਹ, ਮਲੂਮ ਆਉਂਦੇ ਨੇ ਪੱਕੇ ਹੀ ਨਮਾਜ਼ੀ ਨੇ ਤੁਸੀਂ। ਕਹਿਤੀਆਂ ਰਕਾਤਾਂ 17, ਮਾਸ਼ਾਅੱਲਾ 17 ਹੈਨ 17। ਪਰ ਮੇਰੇ ਤਰ੍ਹਾਂ ਕਈ ਚੰਗੇ ਭਲੇ ਹੱਟੇ ਕੱਟੇ ਮੌਲਵੀ ਨਾ ਮੋਟੀ ਮੋਟੀ ਪਹਾੜ 'ਤੇ ਨਿਕਲ ਜਾਂਦੇ, ਸ਼ਾਰਟ ਕੱਟ ਕਰਤੇ ਨਾ ਉਤਲੀਆਂ ਸੁਨਤਾਂ 'ਤੇ ਵਿਚਲੇ ਨਫਲ ਤੇ ਨਿਕਲ ਗਏ। ਰਕਾਤਾਂ ਕਹਿਤੀਆਂ 17। ਉਹ ਤਾਂ ਬਾਬਾ ਘਰੋਂ ਨਿਕਲਾ ਨਾ ਨਮਾਜ਼ ਪੜ੍ਹਨ, ਹਨੇਰਾ ਹਾ ਸੋਤੇ ਦੀ ਨਮਾਜ਼ ਪੜ੍ਹਨੀ ਆਈ, ਗਲੀ ਵਿੱਚ ਹਾ ਪਾਣੀ ਖੜਾ। ਅੱਲਾ ਦਾ ਕਰਨਾ ਐਸਾ ਹੋਇਆ ਕਿ ਬਾਬੇ ਰਾਂ ਦਾ ਤਾਂ ਪੈਰ ਤਿਲਕ ਗਿਆ,
ਡਿੱਗ ਪਿਆ, ਕੱਪੜਿਆਂ ਨੂੰ ਚਿੱਕੜ ਲੱਗ ਗਿਆ ਤੇ ਬਾਬਾ ਤਾਂ ਉੱਠੀ ਜਾ ਉਹਨੇ ਆਖਾ ਲੈ ਘੇੜੀ ਬਣੀ ਮੇਰੇ ਨਾਲ, ਨਮਾਜ਼ ਪੜ੍ਹਨੀ ਆਈ ਤੇ ਕੱਪੜੇ ਖਰਾਬ ਹੋ ਗਏ। ਪਿਛਾਂ ਘਰੇ ਹੱਟ ਪਏ, ਘਰੇ ਆ ਤੇ ਉਹਨੇ ਕੱਪੜੇ ਬਦਲੇ ਹੋਰ ਪਾ ਲਏ ਤੇ ਬਾਬਾ ਮੋੜ ਟੁਰ ਪਿਆ। ਅੱਲਾ ਦਾ ਕਰਨਾ ਐਸਾ ਹੋਇਆ ਵੀ ਉਸੇ ਜਗ੍ਹਾ ਤੇ ਆ ਤੇ ਬਾਬੇ ਹੋਰੀ ਮੋੜ ਡਿੱਗ ਪਏ, ਪੈਰ ਤੇ ਲੱਗਿਆ। ਬਾਬੇ ਆਖਾ ਆ ਹੱਦ ਲੱਥੀ ਅੱਜ। ਬਾਬਾ ਮੁੜ ਪਿਛਾ ਘਰਾਂ ਨੂੰ ਟੁਰ ਪਿਆ, ਉਹਨੇ ਉਹ ਵੀ ਲਾਇਆ ਚਾ ਕੋਈ ਹੋਰ ਪੁਰਾਣਾ ਪੱਟੂ ਪਿਆ, ਕੁੜਤੀ ਪਈ ਆਈ ਉਹ ਗੱਤ ਤੇ ਬਾਬਾ ਤਰੀ ਵਾਰੀ ਮੋੜ ਟੁਰ ਪਿਆ। ਕਿਤੇ ਜਾਂਦਾ ਪਿਆ? ਕਿਤੇ ਜਾਂਦਾ ਪਿਆ? ਹਾਂ ਮਸੀਤੇ ਜਾਂਦਾ। ਤਰੀ ਵਾਰੀ ਬਾਬੇ ਹੋਰੀ ਘਰੋਂ ਨਿਕਲਣ ਲੱਗੇ ਨਾ ਤੇ ਕੀ ਵੇਖਦੇ, ਦਰਵਾਜ਼ੇ ਵਿੱਚ ਇੱਕ ਬਜ਼ੁਰਗ ਖੜਾ, ਉਹਦੇ ਹੱਥ 'ਚ ਲਾਲਟਨ ਪਕੜੀ। ਉਹਨੇ ਆਖਾ ਆਇਆ ਅੱਗੇ ਦੋ ਵਾਰੀ ਡਿੱਗ ਪਈਆਂ, ਤੈਨੂੰ ਮਸੀਤੇ ਮੈਂ ਛੱਡ ਆ। ਹੁਣ ਲਾਲਟਨ ਲੈ ਕੇ ਟੁਰਦਾ ਗਿਆ ਤੇ ਨਿਮਾਜ਼ੀ ਨਾਲ ਨਾਲ ਚੱਲਦਾ ਚਲਾਉਂਦਾ ਮਸਜਿਦ ਦਾ ਦਰਵਾਜ਼ਾ ਆਇਆ। ਲਾਲਟਨ ਵਾਲਾ ਦਰਵਾਜ਼ੇ ਵਿੱਚ ਰੁਕ ਗਿਆ ਤੇ ਬਾਬਾ ਅੰਦਰ ਦਾਖਲ ਹੋ ਗਿਆ। ਬਾਬੇ ਹੋਰਾਂ ਜਾ ਨਿਮਾਜ਼ ਨੀਤੀ, 17 ਰਕਾਤਾਂ ਹੀ ਆ, ਮੁੜ ਕੋਈ ਜੱਟ ਲੱਗਦਾ ਹੈ, ਇੱਕ ਦਰਵੇਸ਼ ਕੋਈ ਪੀਰਾਂ ਵਾਲਾ ਆ, ਉਹਨੇ ਕੋਈ ਵਜ਼ੀਫਾ ਵੀ ਕੀਤਾ, ਜੱਟ ਚੰਗਾ ਉਹਨੇ ਜੱਲੀ ਵੀ ਗੱਤੀ ਉਹ ਸੀ, ਕਲਮੇ ਸ਼ਰੀਫ ਦਾ ਵਿਰਦ ਕਰ ਤੇ ਵਾਹ ਵਾਹ ਟਾਈਮ ਲਾ ਤੇ ਨਾ। ਬਾਬਾ ਤਾਂ ਪਿਛਾ ਨਿਕਲਾ ਨਾ ਤੇ ਮਸੀਤ ਦੇ ਬੂਹੇ 'ਚ ਆਇਆ ਤੇ ਵੇਖ ਤੇ ਹੈਰਾਨ ਹੋ ਗਿਆ ਬਈ ਉਹ ਲਾਲਟਨ ਵਾਲਾ ਉੱਥੇ ਹੀ ਖੜਾ। ਉਹਨੇ ਕੀਤਾ ਤੂੰ ਖੜਾ ਏ? ਉਹਨੇ ਤਾਂ ਆ ਜਾ ਤੈਨੂੰ ਘਰੇ ਵੀ ਛੱਡ ਆਵਾਂ, ਹਟਦਾ ਨਾ ਡਿੱਗ ਪਵੀ। ਉਹ ਜੀ ਉਹਨੂੰ ਘਰ ਲੈ ਆਇਆ, ਘਰ ਦਾ ਦਰਵਾਜ਼ਾ ਆਇਆ, ਉਸਨੇ ਕਿਹਾ ਜਾ ਹੁਣ ਘਰੇ ਜਾਂਦਾ ਰਹੋ। ਨਿਮਾਜ਼ੀ ਆਖਾ ਮੈਨੂੰ ਤੂੰ ਦੱਸ ਮੇਰੇ ਤੇ ਤੀ ਮਿਹਰਬਾਨੀ ਕਰਨ ਵਾਲਿਆ ਤੂੰ ਕੌਣ ਏ? ਤੂੰ ਕੌਣ ਏ? ਮੈਨੂੰ ਮਸਜਿਦ ਪੁਚਾਇਆ ਈ, ਘਰ ਵੀ ਪੁਚਾਇਆ ਈ। ਉਹਨੇ ਆਖਾ ਛੱਡ ਮੇਰਾ ਪੁੱਛ ਤੇ ਕੀ ਲੈਣਾ ਈ, ਤੈਨੂੰ ਘਰੇ ਛੱਡੀ ਜਾਂਦਾ ਨਿਮਾਜ਼ ਪੜ੍ਹਾ ਤੇ। ਨਹੀਂ ਨਹੀਂ ਮੈਨੂੰ ਦੱਸ ਤੇ ਸਹੀ ਤੂੰ ਕੌਣ ਏ? ਤੇ ਲਾਲਟਨ ਵਾਲੇ ਆਖਿਆ ਸੱਚੀ ਗੱਲ ਪੁੱਛਣਾ ਹੈ ਤੇ ਮੈਂ ਸ਼ੈਤਾਨ ਹਾਂ। ਨਿਮਾਜ਼ੀ ਦੀਆਂ ਤਾਂ ਤਲੀਆਂ ਲੱਗ, ਉਹਨੇ ਤਾਂ ਤੂੰ ਸ਼ੈਤਾਨ ਹੈ, ਤੂੰ ਇਹ ਜੇ ਕੰਮ ਵੀ ਕਰ ਲੈਂਦਾ, ਤੂੰ ਸ਼ੈਤਾਨ ਹੈ ਤੇ ਇਹ ਜਿਹਾ ਕੰਮ ਵੀ ਕਰ ਲੈਂਦਾ ਹੈ, ਭਲਾ ਇਹ ਜਿਹਾ ਕੰਮ ਤੇਰੇ ਮੂੰਹ ਤੇ ਪਾਉਂਦਾ ਹੈ? ਤੇਰਾ ਕੰਮ ਤਾਂ ਮਸੀਤੂ ਰੋਕਣਾ, ਤੂੰ ਮੈਨੂੰ ਮਸਜਿਦ ਵਿੱਚ ਹੀ ਲੈ ਗਈਆਂ ਤੇ ਘਰੇ ਵੀ। ਉਹਨੇ ਆਖਾ ਚੁੱਪ ਕਰ ਮਮੀ ਦਾਤ ਆ, ਕੋਈ ਐਵੇਂ ਗੱਲ ਨਹੀਂ ਆਈ ਸ਼ੈਤਾਨ ਆਖਾ। ਨਿਮਾਜ਼ੀ ਆਖਾ ਤੇਰਾ ਕੀ ਦਾ ਇਹਦੇ ਵਿੱਚ? ਮੁੜ ਸੁਣੋ ਮੇਰੀ ਗੱਲ ਦੀ ਸਮਝ ਆਉਂਦੀ ਪਈ? ਨਹੀਂ ਆਈ ਤੇ ਮੈਂ ਮੋੜ ਮੁੱਢੂ ਸ਼ੁਰੂ ਹੋ ਸਮ ਆਉਂਦੀ ਪਈ। ਚਲੋ ਅੱਛੀ ਬਾਤ ਹੈ ਮਾਸ਼ਾ ਅੱਲਾ। ਉਸਨੇ ਕਿਹਾ ਸ਼ੈਤਾਨ ਆਉਂਦਾ ਮੈਂ ਵੀ ਦਾਤਿਆਂ, ਕਿਉਂ ਲੈ ਗਈਆਂ ਮਸਜਿਦ ਵਿੱਚ, ਕਿਉਂ ਘਰ ਪੁਚਾਇਆ? ਉਸ ਨਿਮਾਜ਼ੀ ਨੇ ਕਿਹਾ ਦੱਸੀ ਜਾ ਤੇਰਾ ਕੀ ਦਾ? ਸ਼ੈਤਾਨ ਕਹਿਣ ਲੱਗਾ ਸੁਣ ਲੈ, ਜਦੋਂ ਤੂੰ ਪਹਿਲੀ ਮਰਤਬਾ ਘਰ ਵਿੱਚੋਂ ਨਿਕਲਾ ਸੀ ਤੇਰਾ ਪੈਰ ਤਿਲਕ ਗਿਆ, ਜਦੋਂ ਤੂੰ ਡਿੱਗਾ ਹੈ ਅੱਲਾ ਤਾਲਾ ਨੂੰ ਤੇਰੇ ਤੇ ਇਤਨਾ ਰਹਿਮ ਆਇਆ ਕਿ ਰੱਬ ਸੋਹਣੇ ਨੇ ਤੇਰੀ ਸਾਰੀ ਜ਼ਿੰਦਗੀ ਦੇ ਗੁਨਾਹ ਮਾਫ ਕਰ ਦਿੱਤੇ। ਜਦੋਂ ਪਹਿਲੀ ਮਰਤਬਾ ਡਿੱਗਾ ਹੈ ਨਾ, ਅੱਲਾ ਨੇ ਤੇਰੇ ਤੇ ਇੱਤਾ ਮਿਹਰਬਾਨੀ ਕੀਤੀ, ਤੇਰੇ ਗੁਨਾਹ ਮਾਫ ਕਰ ਦਿੱਤੇ। ਤੂੰ ਫਿਰ ਕੱਪੜੇ ਤਬਦੀਲ ਕਰਤੇ ਚੱਲ ਪਿਆ, ਜਦੋਂ ਦੂਸਰੀ ਮਰਤਬਾ ਡਿੱਗੇ ਅੱਲਾ ਤਾਲਾ ਨੂੰ ਹੋਰ ਤੇਰੇ ਤੇ ਪਿਆਰ ਆਇਆ ਕਿ ਮੇਰਾ ਬੰਦਾ ਮੇਰੀ ਇਬਾਦਤ ਕਰਨ ਵਾਸਤੇ ਨਿਕਲੇ, ਇਸ ਨੂੰ ਤਕਲੀਫ ਆਈ, ਪਹਿਲੀ ਦਫਾ ਤੇਰੇ ਗੁਨਾਹ ਮਾਫ ਕੀਤੇ ਤੇ ਦੂਸਰੀ ਮਰਤਬਾ ਡਿੱਗਣ ਤੇ ਅੱਲਾ ਤਾਲਾ ਨੇ ਤੇਰੇ ਸਾਰੇ ਰਿਸ਼ਤੇਦਾਰ ਬਖਸ਼ ਦਿੱਤੇ, ਤੇਰੇ ਸਾਰੇ ਰਿਸ਼ਤੇਦਾਰ ਰੱਬ ਨੇ ਬਖਸ਼ ਦਿੱਤੇ ਤੇ ਤੂੰ ਅਖੇ ਮੁੜ ਵੀ ਨਹੀਂ ਖਲੋਤਾ, ਤਰੀ ਵਾਰੀ ਮੁੜ ਟੁਰ ਪਈਆਂ।
ਸ਼ੈਤਾਨ ਆਖਾ ਮੈਂ ਸੋਚਿਆ ਜੇ ਇਹ ਹੁਣ ਤਰੀ ਵਾਰੀ ਡਿੱਗਦਾ ਏ ਇੱਕ ਵਾਰੀ ਡਿੱਗਾ ਤੇ ਇਹਦੇ ਗੁਨਾਹ ਬਖਸ਼ੇ ਗਏ, ਦੂਈ ਵਾਰੀ ਡਿੱਗਾ ਤੇ ਰਿਸ਼ਤੇਦਾਰ ਬਖਸ਼ੇ ਗਏ, ਜੇ ਤਰੀ ਵਾਰੀ ਹੁਣ ਡਿੱਗ ਪਿਆ ਤੇ ਅੱਲਾ ਤਾਲਾ ਇਹਦੇ ਸਾਰੇ ਬਸਤੀ ਵਾਲਿਆਂ ਨੂੰ ਬਖਸ਼ਦੇ ਸੀ। ਤੇ ਮੈਂ ਸੋਚਿਆ ਬਈ ਲਾਲਟਨ ਲੈ ਤੇ ਅੱਪੜ ਜਾਵਾਂ, ਇਸੇ ਹਿੱਕੇ ਨੂੰ ਮਸੀਹ ਤੇ ਅਪੜਾਵਾਂ, ਪਿਛਲਿਆਂ ਨੂੰ ਬਚਾਵਾਂ। ਮਾਤ ਤਰੀ ਵਾਰੀ ਡਿੱਗਦਾ ਹੈ ਨਾ ਤੇ ਸਾਰੇ ਪਿੰਡ ਵਾਲਿਆਂ ਨੂੰ ਰੱਬ ਨੇ ਬਖਸ਼ ਦੇਣਾ ਹੈ। ਉਹਦੀ ਰਹਿਮਤ ਨੂੰ ਜੋ ਜੋਸ਼ ਆਇਆ ਖੜਾ ਤੇ ਸਾਰੇ ਪਿੰਡ ਵਾਲਿਆਂ ਨੂੰ ਬਖਸ਼ ਸੀ ਚਾਹ। ਤੇ ਮੈਂ ਸੋਚਿਆ ਇਸ ਇਕੱਲੇ ਨੂੰ ਜੋ ਅਪੜਾ ਦੇਵਾਂ ਮਸੀਤੇ। ਮੇਰੀ ਗੱਲ ਨੂੰ ਹੱਸ ਤੇ ਨਾ ਟਾਲੀ, ਗੌਰ ਕਰ ਇਸ ਬਾਤ ਤੇ, ਆ ਨਿਮਾਜ਼ੀ ਨਿਮਾਜ਼ ਦੇ ਇਰਾਦੇ ਨਾਲ ਨਿਕਲੇ, ਰਸਤੇ ਵਿੱਚ ਤਕਲੀਫ ਆਵੇ ਰੱਬ ਇਹਤੀਆਂ ਮਿਹਰਬਾਨੀਆਂ ਕਰਦੇ, ਤੇ ਜਦੋਂ ਨਿਮਾਜ਼ੀ ਨਿਮਾਜ਼ ਪੜੇਗਾ ਉਦੋਂ ਕਿਤਨੀਆਂ ਮਿਹਰਬਾਨੀਆਂ ਕਰੇਗਾ। ਹਾਲੀ ਪੜ੍ਹੀ ਨਹੀਂ ਤੇ ਇਹਤੀਆਂ ਮਿਹਰਬਾਨੀਆਂ ਜਿਸਲੇ ਪੜ੍ਹਸੀ ਤਾਂ ਮੁੜ। ਪਰ ਨਿਮਾਜ਼ ਵਿੱਚ ਵੀ ਫਰਕ ਹੁੰਦਾ, ਪੜ੍ਹਨ ਵਿੱਚ ਵੀ ਫਰਕ, ਮਸੀਤੇ ਆਉਣ ਵਾਲਿਆਂ ਵਿੱਚ ਵੀ ਫਰਕ ਹੈ। ਸਾਰੇ ਆਉਣ ਵਾਲੇ ਇੱਕੋ ਜਿਹੇ ਨਹੀਂ, ਕੋਈ ਮਸੀਤੇ ਅਜ਼ਾਨ ਦੇਵਣ ਆਉਂਦਾ ਏ ਉਹਦੀ ਡਿਊਟੀ ਏ, ਕੋਈ ਆਉਂਦਾ ਜਮਾਤ ਕਰਾਵਣ ਉਸਦੀ ਡਿਊਟੀ ਏ, ਨਿਮਾਜ਼ ਵੀ ਪੜ੍ਹਦਾ ਤੇ ਜਮਾਤ ਵੀ ਕਰਾਉਣੀ ਉਸਨੇ, ਤੇ ਕਈ ਅਜ਼ਾਨ ਸੁਣ ਤੇ ਨਿਮਾਜ਼ ਪੜ੍ਹਨ ਵਾਸਤੇ ਆਉਂਦੇ ਨੇ। ਤੇ ਕਈ ਮੁੜ ਅਜ਼ਾਨ ਸੁਣ ਤੇ ਨਾਵਣ ਆਉਂਦੇ ਨੇ ਵੀ ਹੁਣ ਮਸੀਤ ਦਾ ਬੂਹਾ ਖੁੱਲ ਗਿਆ ਸੀ, ਹੁਣ ਤਾਲਾ ਖੁੱਲ ਗਿਆ ਸੀ, ਛੱਡੀ ਟੂਟੀ ਤੇ ਖੜੇ ਨਹੀਂ ਹੇਠ, ਸਾਰੀ ਟੈਂਕੀ ਦਾ ਸਿਰ ਲਏ ਤੇ ਉਹ ਪੀਆ ਜਾਂਦਾ ਹੀ, ਤੇ ਨਿਮਾਜ਼ੀ ਲੋਟੇ ਲਏ ਤੇ ਗਵਾਂਢੀਆਂ ਘਰੋਂ ਪਾਣੀ ਲੈਂਦੇ, ਫਿਰ ਵਜ਼ੂ ਕਰਨਾ ਕਈ ਇਹ ਜੇ ਵੀ। ਫਿਰ ਆਓ ਸੁਣੋ ਸੁਣੋ ਮੇਰੀ ਗੱਲ ਨੂੰ, ਹੱਸਦੇ ਨਾ ਟਾਲੇ, ਅੰਦਾਜ਼ ਸਾਦਾ ਗੱਲ ਪੱਕੀ ਪਿਆ ਕਰਨਾ। ਜਿਹੜੇ ਨਿਮਾਜ਼ ਪੇ ਪੜਦੇ ਆਏ ਇਹਨਾਂ ਵਿੱਚ ਇੱਕ ਜਣਾ ਨੀਤੀ ਖੜਾ ਏ, ਇੱਕ ਇੱਕ ਕਰ ਤੇ ਬੰਦੇ ਪੜ ਪੜ ਤੇ ਨਿਕਲੀ ਜਾਂਦੇ ਨੇ। ਮੌਲਵੀ ਸਾਹਿਬ ਵੀ ਗਏ ਤੇ ਬਾਂਗ ਦੇਵਣ ਵਾਲਾ ਵੀ ਗਿਆ, ਤੇ ਦੂਸਰੇ ਨਿਮਾਜ਼ੀ ਵੀ ਇੱਕ ਇੱਕ ਕਰ ਤੇ ਟੁਰਦੇ ਗਏ, ਤੇ ਇੱਕ ਜਣਾ ਨੀਤੀ ਖੜਾ ਏ। ਸਾਰੇ ਨਿਕਲ ਗਏ ਤੇ ਇਹ ਨੀਤੀ ਖੜਾ ਏ। ਇਹਨੇ ਵੇਖਿਆ ਹੁਣ ਸਾਰੇ ਘਰੇ ਅੱਪੜ ਗਏ, ਇਹ ਨੀਤੀ ਖੜਾ ਏ। ਜਿਸਲੇ ਤਸੱਲੀ ਹੋ ਗਈ ਹੁਣ ਕਿਸੇ ਨਹੀਂ ਆਵਣਾ, ਇਹ ਮਸਜਿਦ ਦੇ ਗੱਲੇ ਦੀ ਸਫਾਈ ਕੀਤੀ ਖੜਾ ਏ, ਤੇ ਵੱਡੜੇ ਮੁੜ ਨੀਤੀ ਖੜਾ ਏ। ਕੈਸੀ ਨਿਮਾਜ਼ ਹੈ ਭਾਈ, ਕੈਸੀ ਨਿਮਾਜ਼ ਹੈ ਭਾਈ। ਨੀਤੀ ਵੀ ਖੜਾ ਏ ਤੇ ਸੂਦ ਵੀ ਖਾਧੀ ਜਾਂਦੇ, ਤੇ ਵੱਡੜੇ ਮੁੜ ਨੀਤੀ ਖੜਾ ਏ, ਹਰਾਮ ਵੀ ਖਾਧੀ ਜਾਂਦਾ ਨੀਤੀ ਵੀ ਖੜਾ ਏ। ਮੁਸਲਮਾਨੋ, ਨਿਮਾਜ਼ ਉਸ ਬੰਦੇ ਦੀ ਏ ਜਿਹੜਾ ਨਿਮਾਜ਼ ਪੜ੍ਹਦਾ ਦਿਲ ਦੀ ਕੋਠੀ ਸਾਫ਼ ਹੈ, ਫਿਰ ਨਿਮਾਜ਼ ਪੜ੍ਹਦਾ ਤੇ ਪੜ੍ਹਦਿਆਂ ਉਹਦਾ ਦਿਲ ਗਵਾਹੀ ਦਿੰਦਾ ਤੇਰੀ ਪੜ੍ਹੀ ਹੋਈ ਕਬੂਲ ਹੋ ਗਈ। ਸਕੂਨ ਮਿਲਦਾ, ਸਕੂਨ ਸਕੂਨ ਮਿਲਦਾ। ਆ ਕੋਠੀ ਸਾਫ਼ ਕਰੋ, ਆ ਵਿੱਚ ਜਿਹੜੇ ਆ ਰੂੜ ਲੱਗੇ ਪਏ ਨਾ, ਬੇਈਮਾਨੀ ਕੁੱਟ ਕੁੱਟ ਤੇ ਭਰੀ ਪਈ, ਇਹਨੂੰ ਕੱਢੋ ਵਿੱਚੋਂ। ਇਹ ਵਿਹੜਾ ਸਾਫ਼ ਹੋ ਸੀ ਤੇ ਉਦੋਂ ਗੱਲ ਬਣ ਸੀ। ਇਹ ਕੋਠੀ ਨੂੰ ਸਾਫ਼ ਕਰ, ਤੇ ਜਦੋਂ ਇਹ ਕੋਠੀ ਸਾਫ਼ ਹੋਈ ਤੇ ਉਦੋਂ ਅਸੀਂ ਆਖ ਸੈ ਕੁੱਲੀ ਆਪਣੀ ਸਜਾਈ ਬੈਠਾ ਆਸ ਮਦੀਨੀ ਦਿਲਾਈ ਬੈਠਾ, ਕੁੱਲੀ ਆਪਣੀ
ਸਜਾਈ ਬੈਠਾ ਆਸੀ ਮਦੀਨੀ ਦਿਲਾਈ ਬੈਠਾ ਆਸੀ ਮਦੀਨੀ ਦਿਲਾਈ ਬੈਠਾ ਕੁੱਲੀ ਸਾਫ ਹੋ ਸੀ ਨਾ ਤੇ ਮੁੜ ਤਮੰਨਾ ਮਦੀਨੇ ਦੇ ਸ਼ਹਿਨਸ਼ਾਹ ਦੀ ਹੋ ਸੀ ਤੇ ਫਿਰ ਕਦੀ ਨਾ ਕਦੀ ਅੱਖ ਲੱਗ ਜਾਣੀ ਤੇ ਕਿਸਮਤ ਜਾਗ ਪੈਣੀ ਮਦੀਨੇ ਦੇ ਸ਼ਹਿਨਸ਼ਾਹ ਦੀ ਜ਼ਿਆਰਤ ਨਸੀਬ ਹੋ ਸੀ ਦੋਸਤੋ ਅੱਲਾ ਤਾਲਾ ਸਾਨੂੰ ਹਜ਼ੂਰ ਦਾ ਪੱਕਾ ਤੇ ਸੱਚਾ ਗੁਲਾਮ ਬਣਾਏ ਅੱਲਾ ਤਾਲਾ ਨਬੀ ਪਾਕ ਦੇ ਨਕਸ਼ੇ ਕਦਮ ਤੇ ਚੱਲਣ ਦੀ ਤੋਫੀਕ ਅਤਾ ਫਰਮਾਏ ਪੰਜ ਵਕਤ ਦਾ ਅੱਲਾ ਤਾਲਾ ਸਾਨੂੰ ਨਮਾਜ਼ੀ ਬਣਾਏ ਜਿੰਨਾ ਮਸਜਿਦ ਨੂੰ ਆਬਾਦ ਕੀਤਾ ਅੱਲਾ ਉਹਦੇ ਘਰ ਨੂੰ ਆਬਾਦ ਕਰ ਵਰਨਾ ਕਿਆਮਤ ਵਾਲੇ ਦਿਨ ਮਸਜਿਦ ਨੇ ਵੀ ਸ਼ਿਕਾਇਤ ਲਾਵਣੀ ਰੱਬ ਦੀ ਬਾਰਗਾਹ 'ਚ ਯਾ ਅੱਲਾ ਮੇਰਾ ਗਵਾਂਢੀ ਆ ਤੇ ਕਦੇ ਆਇਆ ਹੀ ਨਹੀਂ ਆ ਇਹ ਪੜੋਸੀ ਆ ਕਦੇ ਮੇਰੇ ਵਿੱਚ ਆਇਆ ਹੀ ਨਹੀਂ ਹੁਣ ਤੁਸੀਂ ਸੋਚ ਸੋ ਵੀ ਲੈ ਬਈ ਫਸ ਗਿਆ ਜਿਨ੍ਹਾਂ ਦੀ ਕੱਦ ਮਸਜਿਦ ਦੀ ਕੱਦ ਨਾਲ ਦੀਵਾਰ ਮਸਜਿਦ ਦੀ ਨਾਲ ਘਰ ਹੈ ਉਹ ਪੜੋਸੀ ਉਹ ਨਹੀਂ ਨਹੀਂ ਮਸਜਿਦ ਦੇ ਪੜੋਸੀ ਪਤਾ ਹੱਦ ਕਿੱਥੋਂ ਤੱਕ 40 ਘਰ ਮਸਜਿਦ ਤੋਂ ਇਸ ਤਰਫ ਪੜੋਸੀ ਹਨ 40 ਘਰ ਇੱਧਰ 40 ਇੱਧਰ ਅਤੇ 40 ਇੱਧਰ ਇਹ ਮਸਜਿਦ ਦੇ ਪੜੋਸੀ ਹੈ ਮੈਨੂੰ ਸ਼ੱਕ ਹੈ ਤੁਹਾਡੇ ਪਿੰਡ 'ਚ ਮੈਨੂੰ ਕੋਈ ਬਚਦਾ ਹੋਇਆ ਮਲੂਮ ਨਹੀਂ ਹੁੰਦਾ ਸਾਰੇ ਹੀ ਪੜੋਸੀ ਨੇ ਮਸਜਿਦ ਦੇ ਇੱਕ ਖਤਮ ਹੋ ਸੀ ਤਾਂ ਗੁਦੂਈ ਮਸੀਤ ਵਾਲੇ ਪੜੋਸੀ ਸ਼ੁਰੂ ਹੋਏ ਖੜੇ ਐਵੇਂ ਨਹੀਂ ਨਾ ਆਇਆ ਨਾ ਮਸਜਿਦ 'ਚ ਇਹਨੇ ਕਿਆਮਤ ਵਾਲੇ ਦਿਨ ਸ਼ਿਕਾਇਤ ਲਾਉਣੀ ਯਾ ਅੱਲਾ ਮੇਰਾ ਪੜੋਸੀ ਆ ਤੇ ਕਦੇ ਵਿੱਚ ਆਇਆ ਹੀ ਨਹੀਂ ਆ ਤੂੰ ਆ ਸਪੀਰ ਜੀ ਹਰ ਜੁਮੇ ਰਾਤ ਤਾਂ ਮਸੀਤੇ ਪੈਸੇ ਗੱਲੀ ਖੜਾ ਉਹਨਾਂ ਪੈਸੇ ਮਾਸ਼ਾਅੱਲਾ ਤੇ ਪੈਸੇ ਉਹ ਗੱਲਣੇ ਨਹੀਂ ਜੇ ਦੁਕਾਨ ਵਾਲਿਆਂ ਨੂੰ ਦੇ ਮੇਰੇ ਗੱਲ ਸੀ ਨਾ ਸਿਗਟਾਂ ਵਾਸਤੇ ਨੰਬਰ ਪਾਟਾ ਹੋਇਆ ਹੋਵੇ ਤਾਂ ਦੁਕਾਨ ਵਾਲਾ ਲੈਂਦਾ ਨਹੀਂ ਲੈਂਦਾ ਲੈ ਜਾ ਪਿਛਾਂ ਇਹ ਨਹੀਂ ਚੱਲਦਾ ਨੋਟ ਨੰਬਰ ਪਾਟਾ ਪੋਤਰਾ ਪਿਛਾਂ ਆ ਜਾ ਸੀ ਦਾਦੇ ਨੂੰ ਆ ਸੀ ਬਾਬਾ ਇਹ ਨਹੀਂ ਚੱਲਦਾ ਜੀ ਕਿਉਂ ਇਹਦਾ ਨੰਬਰ ਪਾਟਾ ਨੰਬਰ ਪਾਟਾ ਹੋਇਆ ਦਾਦੇ ਵੇਖ ਮੁੜ ਸਕੀਮ ਕਿੱਡੀ ਸੋਹਣੀ ਲਾਈ ਦਾਦੇ ਨੇ ਦਾਂ ਵਾਲਿਆਂ ਨੂੰ ਚੰਗੀ ਤਰ੍ਹਾਂ ਨਾਲ ਵਲੇਟਾ ਅਸੀਂ ਵਲੇਟ ਤੇ ਉਹਨਾਂ ਕਿਹਾ ਜਾ ਪੁੱਤਰੇ ਮਸੀਤੇ ਦੇ ਆ ਦਾਦੀ ਦੀ ਅਰਵਾ ਦੁਕਾਨ ਵਾਲੇ ਨਹੀਂ ਲਿਆ ਮਸਜਿਦ 'ਚ ਆ ਗਿਆ ਜਾਂ ਮੌਲਵੀ ਸਾਹਿਬ ਦੇ ਹੱਥੇ ਆਇਆ ਨਾ ਉਸ ਕਰਮਾਂ ਵਾਲੇ ਨੇ ਖੋਲ੍ਹ ਤੇ ਨਹੀਂ ਵੇਖਾ ਉਹਨੇ ਸਪੀਕਰ ਖੋਲ੍ਹ ਲਿਆ ਅੱਲਾ ਇਹਦੀ ਦਾਦੀ ਨੂੰ ਬਖਸ਼ੇ ਅੱਲਾ ਇਹਦੀ ਪੜਦਾਦੀ ਨੂੰ ਵੀ ਬਖਸ਼ੇ ਤੇ ਮਾਮੇ ਵੀ ਬਖਸ਼ੇ ਤੇ ਚਾਚ 10 ਬੰਦੇ ਜੰਨਤ 'ਚ ਗੱਲ ਤੇ ਖੜੋਸੀ ਤੇ ਜਿਸ ਵੇਲੇ ਛੇਕੜ ਵੇਖਾ ਉਹ ਇਹਦੇ ਤਾਂ ਨੰਬਰ ਹੀ ਪਾਟਿਓ ਹੁਣ ਨਾ ਨੋਟ ਚੱਲੇ ਤੇ ਨਾ ਜਿਹੜਿਆਂ ਨੂੰ ਮੌਲਵੀ ਸਾਹਿਬ ਅਗਾਂ ਜੰਨਤ ਗੱਲੀ ਖੜਾ ਨਾ ਉਹਨਾਂ ਨੂੰ ਪਿਛਾਂ ਹਟਾਉਣ ਜੋਗਾ ਇਹ ਸ਼ਾਬਸ਼ ਹੈ ਮਸੀਤ ਦੇ ਬਈ ਜਿੱਥੇ ਪਾਟਿਓ ਵੀ ਚੱਲੀ ਜਾਂਦੇ ਆ ਨਿਰਾ ਜੁਮੇ ਰਾਤ ਤੇ ਮਸੀਤੇ ਦਾ ਗੱਲ ਤੇ ਨਾ ਖੁਸ਼ ਹੋਇਆ ਕਰ ਖੁਦ ਮਸਜਿਦ ਦੇ ਵਿੱਚ ਆ ਨਮਾਜ਼ ਦੀ ਪਾਬੰਦੀ ਕਰ ਮਸਜਿਦ ਦੀ ਆਬਾਦੀ ਚੀਨੀ ਦੀਆਂ ਟੈਲਾਂ ਨਾਲ ਤੇ ਆ ਕੁੰਮ ਕੁੰਮੇ ਲਾਵਣ ਨਾਲ ਨਹੀਂ ਹੈ ਕੱਚੀਆਂ ਇੱਟਾਂ ਦੀ ਵੀ ਹੋਵੇ ਤੇ ਕੱਖਾਂ ਦੀ ਵੀ ਬਣਾਈ ਹੋਈ ਹੋਵੇ ਉਹਦੇ ਵਿੱਚ ਨਮਾਜ਼ ਹੀ ਹੋਵਣ ਤੇ ਅੱਲਾ ਦੀ ਕਸਮ ਮਸਜਿਦ ਆਬਾਦ ਹੁੰਦੀ ਉਹ ਮਸਜਿਦ ਭਾਵੇਂ ਏ ਸੀ ਲੱਗੇ ਹੋਏ ਹੋਵਣ ਤੇ ਵਿੱਚ ਮਸੀਤੇ ਬੰਦਾ ਨਾ ਹੋਵੇ ਤੇ ਮਸਜਿਦ ਦੀ ਆਬਾਦੀ ਨਹੀਂ ਹੈਗੀ ਉਹ ਮਸਜਿਦ ਆਬਾਦ ਨਹੀਂ ਹੈ ਪੁੱਛੋ ਸੀ ਤੇਰੇ ਕੋਲੋਂ ਖੁਦ ਨਮਾਜ਼ ਪੜ੍ਹ ਆਪਣੀ ਬੇਟੀ ਨੂੰ ਆਖ ਆਪਣੇ ਬੇਟੇ ਨੂੰ ਕਹਿ ਸਖਤੀ ਨਾਲ ਤੇ ਡਰਦਾ ਡਰਦਾ ਕੰਬਦਾ ਕੰਬਦਾ ਮੇਰੇ ਵੱਲੇ ਵੇਖੋ ਪੁੱਤਰ ਨੂੰ ਵੀ ਸਖਤੀ ਨਾਲ ਆਖ ਬੇਟੀ ਨੂੰ ਵੀ ਸਖਤੀ ਨਾਲ ਕਹਿ ਕਿ ਨਮਾਜ਼ ਪੜ੍ਹੋ ਤੇ ਮੁੜ ਅਗਾਂਹ ਡਰਦਾ ਡਰਦਾ ਕੰਬਦਾ ਕੰਬਦਾ ਉਹਨੂੰ ਵੀ ਆਖ ਬੇਗਮ ਸ਼ਰੀਫ ਖੁਦ ਨਮਾਜ਼ ਪੜ੍ਹ ਆਪਣੀ ਬੇਗਮ ਨੂੰ ਵੀ ਕਹਿ ਪਰ ਆਖੇ ਕਿਹੜਾ ਜੇ ਆਪ ਕਦੇ ਨੀਤੀ ਹੋਵੇ ਤਾਂ ਆਖੇ ਨਹੀਂ 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 ਖੁਦਾ ਦੀ ਕਸਮ ਆਖਣਾ ਤਾਂ ਤੇਰਾ ਹੱਕ ਹੈ ਵਰਨਾ ਇਹ ਵੀ ਪੁੱਛੋ ਸੀ ਜੇ ਖੁਦ ਪੜ੍ਹਦਾ ਰਹੀਆ ਤੇ ਬੀਵੀ ਨੂੰ ਨਾ ਕਿਹਾ ਬੇਟੇ ਨੂੰ ਨਾ ਆਖਿਆ ਧੀ ਨੂੰ ਨਾ ਆਖਿਆ ਤਾਂ ਕਿਆਮਤ ਵਾਲੇ ਦਿਨ ਇਹਨਾਂ ਨੇ ਕਹਿਣਾ ਯਾ ਅੱਲਾ ਖੁਦ ਪੜ੍ਹਦਾ ਇਹਨੇ ਸਾਨੂੰ ਕਦੇ ਆਖਿਆ ਹੀ ਨਹੀਂ ਆ ਮੇਰਾ ਮਿਲਾਦ ਦੀਆਂ ਦੇਗਾਂ ਦੇ ਰੜੇ ਨਾ ਕੱਢੀ ਜਾਓ ਠੀਕ ਹੈ ਲੰਗਰ ਖਾਓ
ਪਰ ਅਸਲ ਲੰਗਰ ਇਹ ਆਈ ਹਜ਼ੂਰ ਦਾ ਪੱਕਾ ਅਤੇ ਸੱਚਾ ਗੁਲਾਮ ਬਣ, ਹਜ਼ੂਰ ਦੀ ਜ਼ਾਤ 'ਤੇ ਦਰੂਦੋ ਸਲਾਮ ਪੜਾ ਕਰ, ਔਰ ਨਮਾਜ਼ ਦੀ 5 ਵਕਤ ਦੀ ਪਾਬੰਦੀ ਕਰ। ਅੱਲਾ ਤਾਲਾ ਸਾਨੂੰ ਅਮਲ ਦੀ ਤੌਫੀਕ ਅਤਾ ਫਰਮਾਏ। ਅੱਲਾ ਤਾਲਾ ਇਹ ਬਾਨੀ ਹੈ ਮਹਿਫਲ ਜਿਤਨੇ ਮੇਰੇ ਭਾਈ ਦੋਸਤ ਭਾਈ ਖਲੀਲ ਇਸ ਨੇ ਮੇਰੇ ਨਾਲ ਰਾਬਤਾ ਰੱਖਿਆ ਹੈ, ਮੇਰੀ ਯਕੀਨ ਕਰੋ ਕੋਈ ਜਾਣ ਪਹਿਚਾਣ ਨਹੀਂ। ਮੈਂ ਤਾਂ ਬੜੀ ਦੂਰ ਦੂਰ ਵੀ ਜਾਣਾ ਅਤੇ ਕੋਈ ਜਾਣ ਪਹਿਚਾਣ ਰਾਬਤ ਵਕਲੀ ਟੁਰ ਪਾਉਂਦਾ, ਇਹ ਮੈਨੂੰ ਨਹੀਂ ਪਤਾ ਵੀ ਇਹ ਬੇਲੀ ਆ ਕਿਹੜਾ ਅਤੇ ਕਿਵੇਂ ਆ, ਬਾ ਫੋਨ 'ਤੇ ਹੀ ਰਾਬਤਾ, ਪਤਾ ਨਹੀਂ ਨੰਬਰ ਇੰਨਾ ਮੇਰਾ ਕਿੱਥੋਂ ਲੈ ਲਿਆ, ਮੇਰੇ ਛੋਟੇ ਭਾਈ ਕੋਲ ਲੈ ਲਈ। ਅਫਜ਼ਲ ਸ਼ਾਹ ਮੇਰਾ ਸੱਕਾ ਛੋਟਾ ਭਾਈ ਹੈ, ਮੇਰੇ ਤੋਂ ਛੋਟਾ ਮਦਰ ਸ਼ਾਹ ਹੈ, ਉਹ ਜ਼ਿਮੀਂਦਾਰਾ ਕਰਾਉਂਦਾ ਹੈ, ਉਹਦੇ ਤੋਂ ਛੋਟਾ ਅਫਜ਼ਲ ਸ਼ਾਹ ਮੇਰਾ ਖਿਆਲ। ਅੱਗੇ ਮੈਨੂੰ ਦੱਸਦੇ ਪਏ ਵੀ ਅੱਗੇ ਇੱਕ ਦਫ਼ਾ ਇੱਥੇ, ਹਾਂ ਇੱਥੇ ਆਇਆ ਵੀ ਹੈ, ਉਹ ਮੇਰਾ ਸੱਕਾ ਛੋਟਾ ਭਾਈ ਹੈ। ਤੋ ਬਹਰਹਾਲ ਮੈਂ ਨਿਕੰਮੇ ਜਿਹੇ ਬੰਦੇ ਦੇ ਨਸੀਬਾਂ ਵਿੱਚ ਹਾਂ ਹਜ਼ੂਰ ਦਾ ਜ਼ਿਕਰ ਇੱਥੇ ਬਹਿ ਕੇ ਕਰਨਾ, ਤੁਹਾਡੇ ਨਾਲ ਮੁਲਾਕਾਤ ਹੋਣੀ ਹੈ ਮੇਰੇ ਨਸੀਬ ਵਿੱਚ ਆਈ, ਤੁਸੀਂ ਮੇਰੇ ਲਈ ਦੁਆ ਕਰ ਸੋ। ਅੱਲਾ ਤਾਲਾ ਜਿਤਨੀ ਮੇਰੀ ਜ਼ਿੰਦਗੀ ਹਜ਼ੂਰ ਦੇ ਜ਼ਿਕਰ 'ਚ ਗੁਜ਼ਰ ਜਾਵੇ, ਔਰ ਅੱਲਾ ਤਾਲਾ ਇਸ ਬਸਤੀ 'ਤੇ ਖਾਸ ਰਹਿਮਤ ਦਾ ਨਜ਼ੂਲ ਫਰਮਾਏ, ਤੁਹਾਨੂੰ ਸਾਰਿਆਂ ਨੂੰ ਹਜ਼ੂਰ ਦਾ ਪੱਕਾ ਅਤੇ ਸੱਚਾ ਗੁਲਾਮ ਬਣਾਏ। ਔਰ ਹਜ਼ੂਰ ਦੀ ਮੁਹੱਬਤ ਹੈ ਤਾਂ ਸਭ ਕੁਛ ਹੈ, ਜੇ ਸਰਕਾਰ ਦੀ ਮੁਹੱਬਤ ਨਹੀਂ ਹੈ ਤਾਂ ਫਿਰ ਕੁਛ ਵੀ ਨਹੀਂ ਹੈ ਬੇਲੀਆ, ਫਿਰ ਕੁਛ ਵੀ ਨਹੀਂ। ਸਰਕਾਰ ਦੀ ਮੁਹੱਬਤ ਨਾਲ ਸਭ ਕੁਛ ਹੈ, ਹਰ ਅਮਲ ਦੀ ਜਾਨ ਹਜ਼ੂਰ ਦਾ ਪਿਆਰ ਹੈ। ਸਰਕਾਰ ਦੀ ਮੁਹੱਬਤ ਤੋਂ ਬਗੈਰ ਕੋਈ ਅਮਲ ਵੀ ਕੀਤਾ ਜਾਏਗਾ ਉਹ ਕਾਬਲੇ ਕਬੂਲ ਨਹੀਂ ਹੋਵੇਗਾ। ਆਏ ਥੇ ਮਿਸਲੇ ਬੁਲਬੁਲ, ਆਏ ਥੇ ਮਿਸਲੇ ਬੁਲਬੁਲ, ਸੈਰ ਗੁਲਸ਼ਨ ਕਰ ਚਲੇ, ਸੰਭਾਲ ਮਾਲੀ ਬਾਗ ਆਪਣਾ, ਹਮ ਮੁਸਾਫਰ ਘਰ ਚਲੇ, ਵਮਾ ਅਲੈ ਇਲਾ ਅਲ ਬਲਾਗੁਲ ਮੁਬੀਨ।